ਸ਼ੇਰ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:11 ਹੋਏ ਨੇ ਅਤੇ 13 ਅਗਸਤ ਦਾ ਦਿਨ ਹੈ, ਵਰਾ 2024 ਦਾ ਮੰਗਲਵਾਰ ਹੈ। 29 ਹੋ ਗਿਆ ਸਾਉਣ ਅਤੇ ਨਾਨਕਸ਼ੇ ਸੰਮਤ 556 ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਾ ਨਵਕਿਰਨ ਸਿੰਘ ਪੱਤੀ ਨਾਲ ਪੱਤੀ ਸੇਖਵਾਂ ਬਰਨਾਲਿਓਂ ਤੋਂ ਰੋਗੀ ਗੱਲਬਾਤ। 11 ਤੋਂ 12 ਵਜੇ ਤੱਕ ਅਧਿਆਤਮਕ ਵਾਦ 'ਤੇ ਗੱਲ ਹੋਏਗੀ। ਬਾਬਾ ਡਿਪਟੀ ਸਿੰਘ ਜੀ ਆਉਣਗੇ, ਗਿਆਨ ਅੰਜਨ ਗੁਰਦੁਆਰਾ ਸਾਹਿਬ ਆ ਜੰਡਿਆਲਾ ਗੁਰੂ 'ਚ। ਉਹਨਾਂ ਦਾ ਇੱਕ ਅਲੱਗ ਕਿਸਮ ਦੀ ਉਹਨਾਂ ਦਾ ਸਿੱਖਿਆ ਦਾ ਤਰੀਕਾ, ਜਿਸ ਤਰ੍ਹਾਂ ਤੁਹਾਨੂੰ ਦੱਸੇ ਮੰਦਾਵਣੀ 'ਤੇ ਆਪਾਂ ਕਈ ਸ਼ੋਅ ਕੀਤੇ ਸੀ ਅਵਰਦੀਪ ਸਿੰਘ ਉਹਨਾਂ ਨੇ ਆਸਟ੍ਰੇਲੀਆ 'ਚ, ਜਿਹੜਾ ਬ੍ਰਹਿਮੰਡ ਹੈ ਉਹ ਅੰਦਰ ਪਿੰਡੇ ਦੇ ਵਿੱਚ ਕਿਵੇਂ ਆ, ਕਿਹੜੀ ਕਿਹੜੀਆਂ ਮੰਜ਼ਿਲਾਂ ਨੇ, ਕਿਹੜੇ ਕਿਹੜੇ ਲੈਵਲ ਨੇ, ਜਦ ਤੁਸੀਂ ਮੈਡੀਟੇਸ਼ਨ ਕਰਦੇ ਹੋ, ਬਰੀਦਿੰਗ ਕਰਦੇ ਹੋ, ਅਤੇ ਸੁਣ ਕੀ ਹੈ, ਦਸਮ ਦੁਆਰ ਕੀ ਹੈ, ਇਹ ਸਾਰੀਆਂ ਗੱਲਾਂ ਸਮਝਣ ਦਾ ਯਤਨ ਕਰਾਂਗੇ। ਗੱਲਾਂ ਤਾਂ ਬਹੁਤ ਡੂੰਘੀਆਂ, ਪਰ ਗੱਲਬਾਤ ਕਰਦੇ ਹਾਂ, ਅੱਜ ਪੁੱਛਾਂਗੇ। ਬਾਬਾ ਜੀ ਦਾ ਤਜ਼ਰਬਾ ਕਹਿੰਦੇ ਬਹੁਤ ਹੈ। ਦੂਸਰੇ ਘੰਟੇ ਦੇ ਵਿੱਚ ਸਰਾ ਅਜੇਪਾਲ ਸਿੰਘ ਬਰਾੜ ਨਾਲ 11:10 'ਤੇ ਗੱਲ ਤੁਰੂਗੀ, 1:15 ਆਊ ਮੋਹਾਲੀ। ਉਹਨਾਂ ਨਾਲ ਬੰਗਲਾਦੇਸ਼ ਦੇ ਹਾਲਾਤ ਅਤੇ ਏਸ਼ੀਆ 'ਚ ਹੋ ਕੀ ਰਿਹਾ, ਜਿਹੜੀ ਇੱਕ ਆਈਲੈਂਡ ਹੈ ਸੇਂਟ ਮਾਰਟਿਨ, ਉਹਦਾ ਕਾਰਨ ਕੀ ਹੈ, ਥਾਈ ਕਨਾਲ ਕੀ ਹੈ, ਸਟੇਟ ਆਫ ਮਲਾਕਾ ਨੂੰ ਛੱਡ ਕੇ ਚੀਨ ਰਾਹ ਕਿੱਧਰ ਦੀ ਲੱਭਦਾ ਫਿਰਦਾ, ਵੀ ਸਟੇਟ ਆਫ ਮਲਾਕਾ ਜੇ ਘੇਰ ਲੈਂਦਾ ਅਮਰੀਕਾ ਕਿਉਂਕਿ ਸਿੰਗਾਪੁਰ 'ਚ ਬੈਠਾ ਹੈ, ਫਿਰ ਸਾਡਾ ਤੋੜ ਕੀ ਹੈ। ਇਹ ਗੱਲਬਾਤ ਰੂਗੀ ਅੱਜ, ਅਤੇ ਤੁਸੀਂ ਅੱਜ ਮੇਰੇ ਖਿਆਲ ਵਾਲਾ ਸਮਾਂ ਤਾਂ ਨਹੀਂ ਹੋਣਾ ਤੁਹਾਡੇ ਨਾਲ ਗੱਲ ਕਰਨ ਦਾ, ਅਤੇ ਪਰ ਗੱਲਾਂ ਤੁਹਾਨੂੰ ਅੱਜ ਵਧੀਆ ਸੁਣਾਉਂਦੇ ਆ। ਅਤੇ ਕੱਲ੍ਹ ਦੀ ਕਹਾਣੀ ਇੱਕ ਖਾਸ ਹੋਏਗੀ, ਅਤੇ ਕੱਲ੍ਹ ਨੂੰ ਇੱਕ ਵੱਡੇ ਆਉਣ ਵਾਲੇ ਦਿਨਾਂ ਦੇ ਵਿੱਚ, ਇਸ ਐਤਵਾਰ ਨੂੰ ਖਾਲਸਾ ਜਾਹੋ ਜਲਾਲ, ਜਿਹੜਾ ਨਿਹੰਗ ਸਿੰਘਾਂ ਦੇ ਸ਼ਸਤਰ ਵਿੱਦਿਆ ਅਤੇ ਘੋੜ ਸਵਾਰ ਸਾਰੇ ਸਰਾ ਜਗਜੀਤ ਸਿੰਘ ਨਿੱਜੀ ਰੋਣੀ ਗਤਕਈ ਨੇ ਜਿਹੜੇ, ਉਹਨਾਂ ਦਾ ਵੀਕਐਂਡ 'ਤੇ ਗੁਰਦੁਆਰਾ ਸਾਹਿਬ ਵੱਡੇ ਸਮਾਗਮ ਹੋ ਰਹੇ ਨੇ, ਉਹ ਕੀ ਹੋ ਰਹੇ ਨੇ ਕੱਲ੍ਹ ਨੂੰ ਉਹਦੀ ਜਾਣਕਾਰੀ ਅਤੇ ਫਿਰ ਕਹਾਣੀ। ਵੀਰਵਾਰ ਨੂੰ ਛੁੱਟੀ ਆ, ਜਨ ਚੜ੍ਹਨਾ ਇੱਕ 604-729-1224 6047291224 ਇਹ ਨੰਬਰ ਹੈ, ਅਤੇ ਇਹੀ ਨੰਬਰ ਔਨਏਅਰ ਦਾ, ਇਸੇ ਨੰਬਰ 'ਤੇ ਵਟਸਐਪ 'ਤੇ ਤੁਸੀਂ ਸੁਨੇਹਾ ਭੇਜਣਾ, ਅਤੇ ਆਪਣਾ ਜਿਹੜਾ ਸੈੱਲ ਨੰਬਰ ਤੁਹਾਨੂੰ ਦਿੱਤਾ ਹੋਇਆ 604-729-1224 6047291224। ਅੱਜ ਯੂਨਾਈਟਿਡ ਨੇਸ਼ਨ ਦੀ ਜਿਹੜੀ ਇੱਕ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ 'ਤੇ ਸੁਨੇਹਾ ਆਇਆ ਕਿ ਇਹ ਬਰੀਡਿੰਗ ਗਰਾਊਂਡ ਹੈ ਸਲੇਵਰੀ ਦੀ, ਇਹ ਹੁਣ ਪਤਾ ਲੱਗਿਆ। ਤਾਂ 7 ਸਾਲ ਤਾਂ ਹੋ ਗਏ ਸਾਨੂੰ ਰੌਲਾ ਪਾਉਂਦੇ ਨੂੰ, ਸੁਣਿਆ ਹੀ ਨਹੀਂ ਕਿਸੇ ਨੇ। ਟੂਡੋ 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 ਸਾਡੇ ਟੂਡੋ ਨੂੰ ਕਹਿਣਾ, ਸਾਡੇ ਟੂਡੋ ਨੂੰ ਕਹਿਣਾ, ਹੁਣ ਤਾਂ ਯੂਨਾਈਟਿਡ ਨੇਸ਼ਨ ਵੀ ਕਹਿੰਦੀ ਹੈ, ਪਰ ਉਹ ਸਾਡੇ ਪਿੜ ਪੱਲੇ ਨਹੀਂ ਪੈਣਾ। ਕਹਿੰਦਾ ਮੀਟ ਨਹੀਂ ਖਾਣਾ, ਕੋਈ ਕਹਿੰਦਾ ਬਾਹਰ ਨਹੀਂ ਜਾਣਾ, ਮੰਗਲਵਾਰ ਨੂੰ ਸਿਰ ਨਹੀਂ ਨਹਾਉਣਾ, ਪੀਲੇ ਚੌਲਾਂ ਦਾ ਲੰਗਰ ਲਾਉਣਾ, ਗਲ 'ਚੋਂ ਲਾਹ ਕੇ ਸੁੱਟਦੇ ਮਿੱਤਰਾ, ਵਹਿਮਾਂ ਦਾ ਇਹ ਸੰਗਲ ਹੈ, ਮੰਗਲਵਾਰ ਨੂੰ ਭੰਡਣਾ ਛੱਡਦੇ, ਸਭ ਕੁਝ ਕੁਸ਼ਲ ਮੰਗਲ ਹੈ। ਸੂਰਜ ਸਭ ਲਈ ਇੱਕੋ ਰੰਗ ਦਾ, ਇੱਕੋ ਜਿਹਾ ਹੀ ਚਾਨਣ ਬਣਦਾ, ਫਰਕ ਕਦੇ ਨਾ ਕਰਨ ਹਵਾਵਾਂ, ਸਾਰਿਆਂ ਨੂੰ ਇਹ ਬਖਸ਼ਣ ਸਾਹਾਂ,
ਇੱਕੋ ਜਿਹੇ ਦਿਨ ਇਹ ਦਿਨ ਇੱਕੋ ਜੇ ਇਹ ਦਿਨ ਨੇ ਸਾਰੇ ਸਾਰੇ ਚੰਗੇ ਆਖ ਨਾ ਮਾੜੇ। ਰੱਬ ਦੀ ਧਰਤੀ ਚੰਨ ਸਤਾਰੇ ਉਸਦਾ ਵਾਯੂ ਮੰਡਲ ਹੈ, ਮੰਗਲ ਹੈ ਅੱਜ ਮੰਗਲ ਹੈ, ਚੜ੍ਹਦੀ ਕਲਾ ਦਾ ਮੰਜਰ ਹੈ। ਉੱਪਰ ਵੱਲ ਨੂੰ ਤੱਕਣਾ ਛੱਡਦੇ, ਦੇਖ ਵੱਡੇ ਵੱਲ ਮੱਚਣਾ ਛੱਡਦੇ, ਥੱਲੇ ਵੱਲ ਨੂੰ ਤੱਕ ਲੈ ਮਿੱਤਰਾ ਰੋਣਾ ਛੱਡਦੇ, ਹੱਸ ਲੈ ਮਿੱਤਰਾ ਲੱਖਾਂ ਤੈਨੂੰ ਦਿੱਤੇ ਰੱਬ ਨੇ, ਕਈਆਂ ਕੋਲ ਤਾਂ ਕੱਖ ਵੀ ਨਹੀਂ, ਹੱਥ ਪੈਰ ਸਲਾਮਤ ਤੇਰੇ, ਕਈਆਂ ਕੋਲ ਤਾਂ ਹੱਥ ਵੀ ਨਹੀਂ, ਬਹੁਤਿਆਂ ਕੋਲ ਹੈ ਪਾਟੀ ਚਾਦਰ, ਦੇਖ ਤੇਰੇ ਕੋਲ ਕੰਬਲ ਹੈ, ਮੰਗਲ ਹੈ ਅੱਜ ਮੰਗਲ ਹੈ, ਸਭ ਕੁਝ ਕੁਸ਼ਲ ਤੇ ਮੰਗਲ ਹੈ। ਓਏ ਕਾਹਨੂੰ ਤੂੰ ਘਬਰਾਈ ਬੈਠਾ, ਸਿਰਜਿਆ ਤੂੰ ਲਟਕਾਈ ਬੈਠਾ, ਕਰਜ਼ਾ ਆਪੇ ਚੜ੍ਹਾਈ ਬੈਠਾ, ਆਪੇ ਪੰਗੇ ਪਾਈ ਬੈਠਾ, ਰੱਖ ਹੌਸਲਾ ਤਕੜਾ ਹੋ ਜਾ, ਪੈਰਾਂ ਉੱਤੇ ਉੱਠ ਖਲੋ ਜਾ, ਜ਼ਿੰਦਗੀ ਜ਼ਿੰਦਗੀ ਜ਼ਿੰਦਾਬਾਦ ਹੈ ਮਿੱਤਰਾ, ਇਹ ਫੁੱਲਾਂ ਦਾ ਤਾਜ ਹੈ ਮਿੱਤਰਾ, ਮਾੜੇ ਵਕਤ ਨੂੰ ਢਾ ਲੈਣਾ, ਫਤਿਹ ਦਾ ਨਾਰਾ ਲਾ ਦੇਣਾ, ਡਾਂਸੀ ਵਾਲੀਆ ਜਿੱਤਣੀ ਬਾਜੀ, ਓ ਨੇੜੇ ਦਿਸਦੀ ਮੰਜ਼ਿਲ ਹੈ, ਮੰਗਲ ਹੈ ਅੱਜ ਮੰਗਲ ਹੈ, ਸਭ ਕੁਝ ਕੁਸ਼ਲ ਤੇ ਮੰਗਲ ਹੈ। ਕਿਉਂ ਮੰਦਰਾਂ ਵਿੱਚ ਲੱਭਦਾ ਫਿਰਦਾ, ਰੱਬ ਤਾਂ ਤੇਰੇ ਅੰਦਰ ਹੈ, ਕਿਉਂ ਧਰਮ ਸਥਾਨਾਂ ਵਿੱਚ ਲੱਭਦਾ ਫਿਰਦਾ, ਰੱਬ ਤਾਂ ਤੇਰੇ ਅੰਦਰ ਹੈ, ਦੁੱਖਾਂ ਦੇ ਨਾਲ ਘੁਲਦੀ ਫਿਰਦੀ ਜ਼ਿੰਦਗੀ ਤਾਂ ਇੱਕ ਦੰਗਲ ਹੈ। ਕੁਲਵੀਰ ਸਿੰਘ, ਇਹ ਜ਼ਿੰਦਗੀ ਸਾਡੀ ਦੁੱਖ ਸੁੱਖ ਦਾ ਹੀ ਬੰਡਲ ਹੈ, ਮੰਗਲ ਹੈ ਸਭ ਮੰਗਲ ਹੈ, ਰੱਬ ਦਾ ਹੀ ਬੁੱਧ ਅਤੇ ਮੰਗਲ ਹੈ, ਮੰਗਲ ਹੈ ਸਭ ਮੰਗਲ ਹੈ, ਰੱਬ ਦਾ ਹੀ ਬੁੱਧ ਅਤੇ ਮੰਗਲ ਹੈ। ਕੁਲਵੀਰ ਸਿੰਘ ਸਹੋਤਾ ਡਾਂਸੀ ਵਾਲ, ਮੰਗਲ ਨੂੰ ਪਾਉਂਦਾ ਸੰਗਲ। ਸਵਾਗਤ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਫੇਰ ਜੇਲ੍ਹ ਤੋਂ ਬਾਹਰ ਵਾਪਸ, ਜੇਲ੍ਹ ਤੋਂ ਬਾਹਰ ਆ ਗਏ, ਸੋਰੀ ਬਾਕੇ ਜੀ। ਫਰਾਈਡੇ ਨੂੰ ਆਪਾਂ ਗੱਲ ਕਰ ਰਹੇ ਸੀਗੇ ਕਿ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੇ ਗੱਲ ਛੱਡਤੀ ਹੈ ਕਿ ਹਰਿਆਣਾ ਸਰਕਾਰ ਦੇਖੇ ਕਿ ਡੇਰਾ ਮੁਖੀ ਨੂੰ ਫੜ ਲਓ ਜਾਂ ਪੈਰੋਲ ਦੇਣੀ ਹੈ ਜਾਂ ਨਹੀਂ ਦੇਣੀ। ਤਾਂ ਉਦਾਂ ਹੀ ਲੱਗ ਗਿਆ ਸੀ, ਹਰਿਆਣਾ ਸਰਕਾਰ ਤਾਂ ਚਾਹੂਗੀ, ਉੱਥੇ ਤਾਂ ਵੋਟਾਂ ਦਾ ਬਿਗਲ ਵੱਜਿਆ ਹੋਇਆ, ਕੁਛ ਮਹੀਨਿਆਂ ਤੱਕ ਉੱਥੇ ਵੋਟਾਂ ਪੈਣੀਆਂ, ਚੋਣ ਜ਼ਾਬਤਾ ਲੱਗਣ ਵਾਲਾ ਗਾ, ਹਰਿਆਣਾ ਸਰਕਾਰ ਕਦੋਂ ਇਹ ਨਹੀਂ ਚਾਹੂਗੀ ਕਿ ਡੇਰੇ ਮੁਖੀ ਦੇ ਪੈਰੋਕਾਰ ਨੇ ਜਿਹੜੇ ਉਹ ਭਾਜਪਾ ਦੇ ਹੱਕ ਦੇ ਵਿੱਚ ਭੁਗਤਣ। ਸੋ ਇਸ ਕਰਕੇ ਅੱਜ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਫਿਰ 21 ਦਿਨਾਂ ਦੀ ਫਰਲੋ ਤੇ ਬਾਹਰ ਆ ਗਿਆ ਹੈਗਾ। ਰਾਮ ਰਹੀਮ ਪਿਛਲੇ 2 ਸਾਲਾਂ ਦੇ ਵਿੱਚ 8ਵੀਂ ਵਾਰ ਫਰਲੋ ਰਾਹੀਂ ਜੇਲ੍ਹ ਤੋਂ ਬਾਹਰ ਆਇਆ। ਡੇਰਾ ਮੁਖੀ ਨੂੰ ਵਾਰ ਵਾਰ ਮਿਲਦੀ ਪੈਰੋਲ ਤੇ ਫਰਲੋ ਉੱਤੇ ਕਈ ਸਵਾਲ ਉੱਠ ਚੁੱਕੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਜਥੇਬੰਦੀਆਂ ਡੇਰਾ ਮੁਖੀ ਨੂੰ ਵਾਰ ਵਾਰ ਮਿਲ ਰਹੀ ਫਰਲੋ ਦਾ ਵਿਰੋਧ ਕਰ ਰਹੀਆਂ ਨੇ। ਇਹਨੂੰ ਅਦਾਲਤ 'ਚ ਚੁਣੌਤੀ ਦਿੱਤੀ ਗਈ ਸੀ, ਅਦਾਲਤ ਨੇ ਵੀ ਵਾਰ ਵਾਰ ਪੈਰੋਲ ਦੇਣ ਤੇ ਇਤਰਾਜ਼ ਕੀਤਾ ਸੀ। ਡੇਰਾ ਮੁਖੀ ਨੂੰ ਲਗਾਤਾਰ ਮਿਲ ਰਹੀ ਪੈਰੋਲ ਤੇ ਕਈ ਸਵਾਲ ਖੜੇ ਕੀਤੇ ਸੀ ਔਰ ਇਹ ਮਸਲਾ ਫਿਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ। ਜਦੋਂ ਵੀ ਚੋਣਾਂ ਹੁੰਦੀਆਂ ਡੇਰਾ ਮੁਖੀ ਬਾਹਰ ਆ ਜਾਂਦਾ, ਇੰਨੀ ਛੇਤੀ ਕੋਈ ਨਾਨਕੀ ਨਹੀਂ ਜਾਂਦਾ ਜਿੰਨੀ ਛੇਤੀ ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆਪਦੇ ਡੇਰੇ ਜਾਂਦਾ ਹੈਗਾ। ਔਰ ਇਹ ਸਵਾਲ ਵੀ ਖੜਾ ਹੁੰਦਾ ਕਿ ਭਾਰਤ ਦੇ ਵਿੱਚ ਕੀ ਸਾਰੇ ਕੈਦੀਆਂ ਨੂੰ ਇੱਕੋ ਜਿਹੇ ਕਾਨੂੰਨ ਨੇ? ਇੱਕ ਪਾਸੇ ਤਾਂ ਉਹ ਕੈਦੀ ਨੇ ਜਿਹੜੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਉਹ ਕੈਦੀ ਨੇ ਜਿਹਨਾਂ ਨੂੰ ਲਗਾਤਾਰ ਫਰਲੋ ਦਿੱਤੀ ਜਾ ਰਹੀ ਹੈ ਔਰ ਇੱਥੇ ਉਹ ਲੋਕ ਵੀ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਗਏ ਜਿਹਨਾਂ ਨੇ ਮਤਲਬ ਜੇਲ੍ਹਾਂ ਦੇ ਵਿੱਚ ਬਹੁਤ ਥੋੜੇ ਦਿਨ ਪਿੰਕੀ ਕੈਟ ਵਰਗਿਆਂ ਨੇ ਲਾਏ ਸੀਗੇ।
ਔਰ ਇੱਕ ਪਾਸੇ ਉਮਰ ਕੈਦ ਦੀਆਂ ਸਜ਼ਾਵਾਂ ਨੇ ਜਿਹੜੀਆਂ ਉਹ ਪਿਛਲੇ 30-40 ਸਾਲ ਤੋਂ ਚੱਲੀ ਜਾ ਰਹੀਆਂ। ਤੋ ਇਹ ਜਿਹੜਾ ਦੋਹਰਾ ਮਿਆਰ ਹੈ ਇਸ ਸਿਸਟਮ ਦੇ ਵਿੱਚ, ਉਹਦੇ 'ਤੇ ਸਵਾਲ ਵਾਰ ਵਾਰ ਉੱਠਦੇ ਨੇ। ਇਸੇ ਕਰਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਮਿਲ ਰਹੀ ਫਰਲੋ ਦੇ ਉੱਤੇ ਲਗਾਤਾਰ ਸਵਾਲ ਨੇ ਜਿਹੜੇ ਉਹ ਉੱਠ ਰਹੇ ਨੇ, ਅਤੇ ਹੁਣ ਵੀ ਉਹਨੂੰ 21 ਦਿਨਾਂ ਦੀ ਜਿਹੜੀ ਫਰਲੋ ਮਿਲੀ ਆ ਉਹਦੇ 'ਤੇ ਲਗਾਤਾਰ ਸਵਾਲ ਆ ਜਿਹੜੇ ਉਹ ਉੱਠਦੇ ਨਜ਼ਰ ਆ ਰਹੇ ਨੇ। ਉੱਧਰ ਅੱਜ ਹੀ ਜਦੋਂ ਮੈਂ ਡੇਰਾ ਮੁਖੀ ਗੁਰਮੀਤ ਰਾਮ ਨੂੰ ਰਹੀਮ ਨੂੰ ਮਿਲੀ ਫਰਲੋ ਬਾਰੇ ਦੇਖ ਰਿਹਾ ਸੀ, ਤਾਂ ਦੂਜੇ ਪਾਸੇ ਬਲਾਤਕਾਰ ਦੇ ਦੋਸ਼ ਦੇ ਵਿੱਚ ਜੇਲ੍ਹ 'ਚ ਬੰਦ ਜਿਹਨੂੰ ਬਾਪੂ ਆਸਾ ਰਾਮ ਕਹਿੰਦੇ ਨੇ, ਉਹ ਆਸਾ ਰਾਮ ਨੂੰ ਵੀ 7 ਦਿਨਾਂ ਦੀ ਪਰੋਲ ਅੱਜ ਮਿਲੀ ਹੈ। ਉਹ ਵੀ ਬਿਮਾਰ ਹੈ, ਪਹਿਲਾਂ ਉਹਨੂੰ ਏਮਜ ਜੋਧਪੁਰ ਦੇ ਵਿੱਚ ਦਾਖਲ ਕਰਾਇਆ ਗਿਆ ਰਾਜਸਥਾਨ ਦੇ ਵਿੱਚ, ਔਰ ਮੈਨੂੰ ਪਤਾ ਲੱਗਿਆ ਏਮਜ ਦੇ ਬਾਹਰ ਜੋਧਪੁਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਭਗਤ ਇਕੱਠੇ ਹੋ ਗਏ। ਬਾਬਾ ਬਿਮਾਰ ਆ, ਉਹਦੇ ਉਹ ਵੀ ਖਾਸਾ ਢਿੱਲਾ ਦੱਸਦੇ ਨੇ, ਉਹਨਾਂ ਨੂੰ ਮਹਾਰਾਸ਼ਟਰ ਲਿਜਾਇਆ ਜਾਣਾ, 7 ਦਿਨਾਂ ਦੀ ਪਰੋਲ ਆ ਜਿਹੜੀ ਉਹਨੂੰ ਵੀ ਮਿਲੀ ਆ ਜੀ। ਲੈ ਉਹ ਨਹੀਂ ਜਾਂਦਾ ਅੰਦਰ, ਹੁਣ ਯਾਦ ਰੱਖਿਓ ਤੁਸੀਂ, ਉਹ ਢਿੱਲਾ ਬਾਹਲਾ ਹੋ ਜਾਣਾ ਅੱਗੇ ਨੂੰ। ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ SGPC ਦੇ ਪ੍ਰਧਾਨ ਮਿਲਣ ਆਏ ਨੇ। ਲੱਗਦਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਤਿਆਰੀ ਹੋ ਰਹੀ ਹੈ। ਇਹ ਸੰਭਾਵਨਾ ਹੋ ਸਕਦੀ ਹੈ ਜੀ, ਇਹ ਵੱਡੀ ਗੱਲ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਮਿਲੇ ਨੇ। ਇੱਕ ਲੰਬੀ ਮੁਲਾਕਾਤ ਆ ਜਿਹੜੀ ਉਹਨਾਂ ਦੀ ਜੇਲ੍ਹ ਦੇ ਵਿੱਚ ਹੋਈ ਹੈ। ਇਹ ਦੂਜੀ ਵਾਰ ਹੈ ਜਦੋਂ ਪੰਥਕ ਆਗੂ ਰਾਜੋਵਾਲਾ ਨੂੰ ਜੇਲ੍ਹ ਦੇ ਵਿੱਚ ਮਿਲਣ ਪਹੁੰਚੇ ਨੇ ਪਿਛਲੇ ਥੋੜੇ ਸਮੇਂ ਦੇ ਵਕਫੇ ਦੇ ਵਿੱਚ। ਇਹ ਮੁਲਾਕਾਤ ਕਈ ਸਵਾਲ ਖੜੇ ਕਰਦੀ ਆ। ਸਵਾਲ ਇਸ ਰੂਪ ਦੇ ਵਿੱਚ ਉੱਠਦੇ ਨੇ ਕਿ ਬਲਵੰਤ ਸਿੰਘ ਰਾਜੋਵਾਲਾ ਪਿਛਲੇ ਸਮੇਂ ਤੋਂ ਨਾਰਾਜ਼ ਆ ਜਿਹੜੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਚੱਲਦੇ ਨਜ਼ਰ ਆ ਰਹੇ ਸੀ। ਦੂਸਰਾ ਮਸਲਾ ਇਹ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਸ ਤਰ੍ਹਾਂ ਦੀ ਮੂਵਮੈਂਟ, ਜਿਸ ਤਰ੍ਹਾਂ ਦਾ ਸੰਘਰਸ਼ ਲੀਕਿਆ ਜਾਣਾ ਸੀ, ਉਹ ਨਹੀਂ ਲੀਕਿਆ ਜਾ ਸਕਿਆ। ਬਲਵੰਤ ਸਿੰਘ ਰਾਜੋਵਾਲਾ ਦੀ ਫਾਂਸੀ ਦੀ ਸਜ਼ਾ ਦਾ ਮਸਲਾ ਵੀ ਹੈ ਜਿਹੜਾ, ਉਹ ਉਸ ਰੂਪ ਦੇ ਵਿੱਚ ਹੱਲ ਅਜੇ ਤੱਕ ਨਹੀਂ ਹੋਇਆ ਜਿਸ ਰੂਪ ਦੇ ਵਿੱਚ ਹੁਣ ਤੱਕ ਹੱਲ ਹੋ ਜਾਣਾ ਚਾਹੀਦਾ ਸੀਗਾ। ਇਹਦੇ ਲੈ ਕੇ ਰਾਜੋਵਾਲਾ ਦੇ ਕਈ ਗਿਲੇ ਸ਼ਿਕਵੇ ਵੀ ਨੇ। ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਹੈ ਕਿ ਉਹ ਦੋ ਗਰੁੱਪਾਂ ਦੇ ਵਿੱਚ ਵੰਡਿਆ ਨਜ਼ਰ ਆ ਰਿਹਾ, ਜਦੋਂ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਕੀ ਆਗੂਆਂ ਬਾਰੇ ਕੋਈ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ, ਉਸ ਤੋਂ ਪਹਿਲਾਂ ਇਸੇ ਅਗਸਤ ਮਹੀਨੇ ਦੇ ਵਿਚਕਾਰ ਰਾਜੋਵਾਲਾ ਦੇ ਨਾਲ ਜਥੇਦਾਰ ਸਾਹਿਬ ਦੀ ਮਿਲਣੀ ਹੈ ਜਿਹੜੀ, ਉਹਦੇ ਕਈ ਮਾਇਨੇ ਜਿਹੜੇ ਉਹ ਦੇਖੇ ਜਾ ਸਕਦੇ ਨੇ। ਜਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਜੀਟੇਸ਼ਨ ਲੀਕੇ ਜਾਣ ਦੀ ਸੰਭਾਵਨਾ ਹੈ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵਾਂ ਪ੍ਰਧਾਨ ਕੌਣ ਹੋਵੇ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਕੌਣ ਹੋਵੇ, ਜਾਂ ਭਾਈ ਰਾਜੋਵਾਲਾ ਨੂੰ ਕੋਈ ਵੱਡਾ ਅਹੁਦਾ, ਕੋਈ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਸੰਭਾਵਨਾ ਹੈ। ਕਈ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਹੁਣ ਕੀ ਇਹ ਸਾਰੀ ਗੱਲਬਾਤ ਹੁੰਦੀ ਹੈ ਉਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਵੇਗੀ, ਪਰ ਇੱਕ ਬਹੁਤ ਵੱਡੀ ਜਾਣਕਾਰੀ ਹੈ ਜਿਹੜੀ ਉਹ ਇਹ ਨਜ਼ਰ ਆ ਰਹੀ ਹੈ ਕਿ ਜਥੇਦਾਰ ਸਾਹਿਬ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਇਸ ਦੌਰ ਦੇ ਵਿੱਚ, ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਹੀ ਮਾੜੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ, ਉਸ ਦੇ ਵਿੱਚ ਮਿਲਣੀ ਹੈ ਜਿਹੜੀ ਕਾਫੀ ਅਹਿਮ ਉਹ ਹੋ ਸਕਦੀ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੰਸਦ ਸਾਰੇ ਸੱਦ ਲਏ, ਕਸਤੇ ਪੂਰੇ ਕਹਿੰਦੇ। ਬਿਲਕੁਲ ਜੀ, ਸਾਰਿਆਂ ਦੀ ਪੂਰੀ
ਡਟ ਕੇ ਕਲਾਸ ਲਾਈ ਜਿਵੇਂ ਮਾਸਟਰ ਸਕੂਲ ਚ ਲਾਉਂਦੇ ਹੁੰਦੇ ਆ, ਔਰ ਸਾਰੇ ਐਮ ਐਲ ਏ ਨੂੰ ਕਹਿਤਾ, ਐਮ ਪੀਆਂ ਨੂੰ ਕਹਿਤਾ ਤਿੰਨਾਂ ਨੂੰ ਵੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਾਉਣੀਆਂ ਨੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ, ਔਰ ਉਹਦੇ ਲਈ ਤੁਸੀਂ ਡਟ ਜਾਓ ਜਾ ਕੇ ਪਿੰਡਾਂ ਦੇ ਵਿੱਚ, ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਜਾਓ, ਕਿਉਂਕਿ ਪਿਛਲੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਤੇ ਮੰਤਰੀਆਂ ਤੇ ਸਵਾਲ ਉੱਠਦੇ ਨੇ ਵੀ ਉਹ ਲੋਕਾਂ 'ਚ ਵਿਚਰਨੋ ਹੀ ਹਟ ਗਏ, ਲੋਕਾਂ 'ਚ ਜਾਣੋ ਹੀ ਹਟ ਗਏ, ਕਈ ਤਾਂ ਭੋਗਾਂ ਵਿਆਹਾਂ 'ਤੇ ਵੀ ਜਾਣੋ ਹਟ ਗਏ, ਕਈਆਂ ਨੂੰ ਤਾਂ ਮਤਲਬ ਪਿੰਡ ਹੀ ਛੱਡ ਤੇ ਚੰਡੀਗੜ੍ਹ ਦੇ ਵਿੱਚ ਹੀ ਰਹਿੰਦੇ ਨੇ, ਕਈ ਬਾਹਰ ਬੂਹਰ ਵੀ ਗੇੜੇ ਮਾਰਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਪਿਛਲੇ ਸਮੇਂ ਦੇ ਵਿੱਚ ਉੱਠਦੀਆਂ ਰਹੀਆਂ। ਇਸੇ ਕਰਕੇ ਸ਼ਾਇਦ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਹੈ ਜਿਹੜੀ 13-0 ਦੀ ਗੱਲ ਕਰਦੀ ਸੀ ਉਹ 3 ਸੀਟਾਂ ਹੀ ਜਿੱਤ ਸਕੀ ਆ। ਉਹ ਸਾਰੇ ਮਸਲੇ ਦੇ ਉੱਤੇ ਭਗਵੰਤ ਮਾਨ ਹੋਰਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਕਲਾਸ ਲਾਈ ਹੈ। ਬਾਕੀ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਵੀ ਪਾਰਟੀ ਪ੍ਰਚਾਰ ਕਰ ਰਹੀ ਹੈ, ਉੱਧਰ ਵੀ ਭੇਜੇ ਜਾਣਗੇ, ਜੋ ਗੁਜਰਾਤ ਦੇ ਡੋਰ ਟੂ ਡੋਰ ਭੇਜਤੇ ਸੀ ਗੁਜਰਾਤ ਦੇ ਵਿੱਚ, ਤਾਂ ਹਰਿਆਣਾ ਦੇ ਵਿੱਚ ਤਾਂ ਭੇਜੇ ਜਾਣ ਦੀ ਸੰਭਾਵਨਾ ਹੈ। ਦੂਸਰਾ ਇਹ ਕਿ 4 ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਆ ਰਹੀਆਂ ਨੇ, ਉਹਦੇ ਸੰਬੰਧੀ ਵੀ ਇਹਨਾਂ ਦੀਆਂ ਡਿਊਟੀਆਂ ਨੇ ਜਿਹੜੀਆਂ ਅੱਜ ਉਹ ਲਾਈਆਂ ਗਈਆਂ ਨੇ। ਜੀ ਬਿਨੈਸ਼ ਫੁਗਾਟ ਦਾ ਜੀ ਕੀ ਬਣਿਆ, ਉਹਦੀ ਕੀ ਖਬਰ, ਅਪਡੇਟ ਕੀ ਆ? ਉਹਦੀ ਅਪਡੇਟ ਇਹ ਹੈ ਜੀ, ਦੇਖੋ ਇੰਡੀਆ ਪਹੁੰਚ ਗਈ, ਬਹੁਤ ਸ਼ਾਨਦਾਰ ਸਵਾਗਤ ਉਹਦਾ ਹੋਇਆ ਗਾ, ਔਰ ਬਹੁਤ ਸਾਰੀਆਂ ਸੰਸਥਾਵਾਂ ਨੇ ਉਹਨੂੰ ਸਨਮਾਨਿਤ ਕਰਨ ਦੇ ਫੈਸਲੇ ਨੇ ਜਿਹੜੇ ਉਹ ਕੀਤੇ ਨੇ। ਅੰਤਰਰਾਸ਼ਟਰੀ ਅਦਾਲਤ ਦੇ ਵਿੱਚ ਇਹ ਮਸਲਾ ਗਾ ਜਿਹੜਾ ਉਹ ਚੱਲ ਰਿਹਾ ਗਾ, ਬਿਨੈਸ਼ ਫੁਗਾਟ ਦਾ ਮਸਲਾ ਅੰਤਰਰਾਸ਼ਟਰੀ ਅਦਾਲਤ ਦੇ ਵਿੱਚ ਲੱਗਿਆ ਹੋਇਆ। ਉੱਥੇ ਉਹਨੂੰ ਕਿਹਾ ਸੀਗਾ ਕਿ ਤੁਹਾਨੂੰ ਵਕੀਲ ਆ ਜਿਹੜਾ ਉਹ ਦੇ ਦਿੰਦੇ ਹਾਂ, ਲੇਕਿਨ ਇੱਧਰੋਂ ਭਾਰਤ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਚੋਟੀ ਦਾ ਵਕੀਲ ਹਰੀਸ਼ ਸਾਵਲੇ ਉੱਥੇ ਭੇਜਿਆ ਗਿਆ, ਔਰ ਉਹਨੇ ਜਾ ਕੇ ਜਿਹੜੀ ਖੇਡਾਂ ਬਾਰੇ ਸਾਲਸੀ ਅਦਾਲਤ ਹੈ CAS ਕਿਹਾ ਜਾਂਦਾ, ਉਹਦੇ 'ਚ ਭਾਰਤੀ ਮਹਿਲਾ ਭਲਵਾਨ ਬਿਨੈਸ਼ ਫੁਗਾਟ ਦਾ ਕੇਸ ਰੱਖਿਆ, ਔਰ ਉਹਨੇ ਆਪਣੀਆਂ ਦਲੀਲਾਂ ਉਹਦੇ 'ਚ ਰੱਖੀਆਂ ਨੇ ਜੀ। 16 ਅਗਸਤ ਨੂੰ ਫੈਸਲਾ ਗਾ ਜਿਹੜਾ ਉਹ ਸੁਣਾਇਆ ਜਾਣਾ ਹੈ, ਖੇਡਾਂ ਬਾਰੇ ਜਿਹੜੀ ਸਾਲਸੀ ਅਦਾਲਤ ਹੈ ਅੰਤਰਰਾਸ਼ਟਰੀ ਉਹਦੇ ਵਿੱਚ 16 ਅਗਸਤ ਨੂੰ ਇਹ ਫੈਸਲਾ ਸੁਣਾਇਆ ਜਾਊਗਾ। ਜਿਸ ਤਰ੍ਹਾਂ ਦੀਆਂ ਦਲੀਲਾਂ ਰੱਖੀਆਂ ਗਈਆਂ ਬਿਨੈਸ਼ ਫੁਗਾਟ ਦੇ ਪੱਖ ਦੇ ਵਿੱਚ ਭਾਰਤੀ ਵਕੀਲ ਦੇ ਵੱਲੋਂ, ਉਹਦੇ 'ਚ ਸੰਭਾਵਨਾ ਇਹ ਹੈ ਕਿ ਉਸ ਨੂੰ ਚਾਂਦੀ ਦਾ ਤਗਮਾ ਜਿਹੜਾ ਉਹ ਦਿੱਤਾ ਜਾ ਸਕਦਾ। ਜੇ ਸਾਲਸੀ ਅਦਾਲਤ ਬਿਨੈਸ਼ ਫੁਗਾਟ ਦੇ ਹੱਕ 'ਚ ਫੈਸਲਾ ਸੁਣਾਉਂਦੀ ਆ ਤਾਂ ਉਹਨੂੰ ਚਾਂਦੀ ਦਾ ਤਗਮਾ ਗਾ ਜਿਹੜਾ ਉਹ ਦਿੱਤਾ ਜਾਊ, ਕਿਉਂਕਿ ਵਕੀਲ ਨੇ ਉੱਥੇ ਬੜੇ ਮਤਲਬ ਦਲੀਲਾਂ ਦੇ ਨਾਲ ਗਾ ਰੱਖੀ ਹੈ ਵੀ ਉਹ ਸੈਮੀਫਾਈਨਲ ਜਿੱਤ ਕੇ ਫਾਈਨਲ 'ਚ ਪਹੁੰਚੀ ਹੈ, ਫਾਈਨਲ ਦੇ ਵਿੱਚ ਜਿਹੜਾ ਚਾਂਦੀ ਦਾ ਤਗਮਾ ਗਾ ਉਹ ਤੁਸੀਂ 2 ਖਿਡਾਰੀਆਂ ਨੂੰ ਦੇ ਸਕਦੇ ਹੋ, ਔਰ ਬਿਨੈਸ਼ ਫੁਗਾਟ ਦਾ ਰਾਈਟ ਆ ਉਹਦੇ 'ਤੇ ਕਿਉਂਕਿ ਉਹ ਫਾਈਨਲ 'ਚ ਪਹੁੰਚ ਚੁੱਕੀ ਸੀਗੀ, ਤਾਂ ਇਸ ਕਰਕੇ ਉਹਨੂੰ ਚਾਂਦੀ ਦਾ ਤਗਮਾ ਮਿਲਣ ਦੀ ਸੰਭਾਵਨਾ। 16 ਅਗਸਤ ਨੂੰ ਫੈਸਲਾ ਆਊਗਾ ਜੀ। ਜੀ ਕਲਕੱਤੇ 'ਚ ਜਿਹੜਾ ਡਾਕਟਰ ਦਾ ਬਲਾਤਕਾਰ ਹੋਇਆ, ਇਹ ਜੱਗੋਂ ਤੇਰਵੀਂ ਗੱਲ ਹੋਈ ਕਿਵੇਂ? ਹਸਪਤਾਲ ਦੇ ਵਿੱਚ ਹੀ ਤੇ ਬਾਕੀ ਉੱਥੇ ਕੋਈ ਨਹੀਂ ਸੀ ਹੋਰ? ਵਾਕਈ ਜੀ ਇਹ ਬੜੀ ਮੰਦਭਾਗੀ ਗੱਲ ਹੋਈ ਹੈ, ਔਰ ਜੱਗੋਂ ਤੇਰਵੀਂ ਵੀ ਕਹਿ ਸਕਦੇ ਹਾਂ ਇਹਨੂੰ। ਡਾਕਟਰ ਸੀ ਉਹ, MD ਦੀ ਸਟੂਡੈਂਟ ਸੀਗੀ ਸੈਕਿੰਡ ਈਅਰ ਦੀ, ਔਰ 28 ਸਾਲ ਦੀ ਉਹਦੀ ਉਮਰ ਸੀ ਡਾਕਟਰ ਦੀ। ਉਹਦੇ ਨਾਲ ਵਹਿਸ਼ੀਆਨਾ ਤਰੀਕੇ ਨਾਲ ਰੇਪ ਕਰਨ ਤੋਂ ਬਾਅਦ ਉਹਦਾ ਬੜਾ ਮਤਲਬ ਬਰੂਟਲ ਤਰੀਕੇ ਦੇ ਨਾਲ ਕਤਲ ਕੀਤਾ ਗਿਆ, ਔਰ ਅਰਧਨਗਰ ਹਾਲਤ ਦੇ ਵਿੱਚ ਉਹਦੀ ਲਾਸ਼ ਆ ਜਿਹੜੀ ਉਹ ਹਸਪਤਾਲ ਦੇ ਵਿੱਚ ਹੀ ਜਿਹੜੀ ਆ ਉਹ ਸੁੱਟ ਦਿੱਤੀ ਗਈ। ਜਿਸ ਤੋਂ ਬਾਅਦ ਡਾਕਟਰਾਂ ਦਾ ਪੂਰੇ ਦੇਸ਼ ਦੇ ਵਿੱਚ ਗੁੱਸਾ ਗਾ ਜਿਹੜਾ ਉਹ ਭਖਿਆ ਹੋਇਆ ਗਾ, ਔਰ ਇਹਦੇ ਖਿਲਾਫ਼ ਪੂਰੇ ਦੇਸ਼ ਦੇ ਵਿੱਚ ਹੜਤਾਲ ਹੋਈ ਹੈ। ਅੱਜ ਅਲਟੀਮੇਟਮ ਡਾਕਟਰਾਂ ਨੇ ਜਿਹੜਾ ਇੱਕ ਵੱਡਾ ਉਹ ਦਿੱਤਾ ਗਾ, ਔਰ ਇਸ ਵਿਸ਼ੇ ਦੇ ਉੱਤੇ ਮਮਤਾ ਬੈਨਰਜੀ ਨੇ ਕੱਲ੍ਹ ਡਾਕਟਰਾਂ ਦੇ ਰੋਹ ਤੋਂ ਬਾਅਦ ਕਿਹਾ ਸੀ ਕਿ ਕੇਸ ਦੀ ਜਾਂਚ ਹੈ ਜਿਹੜੀ ਉਹ CBI ਨੂੰ ਸੌਂਪ ਦਿੱਤੀ ਜਾਊਗੀ। ਅੱਜ
ਅਦਾਲਤ ਦੇ ਵੱਲੋਂ ਸੀ ਬੀ ਆਈ ਨੂੰ ਜਾਂਚ ਹੈ ਜਿਹੜੀ ਉਹ ਸੌਂਪ ਦਿੱਤੀ ਗਈ ਆ। ਹੁਣ ਸੀ ਬੀ ਆਈ ਮਹਿਲਾ ਡਾਕਟਰ ਦੇ ਨਾਲ ਜਿਹੜਾ ਇਹ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕਰੇਗੀ। ਜੀ ਪੰਜਾਬ ਦਾ ਇੱਕ ਨਸ਼ਾ ਤਸਕਰ ਡਿਬਰੂਗੜ੍ਹ ਜੇਲ੍ਹ ਭੇਜਿਆ, ਇਹ ਕੌਣ ਹੈ? ਬਿਲਕੁਲ ਜੀ, ਇਹ ਬਹੁਤ ਵੱਡੀ ਗੱਲ ਹੈ ਗਿੱਲ ਸਾਹਿਬ, ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੁਣ ਤੱਕ ਦੇਖੋ ਪਹਿਲਾਂ ਤਾਂ ਕੋਈ ਉਸ ਰੂਪ ਦੇ ਵਿੱਚ ਭੇਜੇ ਨਹੀਂ ਸੀ ਜਾਂਦੇ। ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਨੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਿਛਲੇ ਸਮੇਂ ਤੋਂ ਬੰਦ ਕੀਤੇ ਹੋਏ ਨੇ। ਲੇਕਿਨ ਹੁਣ ਮਤਲਬ ਇਹ ਅੱਜ ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕਰਦਾ, ਇੱਕ ਨਸ਼ਾ ਤਸਕਰ ਹੈ ਤਰਨ ਤਾਰਨ ਏਰੀਏ ਨੂੰ ਬਿਲੋਂਗ ਕਰਦਾ, ਬਿੱਲਾ ਬਿੱਲਾ 15 ਉਹਦੇ ਤੇ ਕੇਸ ਨੇ ਆਲਰੇਡੀ, ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕਿਆ, ਅੰਤਰਰਾਸ਼ਟਰੀ ਪੱਧਰ ਦਾ ਉਹਦਾ ਨੈਟਵਰਕ ਦੱਸਿਆ ਜਾਂਦਾ ਹੈਗਾ, ਔਰ ਉਹ ਬਾਹਰ ਆਇਆ ਹੋਇਆ ਸੀ ਜਮਾਨਤ ਦੇ ਉੱਤੇ, ਉਹਨੂੰ ਅੱਜ ਗੁਰਦਾਸਪੁਰ ਏਰੀਏ ਦੇ ਵਿੱਚ ਜਿਹੜਾ ਉਹ ਅਰੈਸਟ ਕੀਤਾ ਗਿਆ, ਔਰ ਉੱਥੋਂ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਨਜ਼ਰਬੰਦ ਕਰਕੇ ਜਿਹੜਾ ਉਹ ਅਸਾਮ ਦੀ ਉਸੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ, ਜਿੱਥੇ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਇਸ ਵਕਤ ਬੰਦ ਨੇ। ਹੁਣ ਇਹ ਸਵਾਲ ਵੀ ਖੜਾ ਹੁੰਦਾ ਵੀ ਕੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕੋਲ ਇੱਕ ਨਸ਼ਾ ਤਸਕਰੀ ਦੇ ਵਿੱਚ ਫੜੇ ਬੰਦੇ ਨੂੰ ਭੇਜਣ ਦੇ ਇਹਨਾਂ ਦੇ ਮਕਸਦ ਨੇ, ਕੀ ਮੰਤਵ ਨੇ? ਕਿਉਂਕਿ ਪਹਿਲਾ ਮਾਮਲਾ ਨੀ, ਹੁਣ ਤੱਕ NDPS ਜਾਂ ਨਸ਼ਾ ਤਸਕਰੀ ਦੇ ਮਸਲੇ ਦੇ ਵਿੱਚ ਜਿਹੜੇ ਬੰਦੇ ਫੜੇ ਜਾਂਦੇ ਨੇ ਪੰਜਾਬ ਦੀਆਂ ਜੇਲ੍ਹਾਂ 'ਚ ਹੀ ਬੈਠੇ ਨੇ। ਲੇਕਿਨ ਅੱਜ ਪੰਜਾਬ ਪੁਲਿਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਨਾਲ ਸਾਂਝੇ ਆਪਰੇਸ਼ਨ ਦੇ ਤਹਿਤ ਇਸ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ ਬਿੱਲਾ ਜਿਹਨੂੰ ਗੁਰਦਾਸਪੁਰ ਸ਼ਹਿਰੀ ਤੋਂ ਗ੍ਰਿਫਤਾਰ ਕੀਤਾ ਗਿਆ, 2-3 ਕਿਲੋ ਹੈਰੋਇਨ ਸਮੇਤ ਇਹ ਫੜਿਆ ਦੱਸਿਆ ਜਾਂਦਾ। 2-3 ਕਿਲੋ ਹੈਰੋਇਨ ਸਮੇਤ ਪਹਿਲਾਂ ਹੀ ਬੜੇ ਫੜੇ ਗਏ ਨੇ, ਪਹਿਲਾਂ ਹੀ ਬੜਿਆਂ ਤੇ ਬੜੇ ਕੇਸ ਹੋਏ ਨੇ। ਲੇਕਿਨ ਡਿਬਰੂਗੜ੍ਹ ਜੇਲ੍ਹ ਜਿਹੜਾ ਭੇਜਣ ਦੀ ਇਹ ਰਵਾਇਤ ਚਲਾ ਦਿੱਤੀ ਹੈ, ਉਹਦੇ ਤੇ ਸਵਾਲ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉੱਠਣਗੇ। ਜੀ ਪਹਾੜਾਂ 'ਚ ਮੀਂਹ ਬਹੁਤ ਪਿਆ, ਸਤਲੁਜ ਚੜ੍ਹਦਾ ਜਾਂਦਾ, ਘੱਗਰ ਵੀ ਕਰੂਗਾ ਖਰਾਬ। ਬਿਲਕੁਲ ਗਿੱਲ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਮੀਂਹ ਪਿਆ, ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਹੋਏ ਨੁਕਸਾਨ ਦਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਕਰਕੇ 338 ਸੜਕਾਂ ਬੰਦ ਨੇ, ਮੀਂਹ ਕਰਕੇ ਵਾਪਰੀਆਂ ਘਟਨਾਵਾਂ 'ਚ ਹੁਣ ਤੱਕ 100 ਤੋਂ ਵੱਧ ਮੌਤਾਂ ਨੇ ਜਿਹੜੀਆਂ ਉਹ ਵੱਖ ਵੱਖ ਸੂਬਿਆਂ ਦੇ ਵਿੱਚ ਹੋ ਚੁੱਕੀਆਂ। ਰਾਜਸਥਾਨ ਦੇ ਵਿੱਚ ਜਿੱਥੇ ਕਹਿੰਦੇ ਮੀਂਹ ਘੱਟ ਪੈਂਦੇ ਆ ਉੱਥੇ ਵੀ ਬਹੁਤ ਮੀਂਹ ਇਸ ਵਾਰ ਪੈ ਰਿਹਾ, ਉੱਥੇ ਵੀ ਕਈ ਮੌਤਾਂ ਨੇ ਜਿਹੜੀਆਂ ਉਹ ਹੋਈਆਂ। ਸੋ ਦੇਸ਼ ਦੇ ਵਿੱਚ 100 ਤੋਂ ਵੱਧ ਮੌਤਾਂ ਜਿਹੜੀਆਂ ਮੀਂਹ ਕਰਕੇ ਹੁਣ ਤੱਕ ਹੋ ਚੁੱਕੀਆਂ। ਇੱਧਰ ਆਪਣੇ ਪੰਜਾਬ ਦੇ ਵਿੱਚ ਸਤਲੁਜ ਦਾ ਪਾਣੀ ਵੀ ਚੜ੍ਹਦਾ ਜਾਂਦਾ ਜੀ, ਭਾਵੇਂ ਅਜੇ ਕੋਈ ਖਤਰੇ ਵਾਲੀ ਉਸ ਰੂਪ ਦੀ ਗੱਲ ਨਹੀਂ ਹੈ, ਲੇਕਿਨ ਫਿਰ ਵੀ ਪਾਣੀ ਦਾ ਪੱਧਰ ਜਿੰਨਾ ਵੱਧ ਰਿਹਾ ਹੈਗਾ ਉਹਦੇ ਕਰਕੇ ਆਸੇ ਪਾਸੇ ਦੇ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਿਮ ਜ਼ਰੂਰ ਪਾਇਆ ਜਾ ਰਿਹਾ। ਜੀ ਰਾਜਪਾਲ ਦੇ ਨਾਲ ਸਰਕਾਰ ਦੀ ਸੂਤਨੀ, ਰਾਜਪਾਲ ਸੈਂਟਰ ਦਾ ਰਿਪ੍ਰਜੈਂਟੇਟਿਵ ਆ ਅਤੇ ਸੈਂਟਰ ਦੇ ਜਿਹੜੇ ਪ੍ਰੋਜੈਕਟ ਨੇ ਪੰਜਾਬ 'ਚ ਉਹ ਚੱਲ ਰਹੇ ਨੇ ਜਾਂ ਨਹੀਂ, ਨਿਤਿਨ ਗਡਕਰੀ ਨੇ ਵੀ ਚਿੱਠੀ ਪਾਈ ਹੈ। ਹੁਣ ਇਹ ਕਟਾਰੀਆ ਜੀ ਨਾਲ ਸੂਤ ਆਈ ਭਗਵੰਤ ਮਾਨ ਦੀ ਕਿ ਇਹ ਵੀ ਪੁਰੋਹਿਤ ਵਾਂਗੂ ਇਹਨਾਂ ਨਾਲ ਵੀ ਟੇਢੀ ਆ ਗੱਲ? ਇਹ ਤਾਂ ਕਹਾਂਗੇ ਜੀ ਪੁਰੋਹਿਤ ਤੋਂ। ਅੱਛਾ, ਇਹ ਅਸਲ ਦੇ ਵਿੱਚ ਜੀ ਇਹ ਤਾਂ ਫਿਰ ਗ੍ਰਹਿ ਮੰਤਰੀ ਰਹੇ ਨੇ ਨਾ ਰਾਜਸਥਾਨ ਦੇ। ਆਪਾਂ ਤਾਂ ਪਹਿਲੇ ਦਿਨ ਕਹਿਤਾ ਸੀ ਵੀ ਸ਼ਾਹਬੂਦੀਨ ਸ਼ੇਖ ਵਾਲੇ ਮਸਲੇ ਦੇ ਵਿੱਚ ਨਾ ਬੋਲਦਾ ਸੀ ਜਨਾਬ ਦਾ, ਜਨਾਬ ਹੋਰੀ ਤਾਂ RSS ਦੇ ਨਾਲ ਸ਼ੁਰੂ ਤੋਂ ਜੁੜੇ ਸੀ, ਜਦੋਂ ਮਾਸਟਰ ਹੁੰਦੇ ਸੀ, ਇਹਦੇ ਅਧਿਆਪਕ ਹੁੰਦੇ ਸੀ, ਗਣਿਤ ਦੇ ਸਕੂਲ ਹੁੰਦਾ ਸੀ ਇਹਨਾਂ ਦਾ। ਇਸ ਕਰਕੇ ਮਤਲਬ ਇਹ ਤਾਂ ਬਹੁਤ ਸਰਗਰਮ ਨੇ। ਕੱਲ ਪੰਜਾਬ ਦੀ ਅਫਸਰਸ਼ਾਹੀ ਨੂੰ ਸੱਦ ਕੇ ਬੈਠੇ ਸੀ ਇਹ, ਔਰ ਕੇਂਦਰੀ ਪ੍ਰੋਜੈਕਟਾਂ ਨੂੰ ਨੇਪਰੇ ਚਾੜਨ ਦੀ ਗੱਲ ਕਰਦੇ ਸੀ। ਅੱਜ ਚੀਫ ਸੈਕਟਰੀ ਸੱਦਿਆ ਹੋਇਆ ਸੀ ਜੀ ਪੰਜਾਬ ਦਾ, ਇਹਨਾਂ ਨੇ ਚੀਫ ਸੈਕਟਰੀ ਸਮੇਤ IAS ਅਫਸਰ ਜਿਹੜੇ ਮਤਲਬ ਪੰਜਾਬ ਦੇ ਚੋਟੀ ਦੇ ਨੇ ਉਹ ਸੱਦੇ ਹੋਏ ਸੀਗੇ ਰਾਜਪਾਲ ਸਾਹਿਬ ਨੇ। ਜਦੋਂ ਬਨਵਾਰੀ ਲਾਲ ਪੁਰੋਹਿਤ ਜੀ ਦੌਰਾ ਕਰਦੇ ਸੀਗੇ
ਸਰਹੱਦੀ ਜ਼ਿਲ੍ਹਿਆਂ ਦਾ ਭਗਵੰਤ ਮਾਨ ਉਦੋਂ ਕਹਿੰਦਾ ਹੁੰਦਾ ਸੀਗਾ ਵੀ ਮੇਰੀ ਅੱਧੀ ਸਰਕਾਰ ਤਾਂ ਗਵਰਨਰ ਸਾਹਿਬ ਲਈ ਬੈਠੇ ਨੇ ਫਿਰਦੇ ਨੇ, ਲੇਕਿਨ ਇੱਧਰ ਤਾਂ ਅੱਜ ਮਤਲਬ ਗਵਰਨਰ ਸਾਹਿਬ ਚੀਫ ਸੈਕਟਰੀ ਨੂੰ ਸੱਦੀ ਬੈਠੇ ਹੁਣ, ਚੀਫ ਸੈਕਟਰੀ ਵੀ ਤਾਂ ਸਰਕਾਰ ਹੀ ਚਲਾਉਣ ਵਾਲਾ ਸਭ ਤੋਂ ਵੱਡੀ ਅਹਿਮ ਪੌੜੀ ਹੈ। ਸੋ ਇਸ ਕਰਕੇ ਉਹ ਇੱਕ ਤਾਂ ਉਹ ਮਸਲਾ, ਉਹ ਕੇਂਦਰੀ ਪ੍ਰੋਜੈਕਟਾਂ ਦੇ ਉੱਤੇ ਗੱਲ ਕਰ ਰਹੇ ਨੇ। ਦੂਜੇ ਪਾਸੇ ਭਗਵੰਤ ਮਾਨ ਹੋਰਾਂ ਨੇ, ਨਿਤਿਨ ਗਡਕਰੀ ਨੇ ਜਿਹੜੀ ਚਿੱਠੀ ਲਿਖੀ ਵੀ ਅਸੀਂ ਪ੍ਰੋਜੈਕਟ ਬੰਦ ਕਰ ਦਿਆਂਗੇ ਜੀ, ਅਸੀਂ ਸੜਕਾਂ ਦਾ ਪੈਸਾ ਨਹੀਂ ਦੇਣਾ ਤੁਹਾਨੂੰ, ਹਾਲਾਂਕਿ ਕੋਈ ਪਹਿਲੀ ਧਮਕੀ ਨਹੀਂ ਹੈ, ਇਦੋਂ ਪਹਿਲਾਂ ਰੂਰਲ ਡਿਵੈਲਪਮੈਂਟ ਫੰਡ ਪੰਜਾਬ ਦਾ ਉਹ ਰੋਕੀ ਬੈਠੇ ਨੇ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਉਹ ਰੋਕੀ ਬੈਠੇ ਨੇ, GST ਦਾ ਸਾਰਾ ਉਹ ਲੈ ਜਾਂਦੇ ਨੇ, ਮਤਲਬ ਕਈ ਮਸਲੇ ਕਈ ਰੇੜਕੇ ਜਿਹੜੇ ਨੇ ਉਹ ਅਜੇ ਸੈਂਟਰ ਦੇ ਨਾਲ ਫਸੇ ਹੋਏ ਨੇ। ਲੇਕਿਨ ਅੱਜ ਭਗਵੰਤ ਮਾਨ ਹੋਰਾਂ ਨੇ ਜਿਹੜੀ ਚਿੱਠੀ ਦਾ ਜਵਾਬ ਦਿੱਤਾ ਨਿਤਿਨ ਗਡਕਰੀ ਜੀ ਦਾ, ਉਹਦੇ 'ਚ ਕਈ ਚੀਜ਼ਾਂ ਉਹਨਾਂ ਨੇ ਉਠਾਈਆਂ ਨੇ, ਔਰ ਭਗਵੰਤ ਮਾਨ ਨੇ ਉਹਦੇ ਵਿੱਚ ਕਿਹਾ ਗਾ ਕਿ ਕਿਸਾਨਾਂ ਦੇ ਨਾਲ ਮਤਲਬ ਤੁਸੀਂ ਪੂਰਾ ਮੁਆਵਜ਼ਾ ਦਿਓ, ਮੁਆਵਜ਼ਾ ਪੂਰਾ ਦੇਣ ਦੀ ਥਾਂ ਦੇ ਉੱਤੇ ਮਤਲਬ ਤੁਸੀਂ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਇਹ ਠੀਕ ਨਹੀਂ ਹੈ। ਉੱਧਰ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਵੀ ਕੇਂਦਰ ਸਰਕਾਰ ਸਿਆਸਤ ਕਰ ਰਹੀ ਹੈ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਦੀ ਥਾਂ ਦੇ ਉੱਤੇ। ਜੀ ਨਵਕਿਰਨ, 4 ਲੱਖ ਕਰੋੜ ਦਾ ਲਗਭਗ ਸੂਬੇ ਦੇ ਸਿਰ 'ਤੇ ਕਰਜ਼ਾ, ਚਲੋ ਹੁਣ ਵਾਲਿਆਂ ਨੇ ਨਹੀਂ ਇਕੱਠਾ ਹੁੰਦਾ ਹੁੰਦਾ ਆਇਆ 97 ਤੋਂ ਲੈ ਕੇ ਹੁਣ ਤੱਕ ਆਲਮੋਸਟ 31 ਸਾਲ ਹੋ ਗਏ, 27 ਸਾਲ ਸੋਰੀ ਹੋ ਗਏ। ਹੁਣ ਬਿਜਲੀ ਜਿਹੜੀ ਮੁਫਤ ਮਿਲ ਰਹੀ ਹੈ, ਇਹਨੂੰ ਕੋਈ ਵੀ ਪੋਲੀਟੀਕਲ ਪਾਰਟੀ ਛੇੜਨਾ ਨਹੀਂ ਚਾਹੁੰਦੀ, ਜਿੱਤਣ ਦਾ ਰੌਲਾ ਜਿੱਤਣਾ ਚਾਹੁੰਦੇ ਆ, ਅਤੇ ਬੋਝ ਕਿੰਨਾ ਕੁ ਸਬਸਿਡੀ ਦਾ? ਗੱਲ ਸਾਹਿਬ ਬਹੁਤ ਜ਼ਿਆਦਾ ਬੋਝ ਹੈ, ਔਰ ਮੈਂ ਹੈਰਾਨ ਹਾਂ ਜਦੋਂ ਮੈਂ ਦੇਖ ਰਿਹਾ ਸੀਗਾ ਇਹ ਅੰਕੜੇ ਕਿ ਮੁੱਖ ਮੰਤਰੀ ਸਾਹਿਬ ਜਿੱਥੇ ਵੀ ਬੋਲਦੇ ਨੇ, ਮੁੱਖ ਮੰਤਰੀ ਸਾਹਿਬ ਬੋਲਦੇ ਨੇ ਦੇਖੋ ਜੀ ਨਹਿਰੀ ਪਾਣੀ ਬਹੁਤ ਆ ਰਿਹਾ ਐਤਕੀ 90% ਕਿਸਾਨ ਨੇ ਜਿਹੜੇ ਉਹ ਨਹਿਰੀ ਪਾਣੀ ਲਾ ਰਹੇ ਨੇ। ਉਹ ਤਾਂ ਮਤਲਬ ਕਈ ਵਾਰ ਅੰਕੜਾ ਬੜਾ ਵਧਾ ਚੜਾ ਕੇ ਦੱਸਦੇ ਨੇ, ਮੈਂ ਤਾਂ ਉਹ ਅੰਕੜਾ ਸੁਣ ਕੇ ਹੈਰਾਨੀਜਨਕ ਹੋ ਜਾਂਦਾ, ਇਸ ਕਰਕੇ ਬੋਲਦਾ ਨਹੀਂ। ਮਤਲਬ ਉਹ ਜਿਹੜਾ ਅੰਕੜਾ ਮੁੱਖ ਮੰਤਰੀ ਸਾਹਿਬ ਦੱਸਦੇ ਨੇ ਵੀ ਨਹਿਰੀ ਪਾਣੀ ਬਹੁਤ ਲੋਕਾਂ ਤੱਕ ਪਹੁੰਚ ਰਿਹਾ, ਐਤਕੀ ਮੋਟਰਾਂ ਕਹਿੰਦੇ ਖੜੀਆਂ ਨੇ, ਮੋਟਰਾਂ ਨਹੀਂ ਵਰਤ ਰਹੇ, ਅੰਕੜੇ ਦੇਖਣ ਨਾ ਅੰਕੜੇ ਦੱਸਦੇ ਨੇ ਗਿੱਲ ਸਾਹਿਬ। ਪੰਜਾਬ ਸਰਕਾਰ ਤੇ 1125 ਕਰੋੜ ਦਾ ਵਾਧੂ ਬੋਝ ਪੈ ਗਿਆ ਐਤਕੀ, ਜੇ ਇੰਨਾ ਨਹਿਰੀ ਪਾਣੀ ਮਿਲਿਆ ਹੁੰਦਾ ਕਿਸਾਨਾਂ ਨੂੰ ਤਾਂ ਇਹ ਸਥਿਤੀ ਹੈ ਜਿਹੜੀ ਉਹ ਨਾ ਬਣਦੀ। ਜੂਨ ਮਹੀਨੇ ਦੌਰਾਨ ਬਿਜਲੀ ਦੀ ਖਪਤ 28% ਵਧੀ ਆ, ਜੁਲਾਈ ਮਹੀਨੇ 'ਚ ਬਿਜਲੀ ਦੀ ਖਪਤ ਖੇਤੀ ਖੇਤਰ ਦੇ ਮੋਟਰਾਂ 'ਤੇ 34% ਵਧੀ ਆ ਪਹਿਲਾਂ ਨਾਲੋਂ, 4 ਮਹੀਨਿਆਂ 'ਚ ਪਿਛਲੇ ਸਾਲ ਦੇ ਮੁਕਾਬਲੇ 168 ਕਰੋੜ ਤੋਂ ਵੱਧ ਯੂਨਿਟਾਂ ਦੀ ਖਪਤ ਹੋਈ ਆ ਲਾਸਟ ਈਅਰ ਦੇ ਮੁਕਾਬਲੇ, ਐਤਕੀ 168 ਕਰੋੜ ਬਿਜਲੀ ਦੀਆਂ ਯੂਨਿਟਾਂ ਨੇ 4 ਮਹੀਨਿਆਂ 'ਚ ਵੱਧ ਮੱਚੀਆਂ ਨੇ। ਖੇਤੀ ਖੇਤਰ ਦੇ ਵਿੱਚ ਹੀ ਸਬਸਿਡੀ ਦਾ ਵੱਡਾ ਬੋਝ ਆ ਜਿਹੜਾ ਸਰਕਾਰ ਤੇ ਪੈ ਗਿਆ। 4 ਮਹੀਨਿਆਂ 'ਚ ਬਿਜਲੀ ਸਬਸਿਡੀ ਦਾ ਪਿਛਲੇ ਸਾਲ ਨਾਲੋਂ 1125 ਕਰੋੜ ਰੁਪਇਆ ਵਾਧੂ ਬੋਝ ਪੈ ਗਿਆ। ਜੇ ਇੰਨਾ ਨਹਿਰੀ ਪਾਣੀ ਮਿਲਦਾ ਹੁੰਦਾ ਇੰਨਾ ਬੋਝ ਕਿਉਂ ਪੈਂਦਾ? ਔਰ ਗਿੱਲ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ, ਜੇ ਟੋਟਲ ਦੱਸੀਏ ਪਾਵਰਕੌਮ ਵੱਲੋਂ 2024-25 ਦੇ ਵਿੱਚ 2024-2025 ਦੇ ਵਿੱਚ ਬਿਜਲੀ ਸਬਸਿਡੀ ਕੁੱਲ 21,909 ਕਰੋੜ ਰੁਪਏ ਹੋਣ ਦਾ ਅਨੁਮਾਨ ਲਾਇਆ ਸੀ। ਇਹਦੇ 'ਚੋਂ 10,175 ਕਰੋੜ ਖੇਤੀ ਖੇਤਰ ਦੀ ਬਿਜਲੀ ਸਬਸਿਡੀ ਸੀ, ਘਰੇਲੂ ਬਿਜਲੀ ਸਬਸਿਡੀ ਦਾ ਬਿੱਲ 7,384 ਕਰੋੜ ਦਾ ਅਨੁਮਾਨ ਸੀ, ਪਰ ਜਿੰਨੀ ਖਪਤ ਵੱਧ ਗਈ 1125 ਕਰੋੜ ਰੁਪਇਆ ਉਹ ਵਿੱਚ ਐਡ ਹੋ ਜਾਊਗਾ, ਇਸ ਕਰਕੇ ਤਾਂ ਮਤਲਬ 1000 ਕਰੋੜ ਤੇ ਗਈ ਕਹਾਣੀ ਇਕੱਲੇ ਬਿਜਲੀ ਦੇ ਸਬਸਿਡੀ ਦਾ। ਜੀ ਲਓ ਜੀ, ਬਾਕੀ ਫਿਰ ਗੱਲਬਾਤ ਹੋਊਗੀ ਕੱਲ ਨੂੰ, ਤੇ ਆਪਣਾ ਖਿਆਲ ਰੱਖਿਓ, ਵਧੀਆ ਨੀਂਦ ਹੋਵੇ ਤੇ ਚੜ੍ਹਦੀ ਕਲਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਸਤੇ ਇੰਟਰਸਟ ਰੇਟ ਨੇ ਇੰਨੇ ਔਖੇ ਕਰਤੇ ਲੋਕ,
ਇੱਕ ਘਰ 'ਤੇ ਚਾਰ ਮੌਰਗੇਜਸ ਹੋ ਸਕਦੀਆਂ ਕਿਸੇ ਸੁਣ ਸਮਝਦੇ ਹੋ ਸਮਝ ਸਕਦੇ ਹੋ ਇੱਕ ਰੀਅਲਟਰ ਕਹਿੰਦਾ ਇੱਕ ਘਰ 'ਤੇ ਕਹਿੰਦਾ ਮੈਂ 12% ਤੋਂ ਲੈ ਕੇ 22% ਤੱਕ ਚਾਰ ਮੌਰਗੇਜਸ ਦੇਖੀਆਂ ਨੇ ਕਿਵੇਂ ਸੌਂ ਲਉਂਗੇ ਕਹਿੰਦਾ 21,000 to 22,000 dollars ਦੀ ਕਿਸ਼ਤ ਹੈ ਚੱਕ ਲਓ ਜੀ ਫਸਾ ਲਓ ਇੱਕ ਤਾਂ ਸ਼ਬਦ ਮੈਨੂੰ ਨਾ ਐਡਾ ਭੈੜਾ ਲੱਗਦਾ ਪੰਜਾਬੀਆਂ ਦਾ ਫਸਾ ਲਓ ਅਤੇ ਅੜਾ ਲਓ ਪ੍ਰੋਪਰਟੀਆਂ ਫਸਾਈ ਦੀਆਂ ਅੜਾਈ ਦੀਆਂ ਪ੍ਰੋਪਰਟੀਆਂ 'ਤੇ ਥੋਰੋਲੀ ਇਨਵੈਸਟੀਗੇਟ ਕਰਕੇ ਫੀਜ਼ੇਬਲ ਸਟੱਡੀ ਕਰਕੇ ਫੀਜ਼ੇਬਲ ਦਾ ਇੱਕ ਸ਼ਬਦ ਹੈ ਮਹੀਨਾ ਮਹੀਨਾ ਲੋਕ ਫੀਜ਼ੇਬਲ ਸਟੱਡੀ ਦਾ ਪਰਮਿਟ ਲੈ ਆਪਣੇ ਪਾਉਂਦੇ ਨੇ ਸਬਜੈਕਟ ਫਿਰ ਉਹ ਰਿਮੂਵ ਕਰਦੇ ਨੇ ਅਸੀਂ ਤਾਂ ਮਤਲਬ ਉਹ ਹਾਲ ਕੀਤਾ ਹੁਣ ਨੀਂਦ ਨਹੀਂ ਆਉਂਦੀ ਹੁਣ ਬੋਡੀ ਦੇ ਸਾਰੇ ਲੈਵਲ ਡਿਸਟਰਬ ਹੋਏ ਨੇ ਪਰ ਹਲੇ ਵੀ ਇਸੇ ਤਰ੍ਹਾਂ ਸੋਚਣਾ ਦਬਦਿਆਂ ਨੂੰ ਦਬਾਉਣਾ ਨਹੀਂ ਚਾਹੀਦਾ ਬੇਨਤੀ ਇੱਕੋ ਹੀ ਆ ਇਸੇ ਤਰ੍ਹਾਂ ਹੀ ਸੋਚੋ ਵੀ ਜਿੱਦਣ ਆਏ ਸੀ 2 suitcases ਦੀ ਅਤੇ ਉੱਪਰ ਨਾਈਲੋਨ ਦੀ ਰੱਸੀ ਬੰਨ੍ਹੀ ਹੋਈ ਸੀ ਬਸ ਉਹ ਉਹੀ ਸੀ ਆਪਣੇ ਕੋਲ ਅਤੇ ਉਹ ਹਲੇ ਵੀ ਹੈਗਾ ਹੁਣ 2 ਦੀ ਜਗ੍ਹਾ 20 suitcases ਨੇ ਆਪਣੇ ਕੋਲ ਮੁਸ਼ਕਲ 'ਚੋਂ ਨਿਕਲਣਾ ਹੁੰਦਾ ਅਤੇ ਗਾਂਹ ਦੇ ਲਈ ਸਬਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਕੇ ਜਾਇਓ ਵੀ ਇਸ ਤਰ੍ਹਾਂ ਨਹੀਂ ਫਸਾਉਣੀਆਂ ਨਹੀਂ ਨਾ ਅੜਾਉਣੀਆਂ ਨੇ ਬਾਏ ਕਰਨੀ ਆ ਉਹ ਵੀ ਸਾਹ ਲੈ ਕੇ ਅਤੇ ਵਰਸ ਕੇਸ ਸੁਨੈਰੀ ਉਹਨੂੰ ਟਾਰਗੇਟ ਕਰਕੇ ਬਈ ਆਹ ਇੱਥੇ ਤੱਕ ਜਿੱਥੇ ਤੱਕ ਮਾੜੇ ਦੇ ਘਰ ਤੱਕ ਜੇ ਜਾਈਏ ਕਿਵੇਂ ਜਾ ਸਕਦੇ ਫਿਰ ਪ੍ਰੋਪਰਟੀ ਲੈਣੀ ਹੈ ਅਤੇ ਸੋਚ ਕੇ ਵੀ ਆਪਾਂ ਤੋਂ ਬਹੁਤ ਵੱਡੇ ਨੇ ਉਹਨਾਂ ਵੱਲ ਨਹੀਂ ਦੇਖਣਾ ਆਪਾਂ ਤੋਂ ਜਿਹੜੇ ਛੋਟੇ ਨੇ ਉਹਨਾਂ ਵੱਲ ਵੇਖਣਾ ਪਾਰਟਨਰਸ਼ਿਪ ਪ੍ਰੋਪਰ ਕਰਨੀ ਹੈ ਪ੍ਰੋਪਰ ਲਿਖਤ ਪੜ੍ਹਤ ਕਰਕੇ ਨਹੀਂ ਤਾਂ ਇੱਕ ਕੋਈ ਟੇਢਾ ਝਾਕਣ ਵਾਲਾ ਆ ਗਿਆ ਸਾਰਿਆਂ ਨੂੰ ਡੁਬਾਉਂਦਾ ਮੁੜ ਕੇ ਤੁਹਾਡੇ ਹੱਥੋਂ ਖੋਹੀਆਂ ਪ੍ਰੋਪਰਟੀਆਂ ਜਦ 5-5 ਗੁਣਾ ਮਹਿੰਗੀਆਂ ਵਿਕਦੀਆਂ 20-20 ਵਾਲੀਆਂ 125-125 million ਦੀਆਂ ਵਿਕਦੀਆਂ ਫਿਰ ਬੰਦਾ ਸਾਰੀ ਜ਼ਿੰਦਗੀ ਟੱਕਰਾਂ ਕੰਧਾਂ ਨਾਲ ਮਾਰਦਾ ਕਈ ਵਾਰ ਤੁਸੀਂ ਪਾਡੇ ਅਤੇ ਫੁਕਰੇ ਬੰਦੇ ਨਾਲ ਰਲਾ ਲੈਂਦੇ ਹੋ ਜਿਹੜੇ ਪੱਬਾਂ 'ਤੇ ਹੀ ਤੁਰਦੇ ਆ ਉੱਚੀ ਅੱਡੀ ਦੇ ਸੈਂਡਲਾਂ ਨਾਲ ਉਹ ਫਿਰ ਉਹ ਤੁਹਾਨੂੰ ਮਰਵਾਉਂਦੇ ਆ ਉਹ ਫਿਰ ਮੁੜ ਕੇ ਤੁਸੀਂ ਸਾਰੀ ਜ਼ਿੰਦਗੀ ਤਾਪ ਨਹੀਂ ਆਉਂਦੇ ਖਾਸ ਖਿਆਲ ਰੱਖਣਾ ਬਈ ਕਿਹਨੂੰ ਪਾਰਟਨਰ ਬਣਾਉਣਾ ਅਤੇ ਉਹ ਲਿਖਤ ਪੜ੍ਹਤ ਚੱਲ ਰਹਿਣ ਦਿਓ ਆਪਣਾ ਕੀ ਫਰਕ ਆ ਇਹ ਸਭ ਕੱਚੀਆਂ ਗੱਲਾਂ ਇਹ ਝੂਠ ਨੇ ਜੇ ਬਰਾਬਰ ਹੀ ਸਾਈਨ ਕੀਤੇ ਹੋਣ ਮੌਰਗੇਜ 'ਤੇ ਸਾਈਨ ਕੀਤੇ ਹੋਣ ਕਰਜ਼ੇ 'ਤੇ ਅੰਗੂਠਾ ਲੱਗਿਆ ਹੋਵੇ ਫਿਰ ਗੱਲ ਵਧੀਆ ਰਹਿੰਦੀ ਹੈ ਜਾਂ ਤੁਸੀਂ ਆਫ ਦਾ ਹੁੱਕ ਕਰ ਦਿੰਦੇ ਹੋ ਵੀ ਸਾਡੇ ਨਾਂ ਹੁਣ ਚੱਲ ਤੁਸੀਂ ਐਂ ਹੀ ਰਲ ਜਾਓ ਮਤਲਬ ਤੁਸੀਂ ਗਏ ਫਿਰ ਜਿਹੜਾ ਗੁਰੂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਉਂਦਾ ਉਸ ਗੁਰੂ ਦੇ ਜਾ ਕੇ ਅਰਦਾਸ ਪਤਾ ਕੀ ਕਰਦੇ ਨੇ ਹੁਣ ਲੀਨ ਪਾਉਣੀ ਹੈ ਦੱਸ ਲੈਵਲ ਦੇਖੋ ਇੰਨੇ ਜ਼ਿਆਦਾ ਜੰਗਾਲ ਹੈ ਲੋਕਾਂ ਦੇ ਸਿਰ ਨੂੰ ਲੱਗਿਆ ਹੈ ਅਤੇ ਸਾਰੀ ਲਾਈਫ ਤੁਸੀਂ ਮੁੜ ਕੇ ਉੱਭਰਦੇ ਨਹੀਂ ਉਸ ਸਟਿਗਮੇ ਦੇ ਵਿੱਚੋਂ ਦਰਦ ਦੇ ਵਿੱਚੋਂ ਸੋ ਇਸ ਨੂੰ ਇਹ ਚੀਜ਼ਾਂ ਨਾ ਤਾਂ ਅਮੀਰ ਨਾ ਗਰੀਬ ਜਿੰਨੀ ਵਿਦਵਤਾ ਉਨੇ ਕੇ ਪੈਸੇ ਰਹਿੰਦੇ ਨੇ ਪਰ ਆਪਣੀ ਜ਼ਿੰਦਗੀ ਦਾਅ 'ਤੇ ਨਾ ਲਾਓ ਬਹੁਤ ਔਖਾ ਜਦ ਤੁਸੀਂ ਬਿਮਾਰ ਹੋ ਗਏ ਕਿਸੇ ਨੇ ਨਹੀਂ ਦਵਾਈ ਨੇ ਕਿਸੇ ਦਵਾਈ ਨੇ ਨਹੀਂ ਕੰਮ ਕਰਨਾ ਕਿਉਂਕਿ ਖਾਣਾ ਪੀਣਾ ਖਰਾਬ ਹੋ ਜਾਣਾ ਅਧਿਆਤਮਿਕ ਬਾਅਦ ਤੁਹਾਡੀ ਮੈਡੀਟੇਸ਼ਨ ਰੱਬ ਦਾ ਨਾਂ ਬੰਦ ਹੋ ਜਾਣਾ ਬਸ ਕਰਜ਼ਾ ਤਾਂ ਕਰਜ਼ਾ ਅਤੇ ਕਰਜ਼ਾ ਇੱਕ ਦਿਨ ਕਰਜ਼ੇ 'ਚੋਂ ਮੁਕਤ ਹੋ ਕੇ ਫਤਿਹ ਬੁਲਾ ਕੇ ਅਸੀਂ ਤੁਰ ਜਾਣਾ ਇੱਥੋਂ ਇਹ ਇੱਥੇ ਹੀ ਜ਼ਮੀਨਾਂ ਰਹਿ ਜਾਣੀਆਂ ਨੇ ਸਾਡੇ ਤੋਂ ਪਹਿਲਾਂ ਹਜ਼ਾਰਾਂ ਹੀ ਆਉਂਦਰ ਰਹੇ ਨੇ ਸਾਡੇ ਤੋਂ ਬਾਅਦ ਹਜ਼ਾਰਾਂ ਹੀ ਆਉਂਦਰ ਆਉਣੇ ਨੇ ਸੰਭਲਣ ਦੀ ਲੋੜ ਇਸ ਪਲੈਨਟ 'ਤੇ ਟ੍ਰਾਂਜਿਟ ਦੇ ਵਿੱਚ ਇਸ ਪਲੈਨਟ ਨੂੰ ਵਿਜ਼ਿਟ ਕਰ ਰਿਹਾ ਇਸ ਤਰ੍ਹਾਂ ਸੋਚਣ ਦੀ ਲੋੜ ਹੈ ਜਿਵੇਂ ਹੋਟਲ 'ਚ 5 ਰਾਤਾਂ ਕੱਟ ਕੇ ਮੁੜ ਕੇ ਆਉਂਦੇ ਆ ਨਾ ਇਸੇ ਤਰ੍ਹਾਂ ਹੀ ਇਹ ਦੁਨੀਆ ਇਹ ਸਰਾਂ ਜਿਹੜੀ ਇੱਥੇ ਬਸ ਆਪਾਂ
ਵਿਜ਼ਿਟ ਕਰ ਰਹੇ ਹਾਂ, ਇਸ ਤਰੀਕੇ ਨਾਲ ਸੋਚਦੇ ਹਾਂ। ਸਹਿਜੇ ਸਹਿਜੇ ਬਣਾਓ, ਜਿੰਨੇ ਮਰਜ਼ੀ ਬਣਾਓ, ਪੈਸੇ 'ਚ ਬਹੁਤ ਤਾਕਤ ਹੈ, ਬਹੁਤ। ਦਸਮ ਪਿਤਾ ਨੇ ਬਹਾਦਰ ਸ਼ਾਹ ਨੂੰ ਦੱਸਿਆ ਸੀ ਉਹਦੇ ਨੀਲੇ ਦੇ ਘੋੜੇ ਸ਼ਾਹ ਸਵਾਰ 'ਤੇ ਵੀ ਬਹੁਤ ਵੱਡੀ ਤਾਕਤ, ਜਦ ਖੁਰਜੀ ਕੱਢੀ ਸੋਨੇ ਦੀਆਂ ਮੋਹਰਾਂ ਵਾਲੀ ਖੜਖੜ ਖੜਖੜ ਚਮਕਦੀ। ਦੂਜੀ ਤਾਕਤ ਉਹਦੇ ਉਹਦੇ ਦੱਸਿਆ ਵੀ ਆ ਜਿਹੜੇ ਸਿੰਘਾਸਣ 'ਤੇ ਬੈਠਾ। ਤੀਜੀ ਫਿਰ ਸ੍ਰੀ ਸਾਹਿਬ ਜਦ ਨਿਕਲੀ ਫਿਰ ਕਿਹਾ ਆਖਰੀ ਆ ਚੁੰਕਾਰ ਅਜ਼ਹਰਾ ਮਹੀਰ ਅਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਉਹ ਗੁਰੂ ਦੀ ਅਸੀਂ ਉਮਤ ਹੈ, ਸਮਝਣ ਦੀ ਲੋੜ ਹੈ। ਮੁੜ ਕੇ ਆਉਣਾ, ਜਿਸ ਤਰ੍ਹਾਂ ਕੱਲ੍ਹ ਵੀ ਦੱਸਿਆ ਸੀ ਤੁਹਾਨੂੰ ਕਿ ਬਾਬਾ ਡਿਪਟੀ ਸਿੰਘ ਜੀ ਸਟੂਡੀਓ ਵਿੱਚ ਆਉਣਗੇ, ਇੰਨੀ ਦਿਨੀ ਉਹ ਸਰੀ ਪਹੁੰਚੇ ਹੋਏ ਨੇ, ਕੈਂਪ ਲੱਗ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਸੇਧ ਦੇ ਕੇ ਜਿੰਨੇ ਵੀ ਸਾਡੇ ਪ੍ਰਚਾਰਕ ਨੇ, ਹਰ ਇੱਕ ਦਾ ਪ੍ਰਚਾਰ ਦਾ ਇੱਕ ਢੰਗ ਹੈ, ਪਰ ਬੇਸ ਇੱਕੋ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਦੇਸ਼ ਕੀ ਹੈ। ਕੈਂਪ ਉਹਨਾਂ ਦੇ ਗੁਰਮਤਿ ਕੈਂਪ ਇੱਥੇ ਵੀ ਲੱਗਦੇ ਨੇ ਅਤੇ ਗਿਆਨ ਅੰਜਨ ਗੁਰਦੁਆਰਾ ਸਾਹਿਬ ਹੈ ਜੰਡਿਆਲਾ ਗੁਰੂ ਦੇ ਵਿੱਚ, ਉੱਥੇ ਵੀ ਸਾਲਾਨਾ ਕਈ ਵਾਰ ਉੱਥੇ ਵੀ ਕੈਂਪ ਲੱਗਦੇ ਨੇ ਅਤੇ ਹੋਰ ਮਾਝੇ ਦੇ ਇਲਾਕੇ 'ਚ, ਜੰਮੂ ਦੇ ਇਲਾਕੇ 'ਚ ਉਹ ਸੇਵਾ ਕਰਦੇ ਨੇ। ਜਿੰਨੀ ਸੇਵਾ ਗੁਰੂ ਚਾਹੁੰਦਾ ਇਨਸਾਨ ਉਸ ਤਰ੍ਹਾਂ ਦੇ ਕਰਦਾ, ਲਿਖਤ ਹਾਰ ਹੈ ਜਿਹੜੀ ਉਸੇ ਤਰ੍ਹਾਂ ਹੀ ਹੁੰਦੀ ਹੈ, ਪਰ ਸਾਡਾ ਰਾਹ ਸਿੱਧਾ ਚਾਹੀਦਾ। ਅਤੇ ਉਹ ਉਹਨਾਂ ਨੂੰ ਬੇਨਤੀ ਕੀਤੀ ਸੀ, ਸ੍ਰੀ ਕੁਲਦੀਪ ਸਿੰਘ ਚੀਮਾ ਸਾਡੇ ਮਿੱਤਰ ਨੇ, ਸਵੇਰੇ ਪੰਜਾਬ ਦੇ ਪਰਿਵਾਰ ਦੇ ਮੈਂਬਰ ਨੇ, ਉਹ ਨਾਲ ਆਏ ਹੋਏ ਨੇ ਅਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਸਿੰਘ ਸਾਹਿਬ ਜੀ ਧੰਨਵਾਦ ਬਹੁਤ ਬਹੁਤ, ਤੁਸੀਂ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਜਿਹੜਾ ਇਹ ਕੈਂਪ ਨੇ, ਇਹਦੇ ਵਿੱਚ ਮੈਂ ਕਿਹਾ ਤੁਹਾਡੀ ਜਾਣਕਾਰੀ ਮੈਨੂੰ ਭੇਜੀ ਸੀ ਚੀਮਾ ਸਾਹਿਬ ਨੇ, ਉੱਧਰ ਨੂੰ ਆਪਾਂ ਫਰਦਰ ਜਾਂਦੇ ਹਾਂ। ਬੇਸਿਕਲੀ ਕੈਂਪਾਂ ਦੇ ਵਿੱਚ ਜਿਹੜੇ ਵੀ ਸਿੱਖਣ ਆਉਂਦੇ ਨੇ, ਉਹਨਾਂ ਨੂੰ ਕੀ ਸਿਖਾਇਆ ਜਾਂਦਾ? ਹਾਂਜੀ ਬਿਲਕੁਲ, ਜਦੋਂ ਆਪਾਂ ਗੁਰੂ ਦੀ ਮੱਤ ਦੀ ਗੱਲ ਕਰਦੇ ਹਾਂ ਜੀ, ਅਤੇ ਹਰ ਇੱਕ ਜਿਹੜਾ ਸਿੱਖ ਆ ਉਹ ਗੁਰੂ ਨਾਨਕ ਦਾ ਸੰਦੇਸ਼ ਚਾਹੁੰਦਾ ਆ ਕਿ ਉਹਦੇ ਸੰਗੀਆਂ ਸਾਥੀਆਂ ਤੱਕ, ਗੁਰੂ ਨਾਨਕ ਦੇ ਬੱਚਿਆਂ ਤੱਕ ਪਹੁੰਚੇ ਜੀ। ਕੈਂਪ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਦੇਸ਼ ਲੈ ਕੇ ਆਏ ਜੀ, ਜੋ ਉਹਨਾਂ ਨੇ ਸੰਸਾਰ ਨੂੰ ਇੱਕ ਰਸਤਾ ਦਿਖਾਇਆ ਜੀ, ਕਿਉਂਕਿ ਸੰਸਾਰ ਦੇ ਜਿਹੜੇ ਜੀਵ ਸੀ ਉਹ ਆਪਣੀ ਮੱਤ ਦੁਆਰਾ ਚੱਲ ਰਹੇ ਸੀ ਜੀ, ਕਿ ਜਿਸ ਤਰ੍ਹਾਂ ਪਰਮਾਤਮਾ ਨੂੰ ਮਿਲਣ ਵਾਸਤੇ ਕੋਈ ਪਾਣੀ ਵਿੱਚ ਖਲੋ ਕੇ, ਕੋਈ ਨੰਗੇ ਪੈਰੀ, ਕੋਈ ਭੁੱਖੇ ਰਹਿ ਕੇ, ਕੋਈ ਹੋਰ ਸਾਧਨਾਂ ਦੇ ਨਾਲ ਬਹੁਤ ਕਠਿਨ ਤਪੱਸਿਆ ਕਰਦਾ ਸੀ ਜੀ, ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸੰਦੇਸ਼ ਦਿੱਤਾ ਵੀ ਤੁਹਾਨੂੰ ਕਿਤੇ ਵੀ ਘਰ ਬਾਰ ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣਾ ਕਰਮ ਕਰਦਿਆਂ ਕਰਦਿਆਂ ਜੀ, ਵੀ ਆਪਣਾ ਕਰਮ ਕਰੋ, ਚਾਹੇ ਤੁਸੀਂ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਖੇਤੀ, ਦਿਹਾੜੀ, ਮਜ਼ਦੂਰੀ, ਬਿਜ਼ਨਸ ਕੋਈ ਵੀ ਕਰੋ ਜੀ, ਪਰ ਆਪਣਾ ਜਿਹੜਾ ਧਿਆਨ ਆ ਕਰਮ ਕਰਦਿਆਂ ਕਰਦਿਆਂ ਤੁਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਜੇ ਜੀ। ਅਤੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਿਧਾਂਤ ਦਿੱਤਾ, ਨਾਨਕ ਸਤਿਗੁਰੂ ਭੇਟੀਐ ਪੂਰੀ ਹੋਵੇ ਜੁਗਤ, ਹੱਸਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ, ਅਤੇ ਕੰਮ ਦੇ ਨਾਲ ਨਾਲ ਤੁਸੀਂ ਆਪਣੇ ਪਰਿਵਾਰ 'ਚ ਰਹਿੰਦਿਆਂ ਵੀ ਤੁਸੀਂ ਮੁਕਤ ਹੋ ਸਕਦੇ ਜੇ। ਉਹੀ ਸੰਦੇਸ਼ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਅਸੀਂ ਇੱਥੇ ਸਰੀ ਕਨੇਡਾ ਵਿੱਚ ਲੈ ਕੇ ਆਏ ਹਾਂ ਜੀ, ਵੀ ਇੱਥੇ ਜਿਸ ਤਰ੍ਹਾਂ ਜੀਵ ਕਰਮ ਕਰਦੇ ਆ ਜੀ, ਅਤੇ ਕਈ ਦਫ਼ਾ ਕਰਮ ਕਰਦਿਆਂ ਕਰਦਿਆਂ ਜੀਵ ਹਰਾਸ ਹੋ ਜਾਂਦਾ ਵੀ ਮੈਂ ਤਾਂ ਪਰਮਾਤਮਾ ਨਾਲ ਜੁੜ ਨਹੀਂ ਸਕਦਾ, ਮੈਂ ਤਾਂ ਆਪਣਾ ਜੀਵਨ ਸਫਲ ਨਹੀਂ ਬਣਾ ਸਕਦਾ। ਇਸ ਕਰਕੇ ਅਸੀਂ ਉਹ ਸਮਾਗਮ ਦੇ ਰਾਹੀਂ ਉਹਨੂੰ ਕੈਂਪ ਕਹਿ ਸਕਦੇ ਹਾਂ,
ਉਹਦੇ ਰਾਹੀਂ ਅਸੀਂ ਇਹ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਸੰਦੇਸ਼ ਹੈ ਉਹ ਦਿੰਦੇ ਹਾਂ ਵੀ ਗੁਰੂ ਕੀ ਕਹਿ ਰਿਹਾ ਸਾਨੂੰ। ਹਾਂਜੀ, ਧਿਆਨ ਜਿਹੜਾ ਧਰਨ ਦੀ ਗੱਲ ਬਹੁਤ ਵੱਡੀ ਆ ਭਾਈ ਸਾਹਿਬ, ਇਸ 'ਤੇ ਬੜੀ ਕੰਸਨਟ੍ਰੇਸ਼ਨ ਹਰ ਇੱਕ ਸਿਖਾਉਣ ਵਾਲੇ ਮਹਾਂਪੁਰਖ ਨੇ ਜਾਂ ਕੋਈ ਪ੍ਰਚਾਰਕ ਨੇ ਉਹ ਦੱਸਦੇ ਆ ਵੀ ਕੀ ਕਰਨਾ। ਇੱਕ ਸਾਡੀ ਜਿਹੜੀ ਮਰਿਆਦਾ ਜਿਹ 'ਚ ਨਿਤਨੇਮ ਹੈ, ਉਸ ਤੋਂ ਬਾਅਦ ਫਿਰ ਜਿਹੜਾ ਧਿਆਨ ਧਰਨ ਦੀ ਗੱਲ ਹੈ ਉਹਨੂੰ ਉਹਦੇ ਬਾਰੇ ਕੀ ਤੁਸੀਂ ਸਮਝਾਉਂਦੇ ਹੋ। ਮੈਂ ਇੱਕ ਵਿਸ਼ਾ ਇਹ 2 ਸਾਲ ਪਹਿਲਾਂ ਛੂਹਿਆ ਸੀ, ਸਰ ਅਮਰਦੀਪ ਸਿੰਘ ਨੇ ਆਸਟ੍ਰੇਲੀਆ ਤੋਂ, ਉਹਨਾਂ ਨੇ ਮੰਦਾਵਣੀ ਇੱਕ ਕਿਤਾਬ ਲਿਖੀ ਹੈ। ਉਹੀ ਜਿਹੜੇ ਤੁਹਾਡੇ ਜਿਸ ਤਰ੍ਹਾਂ ਤੁਸੀਂ ਤੁਹਾਡੀਆਂ ਡਾਇਗਰਾਮ ਦੇ ਵਿੱਚ ਚੱਕਰ ਦੱਸੇ ਗਏ ਉਹਨਾਂ ਤੋਂ ਮੈਂ ਸਮਝਣ ਦਾ ਯਤਨ ਕੀਤਾ, ਫਿਰ ਉਹ ਢਿੱਲੇ ਹੋ ਗਏ, ਕੁਦਰਤੀ ਗੱਲ ਵਿੱਚ ਰਹਿ ਗਈ ਸਾਡੀ। ਅੱਜ ਫਿਰ ਉੱਥੋਂ ਹੀ ਮੈਂ ਤੋਰਨੀ ਚਾਹੁੰਦਾ ਬਈ ਉਹ ਜਿਹੜਾ ਤੁਸੀਂ ਉਹਨੂੰ ਸੁਣ ਤੱਕ ਦਸਮ ਦੁਆਰ ਤੱਕ ਲੈ ਕੇ ਜਾਣ ਦੀ ਗੱਲ ਹੈ, ਬ੍ਰਹਿਮੰਡ ਦੀ ਅਤੇ ਪਿੰਡੇ ਦੀ ਇੱਕ ਗੱਲ ਹੈ, ਉਹਨੂੰ ਮਾੜਾ ਜਿਹਾ ਸਮਝਾਓ ਜੀ ਉਹ ਹੈ ਕੀ। ਹਾਂ ਬਿਲਕੁਲ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਿਧਾਂਤ ਆ, ਜੋ ਸੰਦੇਸ਼ ਆ ਜੀ, ਉਹ ਸਾਡੇ ਮਨ ਨੂੰ ਦਿੱਤਾ ਹੋਇਆ। ਹੁਣ ਮਨ ਦਾ ਧਿਆਨ ਕਿਸ ਤਰ੍ਹਾਂ ਜੁੜ ਸਕਦਾ, ਇਹ ਗੁਰੂ ਨਾਨਕ ਦੇਵ ਜੀ ਬੜਾ ਪਿਆਰ ਨਾਲ ਆਪਾਂ ਨੂੰ ਸਮਝਾਉਂਦੇ ਆ ਜੀ, ਕਿ ਜਿਸ ਤਰ੍ਹਾਂ ਹੁਣ ਇੱਕ ਆਮ ਜੀਵ ਆ, ਉਹ ਜਦੋਂ ਵੀ ਕਰਮ ਕਰਦਾ, ਜਿਸਾ ਮੰਨ ਲਓ ਉਹਨੂੰ ਫੁਰਨਾ ਕੋ ਫੁਰਦਾ, ਉਹਦਾ ਧਿਆਨ ਚਲਾ ਜਾਂਦਾ ਆਪਣੇ ਕੰਮ ਵਿੱਚ ਜੀ, ਕਿ ਮੈਂ ਫਲਾਨੇ ਕੰਮ 'ਤੇ ਜਾਣਾ, ਮੈਂ ਆਪਣੀ ਜੋਬ 'ਤੇ ਜਾਣਾ ਜੀ। ਹੁਣ ਜਦੋਂ ਉਹਨੂੰ ਫੁਰਨਾ ਆਉਂਦਾ ਆ, ਉਹ ਆਪਣੇ ਘਰੋਂ ਚੱਲਦਾ, ਫੁਰਨਾ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਸਲਾਹ ਦਿੰਦੀਆਂ, ਉਹ ਚੱਲ ਪੈਂਦਾ। ਹੁਣ ਉਹ ਚੱਲਦਿਆਂ ਚੱਲਦਿਆਂ ਰਸਤੇ ਵਿੱਚ ਇੱਧਰ ਉੱਧਰ ਦੇਖਦਾ ਜਾਂਦਾ ਵੀ ਉਹ ਕੌਣ ਲੰਘ ਗਿਆ, ਕੌਣ ਬੈਠਾ, ਕੌਣ ਬੈਠਾ। ਉਹ ਕਹਿੰਦੇ ਤੂੰ ਆਪਣੇ ਕੰਮ 'ਤੇ ਜਾ ਰਿਹਾ, ਤੂੰ ਹੁਣ ਕਰਮ 'ਤੇ ਜਾਂਦਿਆਂ ਜਾਂਦਿਆਂ ਆਪਣੇ ਧਿਆਨ ਨੂੰ ਜੋੜ ਸਕਦਾ। ਉੱਥੇ ਫਿਰ ਆਪਾਂ ਨੂੰ ਉਹ ਮਹਾਰਾਜ ਨੇ ਤਰੀਕਾ ਦੱਸਿਆ। ਅੱਛਾ ਜੀ। ਕਹਿੰਦੇ ਜਦੋਂ ਤੁਸੀਂ ਫੁਰਨਾ ਲਿਆ, ਕਰਮ ਕਰਨਾ ਸ਼ੁਰੂ ਕਰ ਦਿੱਤਾ, ਕਰਮ ਕਰਦਿਆਂ ਕਰਦਿਆਂ ਜਿਹੜਾ ਤੁਹਾਡਾ ਧਿਆਨ ਆ ਉਹ ਇੱਧਰ ਉੱਧਰ ਵਿਚਾਰਾਂ ਵਿੱਚ ਨਹੀਂ ਜਾਣਾ ਚਾਹੀਦਾ, ਉਹ ਜਿਹੜਾ ਤੁਹਾਡਾ ਧਿਆਨ ਹੈ ਸ਼ਬਦ ਦੇ ਨਾਲ ਜੁੜਨਾ ਚਾਹੀਦਾ। ਜਿਸ ਤਰ੍ਹਾਂ ਆਪਾਂ ਕਈ ਦਫ਼ਾ ਦੇਖਿਆ ਨਾ ਵੀ ਇੱਕ ਮੱਕੜੀ ਆ, ਇੱਥੇ ਤਾਂ ਸ਼ਾਇਦ ਨਹੀਂ, ਆਪਣੇ ਉਹ ਜਾਲਾ ਬਣਾ ਕੇ ਰੱਖਦੀ ਹੈ ਜੀ ਜੀ, ਅਤੇ ਉਹ ਜਦੋਂ ਭੋਜਨ ਦੀ ਤਲਾਸ਼ ਵਿੱਚ ਆਉਂਦੀ ਆ ਅਤੇ ਉਹ ਆਪਣੇ ਮੂੰਹ 'ਚੋਂ ਇੱਕ ਤਾਰ ਕੱਢਦੀ ਆਉਂਦੀ ਆ, ਥੱਲੇ ਨੂੰ ਉੱਤਰਦੀ ਆ, ਹਾਂ ਉੱਤਰਦੀ, ਉਹ ਇੱਕ ਪੁਆਇੰਟ 'ਤੇ ਬੰਨ੍ਹ ਦਿੰਦੀ ਆ, ਆਸ ਪਾਸ ਉਹ ਭੋਜਨ ਚੱਕਦੀ ਆ, ਪਰ ਉਹਦਾ ਧਿਆਨ ਉਹ ਤਾਰ ਵਿੱਚ ਹੁੰਦਾ, ਜਦੋਂ ਇਕੱਠੀ ਕਰਦੀ ਆ ਉੱਥੇ ਜਾ ਅਤੇ ਉੱਥੇ ਚੱਲ ਜਾਂਦੀ। ਇਸੇ ਤਰ੍ਹਾਂ ਆਪਣਾ ਮਨ ਸੁੰਨ ਵਿੱਚੋਂ ਆਉਂਦਾ ਸਵੇਰੇ, ਜਦੋਂ ਸੁੰਨ ਵਿੱਚੋਂ ਆਉਂਦਾ ਰਜੋ ਗੁਣ 'ਤੇ ਇਹਨੇ ਕਰਮ ਕਰਨਾ ਹੁੰਦਾ, ਉਹ ਕਹਿੰਦੇ ਤੁਸੀਂ ਕਰਮ 'ਤੇ ਕਰਦੇ ਹੋ, ਅੱਛਾ ਕਰਦੇ ਹੋ, ਪਰ ਤੁਸੀਂ ਇੱਥੇ ਸ਼ਬਦ ਨੂੰ ਛੱਡ ਜਾਂਦੇ ਹੋ। ਕਰਮ ਕਰੇ ਗੁਰ ਸ਼ਬਦ ਨਾ ਪਛਾਣੇ, ਮਰ ਜਨਮੇ ਵਾਰੋ ਵਾਰਾ। ਗੁਰੂ ਆਪਾਂ ਨੂੰ ਕਹਿੰਦਾ ਕਰਮ ਕਰੋ, ਕੋਈ ਜਿਹੋ ਜਿਹਾ ਮਰਜ਼ੀ ਕਰਮ ਕਰੋ, ਪਰ ਕਰਮ ਕਰਦਿਆਂ ਕਰਦਿਆਂ ਤੁਹਾਡੀ ਸੁਰਤ ਸ਼ਬਦ ਨਾਲ ਜੁੜੀ ਹੋਣੀ ਚਾਹੀਦੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸਾਣੇ ਸ਼ਬਦ ਸੁਰਤ, ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਵੀ ਇੱਥੇ ਕਰਮ 'ਤੇ ਤੁਸੀਂ 6 ਘੰਟੇ ਕਰ ਲਓਗੇ, 7 ਘੰਟੇ ਕਰ ਲਓਗੇ, ਮੋਸਟਲੀ 8 ਘੰਟੇ ਕਰ ਲਓਗੇ ਜੀ, ਫਿਰ ਤਾਂ ਤੁਸੀਂ ਇਹ ਸਰੀਰ ਨੂੰ ਛੱਡਣਾ ਆ, ਅਤੇ ਜਦੋਂ ਸਰੀਰ ਨੂੰ ਛੱਡਣਾ ਜੇ ਤਾਂ ਤੁਸੀਂ ਸ਼ਬਦ ਨਾਲ ਜੁੜੇ ਹੋਵੋਗੇ ਅਤੇ ਸ਼ਬਦ ਨੂੰ ਪਕੜ ਕੇ ਤੁਸੀਂ ਚਲੇ ਜਾਓਗੇ ਸੁੰਨ ਵਿੱਚ, ਜਿਹਨੂੰ ਆਪਾਂ ਦਸਵਾਂ ਦੁਆਰ ਕਹਿੰਦੇ ਹਾਂ। ਅਤੇ ਜੇ ਤੁਸੀਂ ਸ਼ਬਦ ਨੂੰ ਨਾ ਪਕੜਿਆ ਹੋਇਆ ਤਾਂ ਤੁਹਾਡਾ ਧਿਆਨ ਚਲੇ ਜਾਏਗਾ ਸੁਪਨਿਆਂ ਵਿੱਚ, ਫੁਰਨਿਆਂ ਵਿੱਚ, ਸੁਪਨਿਆਂ ਵਿੱਚ ਭਟਕਦੇ ਰਹਾਂਗੇ ਸਾਰਾ ਦਿਨ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਘਰੋਂ ਜਾਓ ਅਤੇ ਘਰ ਹੀ ਵਾਪਸ ਆ ਜਾਓ, ਇਹ ਆਪਾਂ ਨੂੰ ਸਿਧਾਂਤ ਦਿੱਤਾ। ਸੋ ਸ਼ਬਦ ਰਾਹੀਂ ਆਓ ਅਤੇ ਸ਼ਬਦ ਰਾਹੀਂ ਜਾਓ। ਸੋ ਇਹ ਸੌਣ ਦੀ ਵਿਧੀ ਆ ਜੀ, ਸੌਣ ਵੇਲੇ ਵੀ ਇਸ ਤਰ੍ਹਾਂ ਕਰ ਸਕਦਾ ਬੰਦਾ ਧਿਆਨ ਧਰ ਸਕਦਾ। ਹਾਂ, ਕਿਉਂਕਿ ਹਾਂ ਜਦੋਂ ਆਪਾਂ ਸਰੀਰ ਛੱਡਣਾ
ਤੇ ਛੱਡਣਾ ਮਤਲਬ ਸੌਣਾ, ਜਾਂ ਸੌਣਾ ਕਹਿ ਲੈਂਦੇ ਹਾਂ, ਜਾਂ ਉਹ ਦਿਨੇ ਵੀ ਧਿਆਨ ਧਰਨਾ ਉਹਨੂੰ ਵੀ ਤੁਸੀਂ ਸਰੀਰ ਛੱਡਣਾ ਕਹਿ ਰਹੇ ਹੋ? ਜੇ ਸਾਡੇ ਕੋਲ ਟਾਈਮ ਹੈ ਆਪਾਂ ਕੰਮ ਤੋਂ ਵਿਹਲੇ ਹਾਂ, ਮੋਸਟਲੀ ਜਦੋਂ ਆਪਾਂ ਕੰਮ ਤੇ ਹੁੰਦੇ ਹਾਂ ਉਦੋਂ ਆਪਾਂ ਸਮਦ੍ਰਿਸ਼ਟੀ ਬਣਾ ਕੇ ਰੱਖਣੀ ਹੁੰਦੀ ਹੈ, ਜਿਸ ਆਪਾਂ ਕੰਮ ਸ਼ੁਰੂ ਕਰ ਲਿਆ ਤੇ ਆਪਾਂ ਇੱਧਰ ਉੱਧਰ ਨਹੀਂ ਦੇਖਣਾ ਕੌਣ, ਜਿਸ ਤਰ੍ਹਾਂ ਆਪਾਂ ਆਮ ਨਿੰਦਿਆ ਚੁਗਲੀ ਗੱਲਾਂ ਹੋਰ ਗੱਲਾਂ ਕਰਨ ਲੱਗ ਜਾਂਦੇ ਹਾਂ, ਉਹ ਆਉਂਦੇ ਤੁਸੀਂ ਆਪਣੇ ਕੰਮ 'ਤੇ ਕੰਸਨਟਰੇਟ ਕਰੋ ਅਤੇ ਸਮਦ੍ਰਿਸ਼ਟੀ ਹੋ ਜਾਓ ਜੀ, ਵੀ ਤੁਹਾਡਾ ਅੱਧਾ ਧਿਆਨ ਕੰਮ 'ਚ ਹੋਵੇ ਅੱਧਾ ਪਰਮਾਤਮਾ ਸਿਮਰਨ 'ਚ ਹੋਵੇ। ਠੀਕ, ਉਹਨੂੰ ਬਾਣੀ 'ਚ ਕਹਿੰਦੇ ਕਰਮ ਧਰਮ ਤੁਮ ਚੌਪੜ ਸਾਜੋ, ਜਿਸ ਤਰ੍ਹਾਂ ਤੁਹਾਡੇ ਡਾਈ ਪਿਆ ਸੀ ਉੱਥੇ ਬਾਜੀ ਪਈ ਹੈ ਨਾ, ਉਹ ਇੱਕ ਪਾਸੇ ਇਹ ਕਰਮ ਦੀ ਜਿਹਨਾਂ ਸਲਾਹ ਦੇਣੀ ਉਹ ਪੰਜ ਦੂਤ ਆ ਜੀ, ਉਹਨਾਂ ਨੇ ਮਨ ਨੂੰ ਫੁਰਨਾ ਦੇਣਾ ਵੀ ਤੂੰ 8 ਘੰਟੇ ਕੰਮ ਕੀਤਾ, ਤੂੰ 20 ਘੰਟੇ ਕੰਮ ਕਰ, ਤੂੰ ਆਹ ਚੀਜ਼ ਪ੍ਰਾਪਤ ਕਰ ਲਏਗਾ, ਉਹਦੀ ਤ੍ਰਿਸ਼ਨਾ ਉਹਦੀ ਵਧਾਉਣੀ ਆ, ਐਕਸਪੈਕਟੇਸ਼ਨ ਵਧਾਉਣੀ ਆ ਜੀ। ਉਹ ਆਉਂਦੇ ਤੁਸੀਂ ਸਿਮਰਨ ਕਰੋਗੇ, ਇਹ ਜਿਹੜਾ ਪੰਜ ਦੂਤ ਆ ਤੁਹਾਨੂੰ ਫੁਰਨਾ ਦੇਣਗੇ ਉਹਨੂੰ ਤੁਸੀਂ ਪਾਸੇ ਕਰ ਦੋਗੇ, ਕਰਮ ਧਰਮ ਤੁਮ ਚੌਪਟ ਸਾਜੋ, ਸੱਤ ਕਰੋ ਤੁਮਕਾਰੀ, ਕਾਮ ਕ੍ਰੋਧ ਲੋਭ ਮੋਜੀਤੋ, ਐਸੀ ਖੇਲ ਹਰ ਪਿਆਰੀ। ਫਿਰ ਤੁਸੀਂ ਇਹਨੂੰ ਇੱਕ ਖੇਲ ਬਣਾਓ, ਤੁਸੀਂ ਕਰਮ ਕਰਦੇ ਹੋ ਨਾਲ ਨਾਲ ਸਿਮਰਨ ਕਰੋ, ਜੋ ਸਿਮਰਨ ਕਰੋਗੇ ਸਮਦ੍ਰਿਸ਼ਟੀ ਰਹੋਗੇ ਤੁਹਾਡੇ ਅੰਦਰ ਦਇਆ ਆ ਜਾਏਗੀ। ਹੁਣ ਦਇਆ ਆ ਗਈ, ਦਇਆ ਤੋਂ ਧਰਮ ਦਾ ਰਸਤਾ ਚੱਲੇਗਾ। ਹੁਣ ਤੁਸੀਂ ਤੁਰੇ ਜਾਂਦੇ ਜੇ ਤੁਹਾਡੇ ਅੰਦਰ ਦਇਆ, ਤੁਸੀਂ ਸਿਮਰਨ ਕਰਦੇ ਜੇ, ਕੋਈ ਬੰਦਾ ਡਿੱਗਾ ਵਾ ਤੁਸੀਂ ਚੁੱਕੋਗੇ ਉਹਨੂੰ, ਜੇ ਕੋਈ ਭੁੱਖਾ ਵਾ ਤੁਸੀਂ ਉਹਨੂੰ ਰੋਟੀ ਦਿਓਗੇ, ਦਇਆ ਆ ਗਈ ਤੁਹਾਡੇ ਅੰਦਰ। ਜੇ ਤੁਸੀਂ ਸਿਮਰਨ ਨਹੀਂ ਕਰਦੇ ਅੰਦਰੋਂ ਥੋੜ੍ਹਾ ਬਹੁਤ ਵੀ ਨਹੀਂ ਜੁੜੇ ਹੋਏ ਤਾਂ ਤੁਸੀਂ ਤੁਰੇ ਜਾਂਦੇ ਜੇ, ਤਾਂ ਤੁਸੀਂ ਉਹਨੂੰ ਪਾਸੇ ਕਰ ਦਿਓਗੇ, ਤੁਸੀਂ ਹੋਰ ਲੱਤ ਮਾਰੋਗੇ, ਧੱਕਾ ਮਾਰੋਗੇ, ਜਾਂ ਕੰਮ 'ਤੇ ਚੱਲ ਗਏ ਆਪਾਂ ਕਿਸੇ ਦੀ ਵੱਟ ਵੱਢਾਂਗੇ, ਕਿਸੇ ਦਾ ਪਿਆ ਵੱਢਾਂਗੇ, ਕੋਈ ਰਿਸ਼ਵਤ ਲਾਂਗੇ। ਇਸ ਕਰਕੇ ਕਹਿੰਦੇ ਜਦੋਂ ਤੁਸੀਂ ਕਰਮ ਕਰਨਾ, ਜੋ ਸਿਮਰਨ ਕਰੋਗੇ ਦਇਆ ਆ ਜਾਏਗੀ, ਦਇਆ ਆ ਗਈ ਤੁਸੀਂ ਧਰਮ ਦੇ ਰਸਤੇ ਚੱਲ ਜਾਓਗੇ, ਜੋ ਧਰਮ ਦੇ ਰਸਤੇ ਚੱਲ ਗਏ ਤੁਹਾਡੇ ਅੰਦਰ ਹਿੰਮਤ ਆ ਜਾਏਗੀ, ਜਦੋਂ ਹਿੰਮਤ ਆ ਗਈ ਨਾ ਫਿਰ ਤੁਸੀਂ ਇਹਨਾਂ ਪੰਜਾਂ ਦਾ ਡਟ ਕੇ ਮੁਕਾਬਲਾ ਕਰੋਗੇ। ਜੇ ਤੁਹਾਡੇ ਅੱਗੇ ਸਾਹਮਣੇ ਕੋਈ ਔਰਤ ਆ ਗਈ ਹੈ ਤੁਹਾਡਾ ਦ੍ਰਿਸ਼ਟੀ ਨਹੀਂ ਜਾਏਗੀ ਉੱਧਰ, ਜੇ ਤੁਹਾਡੇ ਅੰਦਰ ਤੁਹਾਨੂੰ ਦੇਖਿਆ ਵੱਡੀ ਗੱਡੀ ਵਾਲਾ ਆ ਗਿਆ ਤੁਹਾਡੇ ਅੰਦਰ ਲਾਲਚ ਨਹੀਂ ਪੈਦਾ ਹੋਏਗਾ, ਹਿੰਮਤ ਆ ਗਈ। ਜੋ ਹਿੰਮਤ ਆ ਗਈ ਤਾਂ ਫਿਰ ਤੁਸੀਂ ਪਰਮਾਤਮਾ ਨਾਲ ਜੁੜੋਗੇ, ਉਹਨੂੰ ਮੋਹਕਮ ਕਹਿੰਦੇ ਆ, ਵੀ ਪੂਰਾ ਪਿਆਰ ਪੈ ਜਾਏਗਾ। ਮੁਕਮ ਤੋਂ ਭਾਵ ਹੁੰਦਾ ਵਾ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਜੁੜ ਜਾਣਾ, ਤਾਂ ਜਦੋਂ ਜ਼ਬਰਦਸਤ ਤੁਸੀਂ ਅੰਦਰੋਂ ਜੁੜ ਗਏ ਸ਼ਬਦ ਨਾਲ, ਫਿਰ ਤੁਹਾਡੇ ਅੰਦਰੋਂ ਜੋਤ ਪ੍ਰਕਾਸ਼ ਹੋਏਗੀ, ਜਿਹਨੂੰ ਆਪਾਂ ਸਾਹਿਬ ਕਹਿੰਦੇ ਹਾਂ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਸਿਧਾਂਤ ਦਿੱਤਾ ਵੀ ਆਪਾਂ ਸਮਦ੍ਰਿਸ਼ਟੀ ਰਹਿ ਕੇ ਸਿਮਰਨ ਕਰ ਸਕਦੇ ਹਾਂ। ਔਰ ਅਗਲੀ ਸਟੇਜ ਜਿਹੜਾ ਤੁਸੀਂ ਸਵਾਲ ਕੀਤਾ ਵੀ ਰਾਤ ਨੂੰ, ਅਤੇ ਰਾਤ ਨੂੰ ਫਿਰ ਕਹਿੰਦੇ ਵੀ ਜਦੋਂ ਤੁਸੀਂ ਕੰਮ ਕਰ ਲਿਆ, ਪਹਿਲਾਂ ਤੁਸੀਂ ਰਜੋ ਗੁਣ 'ਤੇ ਸੀ, ਫੁਰਨੇ ਲੈਂਦੇ ਸੀ ਜੀ, ਹੈ ਨਾ, ਹੁਣ ਤੁਸੀਂ ਰਾਤ ਨੂੰ ਕੰਮ 'ਤੇ ਛੱਡ, ਮਨ ਇਹ ਸਰੀਰ ਦਾ ਜਿਹੜਾ ਡਰਾਈਵਰ ਆ ਮਨ ਆ, ਅਤੇ ਮਨ ਨੇ ਛੱਡ ਜਾਣਾ ਸਰੀਰ ਨੂੰ, ਅਤੇ ਮਨ ਨੇ ਕਿੱਥੇ ਜਾਣਾ ਵਾ? ਕਹਿੰਦੇ ਇਹਦੀ ਖੋਜ ਕਰੋ, ਇਸ ਮਨ ਕੋਈ ਖੋਜੋ ਭਾਈ, ਧਨ ਛੁੱਟੇ ਮਨ ਕਹਾਂ ਸਮਾਈ, ਵੀ ਮਨ ਜਦੋਂ ਪਾਉਣ ਨੂੰ ਛੱਡ ਗਿਆ ਤਾਂ ਇਹ ਕਿੱਥੋਂ ਆਇਆ ਸੀਗਾ? ਇਹ ਉਹਦੇ ਫਿਰ ਜਦੋਂ ਖੋਜ ਕਰਦੇ ਨਾ, ਇਹ ਆਇਆ ਸੁੰਨ ਵਿੱਚੋਂ। ਉਹਦੇ ਫਿਰ ਤੁਸੀਂ ਧਿਆਨ ਲਾ ਕੇ ਅਤੇ ਸੁੰਨ ਵਿੱਚ ਜਾਓ, ਅਤੇ ਸਰੀਰ ਨੂੰ ਛੱਡ ਕੇ ਸੁੰਨ 'ਚ ਜਾਓ, ਸੁੰਨ ਤੁਹਾਡਾ ਘਰ ਆ। ਮਾਰੇ ਕਹਿੰਦੇ ਸਤਿਗੁਰ 'ਤੇ ਪਾਏ ਵਿਚਾਰਾ, ਸੁੰਨ ਸਮਾਧ ਸੱਚੇ ਘਰ ਬਾਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸੱਚ ਰਾਮੇ ਨਾਮ ਸਮਾਏ ਦਾ। ਹੁਣ ਜਿਹਨੇ ਤੇ ਸ਼ਬਦ ਨਾਲ ਪ੍ਰੇਮ ਪਾ ਲਿਆ ਉਹ ਸੁੰਨ 'ਚ ਚਲਾ ਜਾਂਦਾ, ਉਹ ਤੇ ਦਰਸ਼ਨ ਕਰਦਾ ਪਰਮੇਸ਼ਰ ਦੇ, ਉਹਨੂੰ ਹੀ ਨਿੱਜ ਮਹਿਲ ਥਿਰ ਘਰ ਦਸਵਾਂ ਦੁਆਰ ਕਹਿਤਾ। ਠੀਕ, ਤੇ ਜਿਹਨੇ ਇੱਥੇ ਆਣ ਕੇ ਰਜੋ ਗੁਣ ਤੇ ਧਰਮ ਨੂੰ ਨਹੀਂ ਦ੍ਰਿੜ ਕੀਤਾ, ਦਇਆ ਨਹੀਂ ਉਹਦੇ ਅੰਦਰ ਆਈ, ਉਹ ਚਲਾ ਗਿਆ ਤ੍ਰਿਸ਼ਨਾ ਦੇ ਵਿੱਚ,
ਹਾਂਜੀ, ਉਹਨਾਂ ਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਵਰਤਾਇਆ, ਉਹ ਫੁਰਨਿਆਂ ਵਿੱਚ ਚਲਾ ਗਿਆ। ਉਹ ਜਦੋਂ ਰਾਤ ਨੂੰ ਸੌਂਦਾ ਉਹਨੂੰ ਸੁਪਨੇ ਚੱਲ ਪੈਂਦੇ। ਇਸ ਕਰਕੇ ਮਰ ਕਹਿੰਦੇ ਜਾਗਤ, ਸੁਪਨ ਅਤੇ ਸਕੋਪਤ ਅਵਸਥਾ, ਤਿੰਨ ਅਵਸਥਾ ਹੁੰਦੀਆਂ। ਵੀ ਜਿਹੜਾ ਆਮ ਜੀਵ ਆ ਜਿਹਨੇ ਗੁਰੂ ਤੋਂ ਮਤ ਨਹੀਂ ਲਈ, ਉਹ ਜਦੋਂ ਇੱਥੇ ਕਰਮ ਕਰਦਾ ਵਾ ਉਦੋਂ ਵੀ ਉਹ ਦੁਖੀ ਆ, ਪਰੇਸ਼ਾਨ ਆ, ਆਪਾਂ ਦੇਖਦੇ ਹਾਂ ਬੋਝ ਉਹਦੇ ਸੰਸੇ ਚਿੰਤਾ। ਜਦੋਂ ਉਹ ਜਾਗੋ ਮਿੱਟੀ ਆ ਉਦੋਂ ਵੀ ਉਹਦੇ ਫੁਰਨੇ ਚੱਲਦੇ ਆ, ਜਦੋਂ ਸੌਂ ਜਾਂਦਾ ਵਾ ਉਹ ਸੁਪਨਿਆਂ 'ਚ ਚੱਲ ਜਾਂਦਾ। ਗਰਭ ਦੇ ਵਿੱਚ ਪਰਮਾਤਮਾ ਨਾਲ ਜੁੜਿਆ ਰਹਿੰਦਾ ਇਨਸਾਨ ਜੀ, ਬਿਲਕੁਲ ਸਦਾ ਹੀ, ਹੋਰ ਕੁਛ ਨਹੀਂ ਕਰਨ ਨੂੰ ਹੈ ਉੱਥੇ। ਹਾਂ, ਉੱਥੇ ਜਦੋਂ ਮਾਤਾ ਦੇ ਉਧਰ ਵਿੱਚ ਸਾਡੀ ਸੁਰਤ ਹੁੰਦੀ ਆ ਜੀ, ਉੱਥੇ ਪਰਮਾਤਮਾ ਦੇ ਸ਼ਬਦ ਨਾਲ ਜੁੜਿਆ ਹੁੰਦਾ। ਮਾਤਾ ਕੁਛ ਕਰਦੀ ਰਹੇ ਉਹਦਾ ਮਤਲਬ ਨਹੀਂ, ਮਾਤਾ ਦਾ ਅਸਰ ਜਿਹੜਾ ਤੱਤਾਂ ਦਾ ਉਹ ਸਰੀਰ ਦੇ ਉੱਪਰ ਪੈਂਦਾ ਪਊਗਾ, ਜਿਹਨੂੰ ਆਪਾਂ ਜੀਨਸ ਕਹਿੰਦੇ ਹਾਂ। ਜਿਹੜੇ ਸਰੀਰ ਦੇ ਤੱਤ ਆ ਨਾ ਉਹ ਮਾਤਾ ਦੇ ਤੱਤਾਂ ਦੇ ਵਿੱਚੋਂ ਹੀ ਲੈ ਜਾਂਦੇ ਆ, ਅਤੇ ਉਹਦੀ ਸੁਰਤ ਪਰ ਰੱਬ ਨਾਲ ਜੁੜੀ ਹੋ। ਉੱਥੇ ਹਰ ਇੱਕ ਜਿਹੜਾ ਜੀਵ ਉਹਦੀ ਸੁਰਤ ਰੱਬ ਨਾਲ ਜੁੜੀ ਆ, ਅਤੇ ਜਦੋਂ ਉੱਥੇ ਮਨ ਸਾਡਾ ਹੁੰਦਾ, ਸਾਡਾ ਮਨ ਉਹ ਪਰਮਾਤਮਾ ਦੇ ਸ਼ਬਦ ਨਾਲ ਜੁੜਿਆ ਹੁੰਦਾ, ਰੱਬ ਉਹਦੇ ਨਾਲ ਇੱਕ ਵੱਖਰਾ ਵਿਸ਼ਾ ਆ। ਮਰ ਕਹਿੰਦੇ ਨੇ ਜੈਸੇ ਜਨਨ ਜਠਰਮੇ ਪ੍ਰਾਣੀ ਉਹ ਰਹਿਤਾ ਨਾਮ ਆਧਾਰ। ਨਾਮ ਤੋਂ ਭਾਵ ਆ ਵੀ ਜਿਸ ਵਿੱਚੋਂ ਉਸ ਮਨ ਦਾ ਜਨਮ ਹੋ ਰਿਹਾ। ਨਾਮ ਇੱਕ ਧੁਨ ਆ, ਇੱਕ ਸ਼ਬਦ ਆ, ਬਿਲਕੁਲ ਠੀਕ। ਉੱਥੇ ਸਾਡੀ ਭਾਸ਼ਾ ਨਹੀਂ ਹੁੰਦੀ ਕੋਈ, ਉਹ ਇੱਕ ਪਰਮਾਤਮਾ ਦੀ ਇੱਕ ਭਾਸ਼ਾ ਆ, ਉਹਨੂੰ ਬਾਣੀ 'ਚ ਕਹਿੰਦੇ ਨੇ ਧੁਨ। ਜਿਸ ਤਰ੍ਹਾਂ ਆਪਾਂ ਬਾਣੀ 'ਚ ਪੜ੍ਹਦੇ ਹਾਂ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ, ਉਹ ਸਹਿਜ ਧੁਨ ਤੋਂ ਹੀ ਸਾਰੀ ਸ੍ਰਿਸ਼ਟੀ ਰਚੀ ਹੋਈ ਆ। ਹੁਣ ਉੱਥੇ ਸ਼ਬਦ ਦੇ ਨਾਲ ਇਸ ਨੂੰ ਇਸ ਕਰਕੇ ਜੋੜ ਕੇ ਰੱਖਦੇ ਆ ਵੀ ਜਦੋਂ ਇਹ ਸੁਰ ਤੋਂ ਸ਼ਬਦ ਨਾਲ ਜੁੜੀ ਆ ਜੀ, ਅਤੇ ਜਿਹੜਾ ਮਾਤਾ ਦੇ ਉਧਰ ਦੇ ਵਿੱਚ ਅਗਨ ਆ ਜੀ, ਜਿੱਥੇ ਇਹ ਤੱਤਾਂ ਨੂੰ ਪਕਾਇਆ ਜਾਂਦਾ, ਉਹਦਾ ਸੇਕ ਨਹੀਂ ਲੱਗਦਾ। ਜੈਸੇ ਜਨਨ ਜਟਰਮੇ ਪ੍ਰਾਣੀ ਉਹ ਰਹਿਤਾ ਨਾਮ ਆਧਾਰ, ਸਾਸ ਸਾਸ ਸਮਾਰੇ ਸੋਈ ਨਾ ਪੋਹੇ ਅਗਨਾਰ। ਅਤੇ ਜਦੋਂ ਉੱਥੋਂ ਥੋੜ੍ਹੇ ਚਿਰ ਬਾਅਦ ਕੀ ਕਰਦੇ ਆ, ਉੱਥੋਂ ਲਿਵ ਤੋੜ ਦਿੰਦੇ ਆ ਅੰਦਰੋਂ ਮਾਤਾ ਦੇ ਉਧਰ 'ਚੋਂ। ਉੱਥੇ ਫਿਰ ਬੱਚਾ ਨਾ ਮਾਤਾ ਦੇ ਅੰਦਰ 'ਚ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਿਲਦਾ ਵਾ, ਇਹ ਬੀਬੀਆਂ ਜਿਹੜੀਆਂ ਜਾਦੀਆਂ ਮਹਿਸੂਸ ਕਰਦੀਆਂ ਹਿਲਦਾ, ਬਾਣੀ 'ਚ ਉਹਨੂੰ ਕਹਿੰਦੇ ਤੜਫਦਾ। ਉਹ ਜਦੋਂ ਸ਼ਬਦ ਨਾਲ ਲਿਵ ਤੋੜਦੇ ਆ ਅਤੇ ਉਹ ਸੇਕ ਲੱਗਦਾ ਉਹਨੂੰ, ਅਤੇ ਉਹ ਤੜਫਦਾ ਉੱਥੇ। ਜਦੋਂ ਤੜਫਦਾ ਅਤੇ ਉਹ ਪਰਮਾਤਮਾ ਫਿਰ ਉਹਦੀ ਲਿਵ ਜੋੜਦੇ ਆ। ਜਦੋਂ ਲਿਵ ਜੋੜਦੇ ਆ ਨਾ, ਉੱਥੇ ਉਹ ਮਨ ਬੇਨਤੀ ਕਰਦਾ, ਉੱਥੇ ਜੋ ਬੇਨਤੀ ਕਰਦਾ ਉਹ ਮਹਾਰਾਜ ਨੇ ਬਾਣੀ 'ਚ ਲਿਖਿਆ ਜੀ, ਉਹਦੀ ਭਾਵਨਾ ਹੈ ਨਾ। ਕਹਿੰਦੇ ਇੱਕ ਖਿਨ ਪਲ ਵਿਸਰੇ ਸੁਆਮੀ ਜਾਣੋ ਬਰਸ ਪਚਾਸਾ, ਵੀ ਇੱਕ ਪਲ ਇਸ ਤਰ੍ਹਾਂ ਮੈਂ ਵਿਛੜ ਗਿਆ ਅਤੇ ਮੈਨੂੰ ਐਂ ਸੇਕ ਲੱਗਾ ਜਿੱਦਾਂ 50 ਵਰੇ ਹੋ ਗਏ। ਉੱਥੇ ਫਿਰ ਪਰਮਾਤਮਾ ਉਹਨੂੰ ਸਮਝਾਉਂਦਾ ਮਨ ਨੂੰ, ਕਹਿੰਦਾ ਜਿਸ ਤਰ੍ਹਾਂ ਸ਼ਬਦ ਨਾਲ ਉਹ ਟੁੱਟ ਗਿਆ ਤੈਨੂੰ ਜਨਨ ਜਠਰ ਦਾ ਸੇਕ ਲੱਗਾ, ਇਸੇ ਤਰ੍ਹਾਂ ਜਦੋਂ ਤੂੰ ਮਾਇਆ ਦੇ ਘਰ 'ਚ ਜਾਏਗਾ ਜੇ ਉੱਥੇ ਸ਼ਬਦ ਨਾਲ ਟੁੱਟ ਗਿਆ ਸੇਕ ਉਹ ਮਾਇਆ, ਉਹਨੂੰ ਉੱਥੇ ਸਮਝਾਉਂਦੇ ਆ ਵੀ ਇਹ ਖੇਲ ਆ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ। ਉੱਥੇ ਜੁੜਿਆ ਹੁੰਦਾ ਵਾ, ਹੁਣ ਕਿਵੇਂ ਜੁੜਨਾ, ਉੱਥੇ ਇਹਨੂੰ ਅਭਿਆਸ ਕਰਾਉਂਦੇ ਆ। ਤਾਂ ਤੁਸੀਂ ਦੇਖਿਆ ਜਦੋਂ ਬੱਚਾ ਜਨਮ ਲੈਂਦਾ ਤਾਂ ਉਹ ਕਈ ਵਾਰੀ ਹੱਸਦਾ, ਕਈ ਵਾਰ ਰੋਂਦਾ, ਛੋਟੇ ਬੱਚੇ ਵੇਖੇ ਨਾ, ਉਹ ਜਦੋਂ ਹੱਸਦਾ ਨਾ ਕਦੀ ਉਹਦੇ ਨਾਲ ਧਿਆਨ ਨਾ ਦੇਖਿਓ, ਉਹ ਬਾਣੀ 'ਚ ਲਿਖਿਆ ਹੋਇਆ ਕਿ ਕਦੋਂ ਹੱਸਦਾ ਕਿਸ ਤਰ੍ਹਾਂ ਰੋਂਦਾ। ਉਹ ਜਦੋਂ ਭਗਤਾਂ ਨੇ ਦੇਖਿਆ ਨਾ, ਜਿਸ ਤਰ੍ਹਾਂ ਨਾਮਦੇਵ ਜੀ ਨੇ ਭਗਤ ਉਹਨਾਂ ਨੂੰ, ਜਿਸ ਤਰ੍ਹਾਂ ਆਪਣੇ ਕੋਲ ਤਾਂ ਅੱਜ ਗੁਰਬਾਣੀ ਆ ਜੀ, ਵੀ ਸਾਨੂੰ ਸਾਰਾ ਮਹਾਰਾਜ ਨੇ ਲਿਖ ਤੀ ਦਿੱਤਾ, ਪਰ ਅਸੀਂ ਕਈ ਰੁਪ ਪੜ੍ਹਦੇ ਨਹੀਂ ਉਹਨੂੰ ਜਾਂ ਖੋਜਦੇ ਨਹੀਂ। ਹੁਣ ਭਗਤਾਂ ਨੂੰ ਉਹਨਾਂ ਦੱਸਣ ਵਾਲਾ ਕੋਈ ਨਹੀਂ ਸੀ ਹੈਗਾ, ਜਿਸ ਤਰ੍ਹਾਂ ਉਹਨਾਂ ਨੇ ਕੀ ਦੇਖਿਆ ਵੀ ਬੱਚਾ ਹੱਸਦਾ, ਜਦੋਂ ਹੱਸਦਾ ਉਹਨਾਂ ਦੇਖਿਆ ਵੀ ਇਹ ਕਿਉਂ ਹੱਸਦਾ ਜੀ, ਉਹਨਾਂ ਦੇਖਿਆ ਵੀ ਇਹ ਨਾ ਸਵਾਸ ਆਪਣੇ, ਤੁਸੀਂ ਕਦੀ ਦੇਖਿਓ ਬੱਚੇ ਨੂੰ
ਉਹਨਾਂ ਬੜਾ ਸਾਹ ਅੰਦਰ ਬਾਹਰ ਖਿੱਚ ਕੇ ਛੱਡਦਾ ਜੀ, ਐਂ ਕਰੇਗਾ। ਥੋੜੇ ਚਿਰ ਬਾਅਦ ਉਹ ਪਾਉਣ ਨੂੰ ਰੋਕ ਲੈਂਦਾ, ਆਹ ਦੋ ਸੁਰਾਂ ਸੰਮ ਹੋ ਜਾਂਦੀਆਂ ਉਹਦੀਆਂ, ਸੰਮ ਹੋ ਗਈਆਂ। ਜਦੋਂ ਰੋਕਦਾ ਤੇ ਅੰਦਰੋਂ ਉਹ ਦਰ ਖੁੱਲ ਜਾਂਦਾ, ਤੇ ਉਹ ਜਦੋਂ ਮਾਲਕ ਦੇ ਦਰਸ਼ਨ ਕਰਦਾ ਨਾ ਪ੍ਰਕਾਸ਼ ਦੇ, ਤੇ ਉਹ ਹੱਸਦਾ, ਮੈਂ ਤੈਨੂੰ ਲੱਭ ਲਿਆ। ਉਹ ਫਿਰ ਮੈਂ ਲੱਭ ਲਿਆ ਤੈਨੂੰ, ਤੂੰ ਮੈਨੂੰ ਪਰਚੇ 'ਚ ਪਾਇਆ ਸੀ, ਮੈਂ ਲੱਭ ਲਿਆ ਤੈਨੂੰ। ਫਿਰ ਉਹਨੂੰ ਬਾਣੀ 'ਚ ਉਹਨਾਂ ਲਿਖ ਦਿੱਤਾ, ਕਹਿੰਦੇ ਕੁੰਭਕ ਭਰਪੂਰ ਲੀਨਾ ਤੋ ਬਾਜੇ ਅਨਹਦ ਬੀਨਾ, ਵੀ ਕੁੰਭਕ ਜਿਸ ਤਰ੍ਹਾਂ ਘੜਾ ਇੱਕ ਭਰਿਆ ਪਾਣੀ ਦਾ ਰੋੜਤਾ, ਜਿਸ ਤਰ੍ਹਾਂ ਪੌਣ ਪੇਟ 'ਚ ਭਰੀ ਛੱਡਤੀ ਉਹ ਫਿਰ ਧਿਆਨ ਸੁਣਨ ਵਿੱਚ ਚਲਾ ਗਿਆ। ਉੱਥੋਂ ਫਿਰ ਉਹ ਕਹਿੰਦੇ ਵੀ ਅਸੀਂ ਦੇਖਿਆ, ਹੈ ਨਾ। ਇਸ ਤਰ੍ਹਾਂ ਫਿਰ ਉਹ ਸ਼ਬਦ ਨਾਲ ਜੁੜਿਆ ਹੁੰਦਾ, ਜਦੋਂ ਸੰਸਾਰ 'ਚ ਆਉਂਦਾ ਟੁੱਟ ਜਾਂਦਾ। ਉਹ ਮਹਾਂ ਦੋ ਚਾਰ ਮਹੀਨੇ ਕਰਦਾ, ਫਿਰ ਆਪਾਂ ਉਹਦਾ ਨਾਂ ਰੱਖ ਲੈਂਦੇ ਹਾਂ, ਹੈ ਨਾ। ਉਹਦੀ ਜਿਹੜੀ ਜੋਤ ਹੁੰਦੀ ਹੈ ਅਸੀਂ ਬਾਹਰ ਇਸਤੇਮਾਲ ਕਰਾਉਂਦੇ ਹਾਂ, ਵੀ ਆਹ ਤੇਰਾ ਚਾਚਾ ਵਾ, ਤੇਰਾ ਮਾਮਾ ਵਾ, ਤੇਰਾ, ਹੈ ਨਾ। ਉਹ ਫਿਰ ਉਹਦਾ ਧਿਆਨ ਕਿੱਥੇ ਆ ਜਾਂਦਾ, ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਅਸੀਂ ਕਰਮ ਨਾਲ ਬਣ ਜਾਂਦੇ ਹਾਂ। ਹੁਣ ਕਰਮ ਤਾਂ ਸਿੱਖਣਾ ਹੀ ਆ, ਪਹਿਲੀ ਸਟੇਜ ਆਪਾਂ ਸਿੱਖ ਲਈ, ਮਾਤਾ ਤੋਂ ਪਿਤਾ ਤੋਂ ਸਿੱਖ ਲਈ, ਪਰ ਅੰਦਰ ਜੋਤ ਦਾ ਇਸਤੇਮਾਲ ਕਰਨਾ ਭੁੱਲ ਜਾਂਦੇ ਹਾਂ। ਉਹ ਫਿਰ ਗੁਰੂ ਦੀ ਡਿਊਟੀ ਲੱਗਦੀ ਆ ਵੀ ਇਹ ਕਰਮ ਨਾਲ ਬੱਝ ਗਏ ਆ, ਇਹ ਅੰਦਰ ਕਿਵੇਂ ਜੁੜਨਗੇ। ਫਿਰ ਇੱਥੇ ਹੌਲੀ ਹੌਲੀ ਕਰਮ 'ਤੇ ਚੱਲਦਿਆਂ ਆਪਾਂ ਦੇਖਦੇ ਹਾਂ, ਅੱਠਵੇਂ ਕ੍ਰੋਧ ਹੋਇਆ ਤਾਂ ਨਾਸ਼, ਫਿਰ ਕ੍ਰੋਧ ਆ ਜਾਂਦਾ, ਮਨ 'ਚ ਕਲੇਸ਼ ਆ ਜਾਂਦਾ, ਪਰੇਸ਼ਾਨ ਹੋ ਜਾਂਦਾ। ਫਿਰ ਉਹ ਦੇਖਦਾ ਵੀ ਇੱਥੇ ਬੜਾ ਪਰੇਸ਼ਾਨੀ ਆ, ਫਿਰ ਉਹਨੂੰ ਦੱਸਦੇ ਵੀ ਅੰਦਰ ਜੋੜ ਜੇ ਬਚਣਾ ਹੀ, ਤਾਂ ਫਿਰ ਉਹ ਗੁਰੂ ਦੱਸਦੇ। ਅੱਜ ਕੱਲ੍ਹ ਧਰਮ ਦੇ ਨਾਲ ਯੋਗ ਦਾ ਬਹੁਤ ਰਲ ਗੱਡ ਹੈ। ਯੋਗੀਆਂ ਨੂੰ ਤਾਂ ਸਾਹਿਬ ਨੇ ਜਾ ਕੇ ਕਹਿਤਾ ਪਰਬਤਾਂ ਦੇ ਵੀ ਤੁਸੀਂ ਪੁੱਠੇ ਲਮਕਦੇ ਹੋ, ਚੰਮ ਤੁਸੀਂ ਸਾੜ ਲਿਆ ਆਪਣਾ। ਬਰੀਦਿੰਗ ਟੈਕਨੀਕਸ ਯੋਗ ਦੇ ਨਾਲ ਧਰਮ ਦੇ ਨਾਲ ਮਿਲ ਗੋਭਾ ਤਾਂ ਨਹੀਂ ਹੋ ਰਿਹਾ ਜੀ ਬਾਹਰ? ਹੋ ਰਿਹਾ ਨਹੀਂ, ਜਿਹੜਾ ਤੱਤ ਗੁਰਮਤਿ ਆ ਸਾਡੀ ਜੀ, ਜਦੋਂ ਆਪਾਂ ਕੋਈ ਸਿਮਰਨ ਦੀ ਭਗਤੀ ਦੀ ਗੱਲ ਕਰਦੇ ਹਾਂ, ਬਹੁਤ ਲੋਕਾਂ ਨੂੰ ਗਿਆਨ ਨਹੀਂ ਹੁੰਦਾ, ਉਹ ਕਹਿ ਦਿੰਦੇ ਯੋਗ ਮਤ ਆ। ਹੁਣ ਗੁਰਬਾਣੀ ਦੇ ਵਿੱਚ ਤਿੰਨ ਤਰ੍ਹਾਂ ਦਾ ਯੋਗ ਦੱਸਿਆ ਹੋਇਆ ਜੀ, ਹੁਣ ਕਿਹੜਾ ਮਨਾ ਵਾ ਔਰ ਕਿਹੜਾ ਅਸੀਂ ਕਰਨਾ, ਇਹ ਆਪਾਂ ਗੁਰੂ ਨੂੰ ਪੁੱਛਣਾ ਹੁੰਦਾ। ਠੀਕ, ਹੁਣ ਤਿੰਨ ਤਰ੍ਹਾਂ ਦਾ ਯੋਗ ਆ। ਇੱਕ ਯੋਗ ਹੁੰਦਾ ਮਨ ਹੱਠ ਯੋਗ, ਮਨ ਹੱਠ ਯੋਗ ਦੇ ਵਿੱਚ ਆਉਂਦਾ ਵਾ ਜਿਸ ਤਰ੍ਹਾਂ ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਘਟਾਵੇ, ਤੋਪੀ ਹੋਮੈ ਮੈਲ ਨਾ ਜਾਵੇ। ਜਿਸ ਤਰ੍ਹਾਂ ਮਨ ਹੱਠ ਕਰਦੇ ਆ, ਘਰ ਬਾਰ ਦਾ ਤਿਆਗ ਕਰ ਦਿੱਤਾ, ਘਰ ਬਾਰ ਦਾ ਤਿਆਗ ਕਰ ਦਿੱਤਾ, ਇੱਥੋਂ ਤੱਕ ਆਪਣੇ ਕਈ ਵਸਤਰਾਂ ਦਾ ਵੀ ਤਿਆਗ ਕਰ ਦਿੰਦੇ ਹਨ। ਮਾਰੇ ਕਹਿੰਦੇ ਨੇ ਵਸਤਰ ਉਤਾਰ ਦਿਗੰਬਰ ਹੋਤ, ਦਿਗੰਬਰ ਹੋ ਜਾਂਦੇ ਆ, ਕੱਪੜਾ ਲਾ ਦਿੱਤਾ, ਕੱਪੜਾ ਲਾ ਕੇ ਕਈ ਫਿਰ ਅੰਜਲ ਦਾ ਰੋਟੀ ਪਾਣੀ ਛੱਡ ਜਾਂਦੇ ਆ। ਫਿਰ ਕਈ ਚੱਲ ਜਾਂਦੇ ਆ ਪਹਾੜਾਂ ਵਿੱਚ, ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਪਵਨ ਪੀਓ ਅਪਿਆਉ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ ਜੀ, ਵੀ ਉਹ ਸੌਂਦੇ ਨਹੀਂ ਆ, ਪੁੱਠੇ ਲਮਕ ਜਾਂਦੇ ਆ, ਜਾਂ ਕੇਸ ਆਪਣੇ ਬੰਨ ਲੈਂਦੇ ਆ, ਵੀ ਨੀਂਦ ਨਾ ਆਵੇ ਝਟਕ ਵਜੇ। ਉਹਨੂੰ ਬਾਣੀ 'ਚ ਕਹਿੰਦੇ ਮਨ ਹੱਠ ਯੋਗ, ਉਹ ਸਾਨੂੰ ਪਾਤਸ਼ਾਹ ਨੇ ਮਨਾ ਕੀਤਾ ਹੋਇਆ ਜੀ। ਪਾਤਸ਼ਾਹ ਕਹਿੰਦੇ ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀ। ਉਹ ਯੋਗ ਜਿਹੜਾ ਆ ਉਹ ਸਾਧਨਾ ਉਹ ਸਾਧਕ ਵਾਸਤੇ ਅੱਛੀ ਨਹੀਂ ਹੈਗੀ, ਕਿਉਂਕਿ ਉਹ ਆਪਣਾ ਕਰਮ ਛੱਡ ਜਾਂਦਾ, ਪਰਿਵਾਰ ਛੱਡ ਜਾਂਦਾ, ਇਹ ਮਨਾ ਕੀਤਾ ਹੋਇਆ। ਦੂਸਰਾ ਯੋਗ ਉਹਨੂੰ ਕਹਿੰਦੇ ਮਨਮਤ ਯੋਗ ਜੀ, ਮਨਮਤ ਯੋਗ ਜਿਸ ਤਰ੍ਹਾਂ ਜੀਵ ਉੱਠੇ ਆਪਣੀ ਮਰਜ਼ੀ ਦੇ ਨਾਲ ਪਾਠ ਕਰਨਾ ਸ਼ੁਰੂ ਕਰ ਲਿਆ, ਆਪਣੀ ਮਰਜ਼ੀ ਦੇ ਨਾਲ ਸਿਮਰਨ ਕਰਨਾ ਸ਼ੁਰੂ ਕਰ ਲਿਆ,
ਆਪਣੀ ਮਰਜ਼ੀ ਦੇ ਨਾਲ ਹੀ ਦਾਨ ਪੁੰਨ ਕਰਨਾ ਸ਼ੁਰੂ ਕਰ ਲਿਆ। ਗੁਰੂ ਨੂੰ ਨਹੀਂ ਪੁੱਛਿਆ, ਗੁਰੂ ਦੀ ਸਲਾਹ ਨਹੀਂ ਲਈ ਜੀ, ਕਿਉਂਕਿ ਆਪ ਮੈਂ ਜੋ ਕਰਦਾ ਸਹੀ ਆ। ਉਹਨੂੰ ਬਾਣੀ ਕਹਿੰਦੇ ਮਨਮੁੱਖ, ਮਨਮੁੱਖ ਵੀ ਯੋਗ ਕਰਦੇ ਆ। ਯੋਗ ਤੋਂ ਭਾਵ ਹੁੰਦਾ ਜੁੜਨਾ, ਅਤੇ ਮਹਾਰਾਜ ਕਹਿੰਦੇ ਨੇ ਮਨਮੁੱਖ ਹਰ ਹਰ ਕਰ ਥੱਕੇ, ਮੈਲ ਨਾ ਸੱਕੀ ਧੋਏ ਜੀ, ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਆਏ, ਮਨ ਮੇਰੇ ਗੁਰਸਰਨ ਆਵੇ ਤਾਂ ਨਿਰਮਲ ਹੋਏ ਜੀ। ਉਹਦੇ ਗੁਰੂ ਦੀ ਮੱਤ ਲੈਣੀ ਪੈਗੀ। ਇਸ ਕਰਕੇ ਜਿਹੜੇ ਮਨਮਤ ਦੁਆਰਾ ਚੱਲਦੇ ਆ ਉਹਨਾਂ ਨੂੰ ਵੀ ਮਹਾਰਾਜ ਨੇ ਮਨ੍ਹਾ ਕਰ ਦਿੱਤਾ। ਮਰ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਹੇ, ਕੋਈ ਨਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਸਾਰੇ ਆਪਣੀ ਮਰਜ਼ੀ ਨਾਲ ਚੱਲ ਪਏ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਜੀ। ਹੁਣ ਤੀਸਰਾ ਯੋਗ ਆਉਂਦਾ ਗੁਰਮਤਿ ਯੋਗ। ਅੱਛਾ ਜੀ, ਗੁਰਮਤਿ ਯੋਗ ਨੂੰ ਹੁੰਦਾ ਸਹਿਜ ਯੋਗ, ਸਹਿਜ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਨਾਲ ਜੁੜਨਾ। ਉਹ ਯੋਗ ਤੋਂ ਭਾਵ ਜੁੜਨਾ, ਯੋਗ ਤੋਂ ਭਾਵ ਯੋਗੀ ਨਹੀਂ ਹੈਗਾ। ਜਿਸ ਹੁਣ ਮੰਨ ਲਓ ਆਪਾਂ ਕੋਈ, ਜਿਸ ਹੁਣ ਮੇਰਾ ਨਾਂ ਡਿਪਟੀ ਆ, ਤੇ ਹੁਣ ਤੁਸੀਂ ਇਹ ਥੋੜ੍ਹੀ ਕਹੋਗੇ ਵੀ ਡਿਪਟੀ ਮੇਅਰ ਆ ਜਾਂ ਡਿਪਟੀ ਮੁੱਖ ਮੰਤਰੀ ਆ। ਇਸੇ ਤਰ੍ਹਾਂ ਯੋਗ ਜਿਹੜਾ ਆ ਨਾ, ਯੋਗ ਤੋਂ ਭਾਵ ਹੁੰਦਾ ਜੁੜਨਾ। ਉਹ ਪਹਿਲੀਆਂ ਦੋ ਕੰਡੀਸ਼ਨਾਂ ਵਿੱਚ ਉਹ ਕਹਿੰਦੇ ਵੀ ਨਹੀਂ ਜੁੜ ਸਕਦੇ। ਤੀਸਰਾ ਵਾ ਗੁਰਮਤਿ ਯੋਗ। ਅਸੀਂ ਆਏ ਪਹਿਲਾਂ ਆਪਾਂ ਗੁਰੂ ਨੂੰ ਪੁੱਛਣਾ, ਨਾਨਕ ਪੂਛ ਚੱਲੋ ਗੁਰ ਆਪਣੇ ਜੀ, ਜਹ ਪ੍ਰਭ ਤਹਿ ਜਾਈਏ। ਹੁਣ ਜਦੋਂ ਗੁਰੂ ਨੂੰ ਪੁੱਛਾਂਗੇ ਫਿਰ ਗੁਰੂ ਦੱਸੇਗਾ ਵੀ ਤੁਹਾਡੀ ਲਿਵ ਕਿਤਰਾਂ ਟੁੱਟੀ ਆ, ਕਿਨ ਬਿਧ ਵਿਛੜੇ, ਕਿਤ ਬਿਧ ਮਿਲੀਏ, ਇਹ ਬਿਧ ਕੌਣ ਪ੍ਰਗਟਾਏ ਜੀਓ ਜੀ। ਆਉਂਦੇ ਨੇ ਮਨਮੁੱਖ ਵਿਛੜੇ, ਗੁਰਮੁਖ ਮਿਲੀਏ, ਗੁਰਮੁਖ ਇਹ ਬਿਧ ਪ੍ਰਗਟਾਏ ਜੀਓ। ਉਹ ਫਿਰ ਸਾਨੂੰ ਦੱਸਣਗੇ ਤੁਹਾਨੂੰ ਘਰ ਬਾਰ ਛੱਡਣ ਦੀ ਲੋੜ ਨਹੀਂ, ਤੁਹਾਨੂੰ ਭੁੱਖੇ ਰਹਿਣ ਦੀ ਲੋੜ ਨਹੀਂ, ਤੁਸੀਂ ਆਪਣੇ ਪਰਿਵਾਰ 'ਚ ਲਓ, ਆਪਣਾ ਕਰਮ ਕਰੋ। ਪਰ ਕਰਮ ਕਰਦਿਆਂ ਕਰਦਿਆਂ ਤੁਸੀਂ ਆਪਣੇ ਧਿਆਨ ਨੂੰ ਜੋੜ ਸਕਦੇ ਜੇ, ਜੁੜ ਸਕਦੇ ਜੇ ਪਰਮਾਤਮਾ ਦੇ ਨਾਲ, ਜਿਹੜਾ ਤੁਹਾਡੇ ਅੰਦਰ ਡਰ ਬਿਠਾਇਆ ਵਾ ਵੀ ਪਰਮਾਤਮਾ ਨੂੰ ਪਾਣੀ 'ਚ ਖਲੋ ਕੇ ਭਗਤੀ ਕਰਨੀ ਪੈਗੀ ਪੁੱਠੇ, ਇਸ ਤਰ੍ਹਾਂ ਨਹੀਂ ਹੈਗਾ ਕੋਈ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਇੱਥੇ ਬੈਠੇ ਹੀ ਪਰਿਵਾਰ ਵਿੱਚ ਬੈਠੇ ਹਾਂ, ਅਸੀਂ ਤੁਹਾਨੂੰ ਯੁਗਤ ਦੱਸਦੇ ਹਾਂ। ਅਤੇ ਮਹਾਰਾਜ ਨੇ ਕਿਹਾ ਯੋਗ ਯੋਗਤ ਤਨ। ਜਦੋਂ ਆਪਾਂ ਗੁਰੂ ਦੀ ਗੱਲ ਸੁਣਾਂਗੇ ਨਾ ਜੀ, ਸੁਣਨਾ ਹੈ ਯੋਗ ਯੋਗਤ ਤਨ ਭੇਦ। ਫਿਰ ਜਦੋਂ ਗੁਰੂ ਦੀ ਗੱਲ ਸੁਣਦੇ ਹਾਂ ਨਾ, ਗੁਰੂ ਫਿਰ ਸਾਨੂੰ ਯੁਗਤ ਦੱਸਦਾ, ਅਤੇ ਜਦੋਂ ਯੁਗਤ ਦੱਸਦਾ ਜੁੜਨ ਦੀ, ਉਹਨੂੰ ਯੋਗੀ ਕਹਿੰਦੇ ਆ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ, ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ। ਉਹਦੇ ਤੁਹਾਨੂੰ ਏਕ ਦ੍ਰਿਸ਼ਟ ਹੋਣਾ ਪਏਗਾ। ਜੋ ਸੰਸਰ ਜਾਣੇ ਯੋਗੀ ਕਹੀਏ ਸੋਈ, ਅੰਜਨ ਵਾਹੇ ਨਿਰੰਜਨ ਰਹੀਏ, ਯੋਗ ਯੁਗਤ ਇਹ ਵਪਾਈਏ। ਉਹਦੇ ਪਰਿਵਾਰ ਵਿੱਚ ਰਹਿੰਦਿਆਂ ਤੁਸੀਂ ਯੁਗਤ ਸਿੱਖ ਸਕਦੇ ਜੇ, ਤੁਸੀਂ ਮਿਲ ਸਕਦੇ ਜੇ। ਇਸ ਕਰਕੇ ਜਦੋਂ ਆਪਾਂ ਤੱਤ ਗੁਰਮਤਿ ਦੀ ਵਿਚਾਰ ਕਰਦੇ ਹਾਂ, ਉਹਦੇ ਵਿੱਚ ਗੁਰਮਤਿ ਯੋਗ ਪੈਦਾ ਹੁੰਦਾ ਜੀ। ਅਤੇ ਜਿਹੜਾ ਗੁਰਮਤਿ ਯੋਗ ਹੈ ਫਿਰ ਉਹ ਸਾਨੂੰ ਸਹੀ ਮਾਰਗ 'ਤੇ ਲੈ ਕੇ ਜਾਂਦਾ। ਯੁਗਤ ਕੀ ਹੈ ਜੀ? ਇੱਕ ਤੁਹਾਡੀ ਡਾਇਗ੍ਰਾਮ ਮੈਂ ਦੇਖ ਰਿਹਾ, ਸਿੱਧੀ ਕਮਰੋੜ ਦੀ ਅਤੇ ਸਿਰ ਦੀ ਇੱਕ ਯੁਗਤ ਹੈ, ਉਹਦੇ 'ਤੇ ਖੰਡ ਲਿਖੇ ਹੋਏ ਨੇ, ਕਿਉਂਕਿ ਉਹ ਮੈਨੂੰ ਬਿਲਕੁਲ ਨਹੀਂ ਪਤਾ ਲੱਗਦਾ, ਕਿਉਂਕਿ ਸਿੱਖਿਆ 'ਤੇ ਹੋਊ, ਉਹ ਕੀ ਹੈ ਜੀ? ਹਾਂ ਬਿਲਕੁਲ, ਹੁਣ ਜਿਸ ਤਰ੍ਹਾਂ ਆਪਣੇ ਵਿਚਾਰ ਚੱਲੀ, ਤੁਸੀਂ ਕਿਹਾ ਵੀ ਮਾਤਾ ਦੇ ਗਰਭ ਦੇ ਵਿੱਚ ਇਹ ਜਿਹੜਾ ਮਨ ਆ ਉਹ ਜੁੜਿਆ ਹੁੰਦਾ ਨਾਮ ਨਾਲ, ਸ਼ਬਦ ਨਾਲ, ਪਰਮਾਤਮਾ ਜੁੜਿਆ ਹੁੰਦਾ ਜੀ। ਹੁਣ ਜਿੱਥੇ ਪਰਮਾਤਮਾ ਨਾਲ ਜੁੜਿਆ ਹੁੰਦਾ ਉਹਨੂੰ ਗੁਰਬਾਣੀ 'ਚ ਕਹਿੰਦੇ ਦਸਵਾਂ ਦੁਆਰ ਜੀ। ਅਤੇ ਉਹ ਜਿਹੜਾ ਦਸਵਾਂ ਦੁਆਰ ਹੈ ਨਾ, ਖੱਟ ਚੱਕਰਾਂ ਤੋਂ ਉੱਪਰ ਆ, ਅਤੇ ਉੱਥੇ ਦਸਵੇਂ ਦੁਆਰ ਵਿੱਚ ਇਹ ਜਿਹੜਾ ਮਨ ਆ ਅਤੇ ਪਰਮਾਤਮਾ ਆਪਸ ਵਿੱਚ ਬਚਨ ਕਰਦੇ ਆ। ਅੱਛਾ ਜੀ, ਜਿਸ ਤਰ੍ਹਾਂ ਇੱਕ ਮਾਤਾ ਪਿਤਾ ਬੱਚੇ ਨੂੰ ਸਮਝਾਉਂਦਾ ਵੀ ਹੁਣ ਤੂੰ ਜਾਣਾ ਵਾ,
ਜਿਸ ਤਰ੍ਹਾਂ ਬੱਚੇ ਆਪਣੇ ਵਿਦੇਸ਼ 'ਚ ਆਉਂਦੇ ਆ ਉਹ ਸਮਝਾਉਂਦੇ ਆ, ਹੈ ਨਾ, ਇਸੇ ਤਰ੍ਹਾਂ ਜਦੋਂ ਉਹਨੂੰ ਖੇਡਣ ਵਾਸਤੇ ਭੇਜਦੇ ਨਾ ਨੌ ਦਰਾਂ 'ਚ, ਉਹਨੂੰ ਸਮਝਾਉਂਦੇ ਆ, ਉਹ ਆਉਂਦੇ ਖੱਟ ਨੇਮ ਕਰ ਕੋਠੜੀ ਬੰਨ੍ਹਦੀ। ਖੱਟ ਹੁੰਦਾ ਉਹ ਛੇ ਛੇ ਜਿਹੜੇ ਚੱਕਰ ਆ ਉਹਨਾਂ ਤੋਂ ਉੱਪਰ ਕਹਿੰਦੇ ਤੇਰਾ ਘਰ ਆ। ਖੱਟ ਨੇਮ ਕਰ ਕੋਠੜੀ ਬੰਨ੍ਹਦੀ, ਬਸਤ ਅਨੂਪ ਬੀਚ ਪਾਈ ਕਿ ਉਹਦੇ ਵਿੱਚ ਅਸੀਂ ਤੇਰੀ ਇੱਕ ਵਸਤੂ ਰੱਖੀ ਹੋਈ ਆ। ਉਹ ਜਿਹੜੀ ਵਸਤੂ ਆ ਨਾ ਉਹ ਮਨ ਦੀ ਖੁਰਾਕ ਆ, ਉਹ ਅੰਮ੍ਰਿਤ ਰਸ ਆ। ਉਹ ਆਂਦੇ ਜਿੰਨੇ ਚਿਰ ਤੋਂ ਇੱਥੇ ਬੈਠਾ ਤੈਨੂੰ ਮਿਲੇਗੀ ਜੀ, ਜਦੋਂ ਤੂੰ ਇੱਥੋਂ ਨਿਕਲਣਾ ਤੇ ਤੂੰ ਪੌਣ ਵਿੱਚ ਮਿਲਣਾ ਜਾ ਕੇ, ਆ ਦੋ ਸੁਰਾਂ ਜਦੋਂ ਗਿਆ ਇਹ ਦਰ ਬੰਦ ਹੋ ਜਾਣਾ ਤੇਰਾ। ਕੁੰਜੀ ਕੁਲਫ ਪ੍ਰਾਣ ਕਰ ਰੱਖੇ ਕਰਤੇ ਬਾਹਰ ਨਾ ਲਾਈ, ਵੀ ਇਹਨੂੰ ਜਿੰਦਰਾ ਲੱਗ ਜਾਣਾ ਪ੍ਰਾਣਾਂ ਦਾ, ਵਿੱਚ ਚਾਬੀ ਰਹਿਣੀ ਆ। ਤੇ ਜਦੋਂ ਤੂੰ ਚਲਾ ਗਿਆ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ ਚੋਰ ਮੁਸੇ ਕਰ ਜਾਈ। ਵੀ ਜੇ ਤੂੰ ਉੱਥੇ ਜਾ ਕੇ ਜਾਗਤ ਰਿਹਾ ਹਾਂਜੀ ਇਹ ਵਸਤੂ ਨੂੰ ਪ੍ਰਾਪਤ ਕਰ ਲੇਗਾ, ਜੇ ਤੂੰ ਗਾਫਲ ਹੋ ਗਿਆ ਨੌ ਘਰ ਦੇਖ ਜੋ ਕਾਮਨ ਭੂਲੀ, ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤੱਤ ਸਮਾਈ। ਹੁਣ ਜਦੋਂ ਮਨ ਇੱਧਰ ਆ ਗਿਆ ਇੱਧਰ ਪ੍ਰਵੇਸ਼ ਹੋਇਆ ਤੇ ਆਪਣੀ ਲਿਵ ਟੁੱਟਦੀ ਨਾ ਜਦੋਂ ਬੱਚੇ ਦਾ ਜਨਮ ਹੁੰਦਾ ਵਾ ਤੇ ਆਪਾਂ ਕੱਟਦੇ ਨੀ ਜੀ, ਜਦੋਂ ਉੱਥੇ ਕੱਟਦੇ ਆ ਤੇ ਅੰਦਰੋਂ ਉਹ ਉਹ ਜਿਹਦੇ ਸ਼ਬਦ ਨਾਲ ਜੁੜਿਆ ਹੁੰਦਾ ਨਾ ਸੁਖਮਨ ਟੁੱਟ ਜਾਂਦੀ ਆ, ਉਹਨੂੰ ਬਾਣੀ 'ਚ ਕਹਿੰਦੇ ਨੇ ਧਾਗਾ ਟੂਟਾ ਗਗਨ ਬਿਨਸ ਗਿਆ। ਜੋ ਸ਼ਬਦ ਨਾਲ ਟੁੱਟ ਗਿਆ ਇਹ ਪੌਣ 'ਚ ਆ ਗਿਆ, ਪੌਣ ਵਿੱਚ ਜਦੋਂ ਮਿਲ ਗਿਆ ਤੇ ਇਹਦੇ ਮਨ ਦੇ ਅੰਦਰ ਵਿਚਾਰ ਚੱਲ ਪੈਂਦੇ, ਰੋਣ ਲੱਗ ਪੈਂਦਾ। ਬਿਲਕੁਲ ਠੀਕ, ਮਾਰ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿੱਲਾ ਰੋਂਦਾ। ਜਦੋਂ ਰੋਣ ਲੱਗ ਪਿਆ ਇੱਧਰ ਫਿਰ ਚੱਲ ਪੈਂਦਾ ਖੇਲ। ਹੁਣ ਜਦੋਂ ਗੁਰੂ ਆਉਂਦਾ ਸੰਸਾਰ 'ਚ ਉਹ ਦੱਸਦਾ ਵੀ ਤੇਰੀ ਲਿਵ ਟੁੱਟੀ ਹੋਈ ਆ ਤੇ ਉਹ ਸ਼ਬਦ ਤੇਰੇ ਅੰਦਰ ਚੱਲਦਾ ਪਿਆ, ਤੇ ਉਹ ਕਹਿੰਦਾ ਵੀ ਕਿੱਥੇ ਚੱਲਦਾ ਪਿਆ, ਉਹ ਕਹਿੰਦੇ ਤੇਰੇ ਅੰਦਰ ਆ ਗੁਪਤ, ਜਿੱਥੇ ਤੇਰਾ ਦਰ ਸੀ ਨਾ ਉਹਦੇ ਅਗਲੇ ਪਾਸੇ ਉਹ ਸ਼ਬਦ ਚੱਲਦਾ। ਫਿਰ ਉਹ ਗੁਰੂ ਚੇਤਾ ਕਰਾਉਂਦਾ ਇਹਨੂੰ, ਗੁਰੂ ਆਂਦਾ ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ। ਜੇ ਸਾਨੂੰ ਕਲਯੁਗ ਵਿੱਚ ਗੁਰੂ ਨਾਨਕ ਮਹਾਰਾਜ ਪ੍ਰਗਟ ਹੋਏ, ਹੁਣ ਸਤਿਗੁਰ ਦੀ ਬਾਣੀ ਆਪਣਾ ਪੂਰਾ ਗੁਰੂ ਆ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ। ਬਿਲਕੁਲ, ਹੁਣ ਪੂਰਾ ਗੁਰੂ ਆਪਾਂ ਨੂੰ ਦੱਸਦਾ ਕਹਿੰਦਾ ਨੇ ਤੇਰੇ ਅੰਦਰ ਉਹ ਚੱਲ ਰਿਹਾ ਸ਼ਬਦ ਜੀ, ਤੂੰ ਬਾਹਰ ਆ ਗਿਆ ਇੱਥੇ ਪਹਾੜਾਂ 'ਤੇ ਚੜ ਗਿਆ ਜਾਂ ਹੋਰ ਕਿਤੇ ਚੱਲ ਗਿਆ, ਹੈ ਨਾ। ਤੂੰ ਆਂਦਾ ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਣ। ਪੰਜ ਸ਼ਬਦ ਧੁਨਕਾਰ ਧੁਨ ਤੇ ਬਾਜੇ ਸ਼ਬਦ ਨਿਸ਼ਾਨ, ਵੀ ਉੱਥੇ ਲਗਾਤਾਰ ਉਹ ਸ਼ਬਦ ਚੱਲ ਰਹੇ ਆ। ਤਾਰ ਘੋਰ ਬਜੰਤਰ ਤੇ ਸਾਚ ਤਖਤ ਸੁਲਤਾਨ, ਵੀ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਧੁਨੀਆਂ ਆਵਾਜ਼ਾਂ ਚੱਲਦੀਆਂ ਪਈਆਂ। ਤੂੰ ਕਿੱਥੇ ਚੱਲਦੇ ਆ, ਕਹਿੰਦੇ ਸੁਖਮਨ ਕੇ ਕਰ ਰਾਗ ਸੁਣ, ਸੁਨ ਮੰਡਲ ਲਿਵ ਲਾਏ, ਕਹਿੰਦੇ ਸਹਿਜ ਵਿੱਚ ਸੁਨ ਦੇ ਵਿੱਚ ਉਹ ਤੇਰੇ ਅੰਦਰ ਸ਼ਬਦ ਚੱਲਦਾ ਪਿਆ, ਤੇ ਤੂੰ ਇੱਥੇ ਬਾਹਰ ਆ ਵਿਚਾਰਾਂ 'ਚ, ਤੂੰ ਫਿਰ ਆਪਣੇ ਧਿਆਨ ਉੱਥੇ ਲੈ ਕੇ ਜਾ ਅੰਦਰ ਸੁਣ। ਫਿਰ ਅਸੀਂ ਬੇਨਤੀ ਕਰਦੇ ਮਹਾਰਾਜ ਕਿਵੇਂ ਜੀ ਕਿਵੇਂ ਸੁਣਿਆ ਜਾਂਦਾ ਨਾ। ਫਿਰ ਗੁਰੂ ਉਹ ਜੁਗਤ ਦੱਸਦਾ, ਗੁਰੂ ਨੇ ਤਰੀਕਾ ਦੱਸਣਾ ਹੁੰਦਾ, ਤੇ ਗੁਰੂ ਦੱਸਦਾ ਵਾ ਵੀ ਤੁਸੀਂ ਬਾਹਰੋਂ ਆਪਣੇ ਧਿਆਨ ਉੱਥੇ ਕਿਵੇਂ ਲੈ ਸਕਦੇ। ਉਹ ਆਂਦੇ ਵੀ ਅੰਦਰ ਜਾਣ ਵਾਸਤੇ ਆ ਬੱਜਰ ਕਪਾਟ ਹੋ ਗਿਆ, ਹੁਣ ਆਪਣਾ ਸੰਤੁਲਨ ਵਿਗੜ ਕਰਕੇ ਧਿਆਨ ਅੰਦਰ ਨਹੀਂ ਜਾਂਦਾ। ਕਹਿੰਦੇ ਕੀ ਕਰਨਾ ਤੁਸੀਂ, ਇਹਨੂੰ ਖੋਲ੍ਹਣਾ ਵਾ ਸਿਮਰਨ ਕਰਕੇ, ਅਤੇ ਸਿਮਰਨ ਕਰਕੇ ਕਿਵੇਂ ਖੋਲ੍ਹਣਾ, ਮਾਰੇ ਕਹਿੰਦੇ ਨੇ ਬੱਜਰ ਕਪਾਟ ਕਾਇਆਗੜ੍ਹ ਪੀਤਰ, ਕੋੜ ਕੁਸਤ ਅਭਿਮਾਨੀ ਭਰਮ ਭੂਲੇ ਨਦਰੀ ਨਾਵਨੀ, ਮਨਮੁੱਖ ਅੰਧ ਅਗਿਆਨੀ,
ਅਪਾਉ ਕੀਤੇ ਨਾ ਲੱਭਣੀ, ਕਰ ਭੇਖ ਤੱਕੇ ਭੇਖਵਾਨੇ ਗੁਰ ਸ਼ਬਦੀ ਖੁਲਾਇਨ। ਗੁਰੂ ਫਿਰ ਸਾਨੂੰ ਮੰਤਰ ਦਿੰਦਾ, ਕਹਿੰਦਾ ਜੇ ਇਹਨੂੰ ਖੋਲ੍ਹਣਾ ਹੈ ਨਾ, ਗੁਰ ਸ਼ਬਦੀ ਖੁਲਾਇਨ ਕੀ ਕਰੋ, ਕਹਿੰਦੇ ਗੁਰ ਸ਼ਬਦੀ ਖੁਲਾਇਨ ਹਰ ਨਾਮ ਜਪਾਨੀ, ਕਹਿੰਦੇ ਤੁਸੀਂ ਸਿਮਰਨ ਕਰੋ। ਹੁਣ ਅਸੀਂ ਸਿਮਰਨ ਸ਼ੁਰੂ ਕਰਦੇ ਹਾਂ, ਅਸੀਂ ਕਹਿੰਦੇ ਸਿਮਰਨ ਕਰਦਾ ਮਨ ਨਹੀਂ ਟਿਕਦਾ ਸਾਡਾ, ਹੈ ਨਾ, ਤੇ ਗੁਰੂ ਕਹਿੰਦਾ ਮੈਂ ਤਰੀਕਾ ਦੱਸਦਾ ਤੁਹਾਨੂੰ, ਇਹ ਫਿਰ ਜੁਗਤ ਦੱਸਦਾ ਗੁਰੂ। ਕਹਿੰਦਾ ਜਦੋਂ ਤੁਸੀਂ ਸਿਮਰਨ ਕਰਨਾ, ਉਚਾਰਨ ਕਰਨਾ, ਤੁਸੀਂ ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ। ਗੁਰੂ ਕਹਿੰਦਾ ਰਸਨਾ, ਰਸਨਾ ਤੋਂ ਬੋਲਣਾ ਜੀ, ਤੇ ਕੰਨਾਂ ਨਾਲ ਸੁਣਨਾ। ਧਿਆਨ ਕਿੱਥੇ ਰੱਖਣਾ? ਕਹਿੰਦੇ ਨੇ ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ 'ਤੇ ਆਈਏ ਸੋਈ। ਵੀ ਜਦੋਂ ਆਪਾਂ ਬੋਲਾਂਗੇ ਵਾਹ, ਜਿਸ ਹੁਣ ਮੈਂ ਬੋਲ ਰਿਹਾ, ਤੁਸੀਂ ਮੇਰੀ ਕਾ ਜੇ ਧਿਆਨ ਨਾਲ ਸੁਣੋਗੇ, ਇੱਧਰ ਉੱਧਰ ਨਹੀਂ ਜਾਏਗਾ ਮਨ। ਕਹਿੰਦੇ ਤੁਸੀਂ ਕੀ ਕਰੋ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਕਿ ਤੁਸੀਂ ਆਪਣੀ ਧੁਨ ਵਿੱਚ ਧਿਆਨ ਰੱਖੋ ਜੀ। ਹੁਣ ਇੱਥੇ ਬਹੁਤ ਸਾਰੇ ਜੀਵ ਜਦੋਂ ਸਿਮਰਨ ਕਰਾਉਂਦੇ ਆ ਜਾਂ ਕੋਈ, ਹੈ ਨਾ, ਕੋਈ ਕਹਿੰਦਾ ਮੱਥੇ 'ਚ ਧਿਆਨ ਰੱਖ ਲਓ, ਹਾਂਜੀ ਬਹੁਤ ਕੁਛ, ਕੋਈ ਕਹਿੰਦਾ ਕਿਸੇ ਫੋਟੋ 'ਚ ਧਿਆਨ ਰੱਖ ਲਓ ਜਾਂ ਕਿਸੇ, ਹੈ ਨਾ। ਇਹ ਮਹਾਰੇ ਨੇ ਕਿਹਾ ਵੀ ਧਿਆਨ ਕਿੱਥੇ ਰੱਖਣਾ, ਕਹਿੰਦੇ ਧੁਨ ਮੈਂ ਧਿਆਨ, ਧੁਨ ਸ਼ਬਦ ਜੋ ਆਪਾਂ ਬੋਲਦੇ ਹਾਂ ਗੁਰਮੰਤਰ, ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਜੀ। ਜਦੋਂ ਇਹ ਆਪਾਂ ਧੁਨ ਵਿੱਚ ਲੀਨ ਹੁੰਦੇ ਜਾਵਾਂਗੇ ਤੇ ਸਾਡਾ ਧਿਆਨ ਉੱਥੇ ਚੱਲ ਜਾਏਗਾ ਅੰਤਰਗਤ। ਧੁਨ ਵਾਹਿਗੁਰੂ ਦੀ ਹੋਈ ਹੈ, ਹਾਂ, ਆਪਣੇ ਸ਼ਬਦ ਦੀ, ਵਾਹਿਗੁਰੂ ਦੀ ਜਿਹੜੀ ਆਪਾਂ ਬੋਲਦੇ ਹਾਂ, ਵਾਹਿਗੁਰੂ, ਇੱਕ ਆਵਾਜ਼ ਪੈਦਾ ਕਰਨੀ ਆ, ਇਹਨੂੰ ਸੁਣੀ ਜਾਣਾ। ਜਿਸ ਤਰ੍ਹਾਂ ਮਹਾਰਾਜ ਕਹਿੰਦਾ ਨਾ, ਆਪਸ ਕੋ ਆਪੇ ਆਦੇਸ਼, ਤ੍ਰੈ ਗੁਣ ਮੈਂ ਨਾਹੀਂ ਪ੍ਰਵੇਸ਼। ਤ੍ਰੈ ਗੁਣ ਕਹਿੰਦੇ ਨੇ ਵਿਚਾਰ ਫੁਰਨੇ, ਕਹਿੰਦੇ ਆਪਣੀ ਆਵਾਜ਼ ਨੂੰ ਆਪ ਹੀ ਸੁਣੋਗੇ ਨਾ, ਤੁਹਾਡਾ ਉੱਧਰੋਂ ਹਟਣਾ ਸ਼ੁਰੂ ਹੋ ਜਾਏਗਾ, ਫੁਰਨੇ ਬੰਦ ਹੋਣੇ ਸ਼ੁਰੂ ਹੋ ਜਾਣਗੇ, ਅੰਦਰ ਚੱਲ ਜਾਓਗੇ। ਇਹ ਜੁਗਤ ਗੁਰੂ ਦੱਸਦਾ, ਪਰ ਅਭਿਆਸ ਹੈ ਉਹ, ਹਾਂ। ਉਹਨੂੰ ਮਹਾਰਾਜ ਨੇ ਕਿਹਾ ਨਾ ਵੀ ਮੇਰੀ ਖੁਸ਼ੀ, ਜਿਸ ਤਰ੍ਹਾਂ ਆਪਾਂ ਗੁਰੂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਨਾ, ਕਹਿੰਦਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ। ਇਹ ਪੜ੍ਹਾਈ ਇੱਥੋਂ ਸ਼ੁਰੂ ਹੋ ਜਾਏਗੀ ਧਰਮ ਦੀ, ਕਹਿੰਦਾ ਮੇਰੀ ਖੁਸ਼ੀ ਆ ਜਾਏਗੀ ਤੁਹਾਡੇ ਉੱਪਰ, ਇੱਥੋਂ ਇਹ ਧਰਮ ਦੀ ਵਿਦਿਆ ਇੱਥੋਂ ਸ਼ੁਰੂ ਹੋ ਜਾਏਗੀ। ਇਹ ਜੁਗਤ ਫਿਰ ਇਹ ਦੱਸੀ ਹੋਈ ਸਾਨੂੰ ਬਾਣੀ ਦੇ ਵਿੱਚ, ਪ੍ਰਮਾਣਿਤ ਆ। ਗੱਲ ਮੈਂ ਚੱਲਦੀ ਰੱਖਣੀ ਚਾਹੁੰਦਾ ਸੀ, ਸਮੇਂ ਨੇ ਮੈਨੂੰ ਰੋਕਤਾ। ਕਿੰਨੇ ਦਿਨ ਹੋ ਤੁਸੀਂ ਇੱਥੇ? ਅਸੀਂ 20 ਤਰੀਕ ਤੱਕ ਆ, ਮਤਲਬ ਇੱਥੋਂ ਸ਼ਾਮ ਨੂੰ ਅਸੀਂ ਚੱਲ ਜਾਣਾ। 20 ਦਾ ਇੱਕ ਦਿਨ ਹੋਰ ਮੈਂ ਚਾਹੁੰਦਾ ਵੀ ਹੋਰ ਇੱਕ ਪੌਣਾ ਘੰਟਾ ਇੱਕ ਦਿਨ ਫਿਰ ਲਾਇਆ ਜਾਵੇ। ਇੱਕ ਦਿਨ ਮੈਂ ਬੇਨਤੀ ਫਿਰ ਕਰੂੰਗਾ ਕੁਲਦੀਪ ਸਿੰਘ ਹੋਣਾ ਨੂੰ, ਕਿਉਂਕਿ ਇਹਨੂੰ ਹੋਰ ਸਰਲ ਕਰ ਦਈਏ, ਜ਼ਰੂਰੀ ਆ, ਜ਼ਰੂਰੀ ਆ, ਕਿਉਂਕਿ ਜਿੱਥੇ ਇੰਨਾ ਕਰਮ ਚੱਲਦਾ ਹੈ, ਹਾਂਜੀ ਹਾਂ, ਲੋੜ ਹੈ ਇੱਥੇ ਸੰਗਤ ਨੂੰ। ਤੁਸੀਂ ਦੇਖ ਰਹੇ ਹੋ, ਲੋਕਾਂ 'ਚ ਵਿਚਰ ਰਹੇ ਹੋ। ਅਸੀਂ, ਮੈਂ ਪਹਿਲਾਂ ਵੀ ਗੱਲ ਕਰਦਾ ਹਟਿਆ, ਬਹੁਤ ਆਊਟ ਆਫ ਟਰੈਕ ਆ ਜ਼ਿੰਦਗੀ ਇੱਥੇ ਦੀ, ਮਤਲਬ ਜਿਹੜੇ ਕੰਮ ਲਈ ਆਇਆ ਉਹ ਕੰਮ ਛੱਡ ਕੇ ਹੋਰਾਂ ਕੰਮਾਂ ਨੂੰ ਲੱਗੇ ਹੋਏ, ਅਤੇ ਬਹੁਤ ਜ਼ਿਆਦਾ ਭੱਜ ਰਹੇ, ਹਫ਼ ਗਏ, ਕੋਈ ਡਿੱਗ ਰਿਹਾ, ਕੋਈ, ਮਤਲਬ ਮੈਨੂੰ ਲੱਗਦਾ ਸਿਹਤ ਦੇ ਨਾਲ ਵੀ ਥੋੜ੍ਹਾ ਜਦ ਮਨ, ਬਿਲਕੁਲ ਸਾਰੀਆਂ ਚੀਜ਼ਾਂ, ਜਦ ਤਾਂ ਹੀ ਤੁਸੀਂ ਬਿਮਾਰ ਵੀ ਤਾਂ ਹੀ ਹੁੰਦੇ ਹੋ। ਮੈਡੀਕਲ ਸਾਇੰਸ ਨੇ ਅੱਜ ਪ੍ਰੂਵ ਕਰ ਦਿੱਤੀ ਇਹ ਗੱਲ ਜੀ, ਜੋ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਕਹੀ ਸੀ ਜੀ, ਜਦੋਂ ਉੱਥੇ ਵੈਦ ਨਾਲ ਗੱਲਬਾਤ ਹੋਈ ਨਾ ਜੀ, ਅਤੇ ਉੱਥੇ ਮਹਾਰਾਜ ਨੇ ਕਿਹਾ ਸੀਗਾ ਵੀ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਵੀ ਤੂੰ ਸਰੀਰ ਦਾ ਤਾਂ ਇਲਾਜ ਕਰੀ ਜਾਂਦਾ, ਤੇ ਮਨ ਦਾ ਇਲਾਜ ਕਿਹਨੇ ਕਰਨਾ ਜਿੱਥੋਂ ਸਾਰਾ ਕੁਛ ਹੁੰਦਾ? ਅਤੇ ਮੈਡੀਕਲ ਸਾਇੰਸ ਅੱਜ ਤੋਂ ਜੇ ਤੁਸੀਂ ਪਿਛਲੇ ਜਾਓਗੇ ਨਾ 5-7 ਸਾਲ ਜੀ,
ਤੁਹਾਨੂੰ ਜ਼ਿਆਦਾ ਵਿਚਰਨਾ, ਤੁਸੀਂ ਜ਼ਿਆਦਾ ਤੁਹਾਨੂੰ ਗਿਆਨ ਆ, ਅਤੇ ਮਨ ਦੀ ਗੱਲ ਨਹੀਂ ਸੀ ਕਰਦੇ ਉਹ। ਹੁਣ ਮੈਡੀਕਲ ਸਾਇੰਸ ਨੇ ਆਪਣੀ ਨਵੀਂ ਸਟੱਡੀ ਵਿੱਚ ਮਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਸਾਈਕੋਲੋਜਿਸਟ ਜ਼ਿਆਦਾ ਬਣ ਰਹੇ ਅੱਜ ਕੱਲ੍ਹ। ਔਰ ਉਹਨਾਂ ਨੇ ਪ੍ਰੂਵ ਕੀਤਾ ਵਾ ਵੀ ਦਵਾਈ ਦੇ ਨਾਲ ਜਿਹੜਾ ਮੈਡੀਟੇਸ਼ਨ ਕਰੇਗਾ ਨਾ, ਉਹਦੇ 'ਤੇ ਦਵਾਈ ਛੇਤੀ ਅਸਰ ਕਰਦੀ ਹੈ। ਅਤੇ ਗੁਰੂ ਸਾਹਿਬ ਨੇ ਆਪਾਂ ਨੂੰ ਮੈਡੀਟੇਸ਼ਨ ਹੀ ਦੱਸੀ ਹੈ ਵੀ ਕੰਮ ਕਰੋ, ਕੰਮ ਤੋਂ ਨਹੀਂ ਉਹਨਾਂ ਕਿਹਾ, ਉਹਨਾਂ ਕਿਹਾ ਕੰਮ ਕਰਦਿਆਂ ਤੁਹਾਡੇ ਅੰਦਰ ਚਿੰਤਾਵਾਂ, ਸੰਸੇ ਵਿਚਾਰ ਤੁਹਾਨੂੰ ਸਟ੍ਰੈਸ ਲੈਵਲ, ਤਣਾਅ ਵਧਾ ਦਿੰਦੇ ਆ। ਜਦੋਂ ਤਣਾਅ ਵੱਧ ਗਿਆ, ਸਾਡੀ ਪੌਣ ਪਾਣੀ ਵੱਧ ਘੱਟ ਹੋ ਜਾਂਦੀ ਹੈ, ਤਾਂ ਸਰੀਰ ਤੱਤਾਂ ਦਾ ਬਣਿਆ ਹੋਇਆ, ਜੇ ਸਾਡੇ ਅੰਦਰ ਪੌਣ ਜਾਂ ਅਗਨ ਵੱਧ ਘੱਟ ਗਈ, ਬਿਮਾਰੀਆਂ ਲੱਗਦੀਆਂ। 80% ਬਿਮਾਰੀਆਂ ਸਾਨੂੰ ਪੇਟ ਤੋਂ ਲੱਗਦੀਆਂ, ਪੇਟ ਪਹਿਲਾਂ ਪੇਟ ਤੋਂ, 70% ਬਿਮਾਰੀਆਂ 80% ਤੋਂ ਲੱਗਦੀਆਂ, ਫਿਰ ਦੂਜੇ ਮੇਨ ਰੋਗ ਸ਼ੁਰੂ ਹੋ ਜਾਂਦੇ ਆ। ਇੱਥੋਂ ਤੱਕ ਕਿ ਕੈਂਸਰ ਦਾ ਜਿਹੜਾ ਵੀ ਹੈ ਨਾ, ਉਹਨਾਂ ਨੇ ਵੀ ਕਿਹਾ ਵੀ ਜਿਹੜਾ ਬੰਦਾ ਮੈਡੀਕਲ ਸਾਇੰਸ ਦੀ ਇਹ ਟਾਕਿੰਗ ਆ ਵੀ ਜਿਹੜਾ ਬੰਦਾ ਘੱਟ ਬੋਲਦਾ, ਅੰਦਰੇ ਅੰਦਰ ਸੋਚੀ ਜਾਂਦਾ, ਹਾਂਜੀ, ਤਾਂ ਉਹਦੇ ਅੰਦਰ ਜ਼ਹਿਰ ਬਣੀ ਜਾਂਦਾ, ਅਤੇ ਜ਼ਹਿਰ ਬਣੀ ਜਾਂਦਾ, ਉਹ ਜਿਹੜੇ ਚੰਗੇ ਸੈੱਲਾਂ ਮਾੜਿਆਂ ਨੂੰ ਖਾਣਾ ਸ਼ੁਰੂ ਕਰ ਦਿੰਦਾ, ਉਹ ਫਿਰ ਜ਼ਹਿਰ ਵੱਧ ਜਾਂਦਾ। ਪਿਛਲੇ ਸਮੇਂ 'ਚ ਉਹਨੂੰ ਮਾਸ ਖੋਰਾ ਫੋੜਾ ਆਉਂਦੇ ਹੁੰਦੇ ਸੀ ਵੀ ਮਾਸ ਨੂੰ ਖਾਈ ਜਾਣਾ, ਉਹ ਫਿਰ ਜਿਹੜੇ ਸੈੱਲ ਅੰਦਰੋਂ ਦੂਜਿਆਂ ਨੂੰ ਖਾਣ ਲੱਗ ਪੈਂਦੇ, ਉਹ ਕੈਂਸਰ ਬਣ ਜਾਂਦੀ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਇਹ ਕਿਤੇ ਨਾ ਕਿਤੇ ਇਸੇ ਕਰਕੇ ਵੀ ਸਾਡੇ ਵਿਚਾਰ ਵੱਧ ਗਏ, ਅਤੇ ਉਹਨੂੰ ਆਪਾਂ ਗੁਰਮਤ ਅਨੁਸਾਰ ਛੋਟ ਜੋੜਨਾ। ਧੰਨਵਾਦ ਜੀ। ਇੱਥੋਂ ਹੀ ਆਪਾਂ ਅਗਲੀ ਇੱਕ ਸੈਗਮੈਂਟ ਹੋਰ ਬੇਨਤੀ ਕਰੂੰਗਾ ਮੈਂ, ਕੁਲਦੀਪ ਸਿੰਘ ਹੁਣੀ ਲੈ ਕੇ ਆਉਣਗੇ ਤੁਹਾਨੂੰ, ਅਤੇ ਆਪਾਂ ਫਿਰ ਇੱਥੋਂ ਹੀ ਤੁਰਾਂਗੇ। ਹਾਂਜੀ, ਧੰਨਵਾਦ ਸਮੇਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਡਿਪਟੀ ਸਿੰਘ ਗੱਲਬਾਤ ਕਰ ਰਹੇ ਸੀ, ਹਲੇ ਬਾਹਰਲੇ ਪਿੰਡ ਦੀ ਫਿਰਨੀ ਤੋਂ ਆਪਾਂ ਤੁਰੇ ਹਾਂ ਅੱਜ, ਅਤੇ ਪਿੰਡ 'ਚ ਵੜਨਾ ਆਪਾਂ, ਵੀ ਕਿੱਧਰ ਦੀ ਜਾਣਾ, ਫਿਰ ਘਰ ਤੱਕ ਪਹੁੰਚ ਕਰਾਂਗੇ ਅਗਲੇ ਅਗਲੀ ਸੈਗਮੈਂਟ ਦੇ ਵਿੱਚ। ਵਿਧੀ ਨੂੰ ਇਹ ਹੋਰ ਸਰਲ ਕਰਵਾਵਾਂਗੇ ਵੱਧ ਤੋਂ ਵੱਧ, ਵੀ ਕਿਵੇਂ ਸਰਲ ਹੋ ਸਕਦੀ ਹੈ। ਬਾਕੀ ਤਾਂ ਹਰ ਇੱਕ ਦੀ ਆਪਣੀ ਪ੍ਰੈਕਟਿਸ ਆ, ਹਰ ਇੱਕ ਦੀ ਆਪਣੀ ਫਿਜ਼ੀਕ ਹੈ, ਹਰ ਇੱਕ ਦਾ ਇੱਕ ਤੌਰ ਆ, ਤੁਰਿਆ ਤਾਂ ਜਾਣਾ ਉੱਦਮ ਦੇ ਨਾਲ ਹੀ। ਇਹ ਹੋ ਨਹੀਂ ਕੀਤਾ ਕਿਰਾਇਆ ਕੁਛ ਨਹੀਂ ਮਿਲਦਾ, ਕੀਤਾ ਕਿਰਾਏ ਨੂੰ ਜਿਹੜੀ ਕੌਮ ਤੁਰ ਪਈ ਨਾ ਵੀ ਤੇਰੇ ਕੀਤੇ ਹੋਏ ਪਾਠ ਮੈਨੂੰ ਦੇ ਦੇ, ਉਹ ਚੀਜ਼ ਨੇ ਸਾਨੂੰ ਬਹੁਤ ਔਖਾ ਕੀਤਾ। ਆਪ ਪ੍ਰੈਕਟੀਕਲ ਕੀ ਹੈ ਉੱਥੋਂ ਹੀ ਅੱਗੇ ਤੁਰਾਂਗੇ। ਵਾਪਸ ਆਉਣਾ ਖਬਰਾਂ ਤੋਂ ਬਾਅਦ। ਯੂਟਿਊਬ 'ਤੇ ਜਿਹੜੀਆਂ ਭਾਈ ਡਿਪਟੀ ਸਿੰਘ, ਜਾਂ ਤੁਸੀਂ ਲਿਖਦੇ ਹੋ VHAI ਡਿਪਟੀ DEPUTY ਡਿਪਟੀ ਸਿੰਘ ਜੀ, ਅਤੇ ਉਹਨਾਂ ਦਾ ਜਿਹੜਾ ਯੂਟਿਊਬ ਚੈਨਲ ਆ ਉਹ ਗਿਆਨ ਅੰਜਨ ਹੈ, GIANANJAN ਗਿਆਨ ਅੰਜਨ, ਗੁਰਮਤਿ ਜੀਵਨ ਜਾਂਚ ਪੰਜਾਬੀ 'ਚ ਲਿਖਿਆ ਹੋਇਆ। ਉੱਥੇ ਯੂਟਿਊਬ 'ਤੇ ਇਹਨਾਂ ਦੇ ਕਥਾ ਦੀਆਂ ਬਹੁਤ ਵੀਡੀਓਜ਼ ਨੇ। ਬੇਸਿਕਲੀ ਜਿਹੜਾ ਅਮਰਦੀਪ ਸਿੰਘ ਉਹਨਾਂ ਦੇ ਨਾਲ ਜਦ ਮੈਂ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਏਗਾ, ਉਹਨਾਂ ਦੀ ਕਿਤਾਬ ਆ ਮੰਦਾਵਣੀ ਇੱਕ, ਉਹਨਾਂ ਨੂੰ ਵੀ ਮੈਂ ਫਿਰ ਢਿੱਲੇ ਹੋ ਗਏ ਸੀ 2-2.5 ਸਾਲ, ਕੋਈ ਬੜੀ ਲਾਇਲਾਜ ਬਿਮਾਰੀ ਸੀ, ਕੈਂਸਰ ਵਗੈਰਾ ਕੋਈ, ਉਹਦੇ ਤੋਂ ਫਿਰ ਕਿਓਰ ਹੋਏ ਨੇ, ਉਹ ਹਰਮਨ ਰੇਡੀਓ 'ਤੇ ਫਿਰ ਪ੍ਰੋਗਰਾਮ ਕਰਦੇ ਨੇ ਹੁਣ, ਅਤੇ ਉਹਨਾਂ ਦੀ ਜਾਂਚ ਜਿਹੜੀ ਹੈ ਉਹ ਇਹੀ ਹੈ ਵੀ ਸ਼ਬਦ ਦੀ, ਧੁਨ ਦੀ, ਅਤੇ ਇਹਨਾਂ ਨੇ ਹਰ ਇੱਕ ਦਾ, ਪ੍ਰਚਾਰਕ ਦਾ ਇੱਕ ਆਪਣਾ ਢੰਗ ਹੈ ਸੁਨੇਹਾ ਦੇਣ ਦਾ।
ਅਤੇ ਫਿਰ ਕੋਸ਼ਿਸ਼ ਕਰਾਂਗਾ ਇਹਨਾਂ ਦੇ ਜਾਣ ਤੋਂ ਪਹਿਲਾਂ ਜੇ ਇੱਕ ਹੋਰ ਸਿਟਿੰਗ ਹੋ ਜਾਵੇ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਜ਼ਰੂਰ। ਭਾਈ ਡਿਪਟੀ ਡੀ ਈ ਪੀ ਯੂ ਟੀ ਵਾਈ ਡਿਪਟੀ ਸਿੰਘ ਲਿਖੋਗੇ ਤਾਂ ਉਹਨਾਂ ਦਾ ਯੂਟਿਊਬ 'ਤੇ, ਅਤੇ ਗਿਆਨ ਅੰਜਨ ਗੁਰਦੁਆਰਾ ਸਾਹਿਬ ਜੰਡਿਆਲਾ ਗੁਰੂ ਜਿਹੜਾ ਮਾਝੇ ਦੇ ਵਿੱਚ ਹੈ, ਗਿਆਨ ਅੰਜਨ ਗੁਰਦੁਆਰਾ ਸਾਹਿਬ ਜੀਵਨ ਜਾਂਚ ਕੇਂਦਰ, ਉਹਨਾਂ ਨੇ ਇਸ ਨੂੰ ਬੇਸਿਕਲੀ ਉਹ ਧਿਆਨ ਕਿਵੇਂ ਧਰਨਾ ਇਹਦੇ 'ਤੇ ਕੰਸਨਟ੍ਰੇਟ ਕਰਦੇ ਨੇ। ਧਿਆਨ ਤੋਂ ਪਹਿਲਾਂ ਇਉਂ ਨਹੀਂ ਹੈ ਕੋਈ ਬਰੀਦਿੰਗ ਟੈਕਨੀਕਸ, ਇਕੱਲੇ ਉਹ ਯੋਗ ਦੀ ਗੱਲ ਨਹੀਂ, ਉਹਨਾਂ ਬਾਣੀ ਦਾ ਪੜ੍ਹਨਾ, ਬਾਣੀ ਦਾ ਅਰਥ ਕੀ ਹੈ ਉਹ ਤੁਸੀਂ ਸੁਣਿਆ, ਹਰ ਇੱਕ ਚੀਜ਼ ਉਹਨਾਂ ਨੇ ਬਾਣੀ ਦੇ ਰਾਹੀਂ ਹੀ ਸਾਨੂੰ ਸੁਨੇਹਾ ਦਿੱਤਾ ਵੀ ਕੀ ਕਹਿੰਦੇ ਕੀ ਨਾ ਗੁਰੂ। ਇੱਕ ਅਸੀਂ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਨਿਤਨੇਮ ਪੜ੍ਹਦੇ ਸਾਡਾ ਦਿਮਾਗ ਕਿਤੇ ਹੈ ਅਤੇ ਉਹ ਪੜ੍ਹ ਰਹੇ ਹਾਂ ਅਸੀਂ, ਉਹਦਾ ਕੋਈ ਇਉਂ ਨਹੀਂ ਹੈ ਕੋਈ ਉਹ ਮਾੜੀ ਹੈ ਚੀਜ਼, ਪੜ੍ਹ ਪੜ੍ਹ ਗੱਦੀ ਲੱਦੀ ਏ ਕਦੇ ਜਾਂ ਇਹੋ ਜਿਹੇ ਸ਼ਬਦ ਜਿਹੜੇ ਉਹ ਲਾ ਕੇ ਨਾ ਕੋਈ ਤੋਤਾ ਰਟਨ ਕਰਦੇ ਆ ਕੋਈ ਕੁਛ ਨਾ, ਫਿਰ ਵੀ ਉਹ ਬਹੁਤ ਫਰਕ ਹੈ ਉਸ ਚੀਜ਼ ਦਾ। ਐਟਲੀਸਟ ਤੁਸੀਂ ਕਮਿਟਡ ਹੋ ਕੇ ਗੁਰੂ ਨੂੰ ਉਹਦੀ ਬਾਣੀ ਪੜ੍ਹ ਰਹੇ ਹੋ, ਉਹਦਾ ਕਫਾਇਦਾ ਨਹੀਂ ਫਾਇਦਾ ਹੀ ਹੈ, ਪਰ ਜਿਹੜਾ ਕੰਸਨਟ੍ਰੇਟ ਕਰਨਾ। ਬਹੁਤ ਦੋਸਤ ਨੇ, ਕਈ ਪਰ ਮਿੱਤਰ ਨੇ, ਉਹ ਕਹਿੰਦੇ ਅਸੀਂ 2-2:30 ਵਜੇ ਉੱਠਦੇ ਹਾਂ, ਉਹੀ ਸਮਾਂ ਬਿਲਕੁਲ ਵਾਈਬ੍ਰੇਸ਼ਨ ਦਾ, ਆਰਾਮ ਦਾ, ਆਲੇ ਦੁਆਲੇ ਪ੍ਰਕਿਰਤੀ ਦਾ ਵਧੀਆ ਸਮਾਂ ਹੈ। ਉਹ ਬਹਿੰਦੇ ਆ, ਬਹਿ ਕੇ ਉਹ ਕਹਿੰਦੇ ਫਿਰ ਅਸੀਂ ਉੱਠ ਕੇ ਸੌਂ ਜਾਂਦੇ ਹਾਂ, ਸੌਣ ਨੂੰ ਕੀ ਪ੍ਰੋਬਲਮ, ਮੁਸ਼ਕਲ ਨਹੀਂ ਹੈ, ਫਿਰ ਸੌਂ ਕੇ ਦਿਨ ਦੇ ਕੰਮ ਫਿਰ ਕਰ ਲਓ, ਨੀਂਦ ਫਿਰ ਪੂਰੀ ਕਰ ਲਓ, ਪਰ ਉਹ ਕੰਮ ਬਹੁਤ ਸਿਰੜ ਵਾਲਾ ਹੈ ਵੀ ਤੁਸੀਂ 10 ਵਜੇ ਸੌਂ ਕੇ 2 ਵਜੇ ਉੱਠਣਾ 4 ਘੰਟੇ ਬਾਅਦ, ਹਰ ਇੱਕ ਦੇ ਬਸ ਦੀ ਗੱਲ ਨਹੀਂ, ਪਰ ਉਹਦਾ ਇੱਕ ਆਨੰਦ ਹੈ, ਇੱਕ ਉਹਦਾ ਸਵਾਦ ਹੈ। ਉਸ ਨੂੰ ਜਦ ਤੁਸੀਂ ਗੂੰਗੇ ਦੇ ਗੁੜ ਖਾਣ ਵਾਂਗੂ ਚੀਜ਼ ਛਕ ਲੈਂਦੇ ਹੋ, ਫਿਰ ਤੁਹਾਨੂੰ ਲੱਗਦਾ ਵੀ ਯਾਰ ਬਾਕੀ ਤਾਂ ਰਸ ਜਿਹੜੇ ਨੇ ਬਾਕੀ ਜੀਵਨ ਦੇ, ਇਹ ਤਾਂ ਕੁਛ ਵੀ ਨਹੀਂ ਹੈ, ਇਹਦੇ ਪੱਲੇ ਇਹਦੇ ਇਹਨਾਂ 'ਚ ਕੁਛ ਨਹੀਂ ਹੈ। ਆਪਣੀ ਆਪਣੀ ਲਾਈਨ ਆ, ਆਪਣਾ ਆਪਣਾ ਇੱਕ ਸਿਦਕ ਹੈ, ਅਤੇ ਗੁਰੂ ਉੱਥੇ ਇਹ ਵੀ ਨਾਲ ਕਹਿੰਦੇ ਨੇ ਵੀ ਕੰਮ ਕਰਦੇ ਸਾਰਾ ਤੁਰਦੇ ਫਿਰਦੇ ਖਾਂਦੇ ਪੀਂਦੇ, ਜੇ ਉਹਦੀ ਹੋਂਦ ਨੂੰ ਤੁਸੀਂ ਬਰਕਰਾਰ ਰੱਖਦੇ ਹੋ, ਦਿਨ ਦੇ ਵਿੱਚ ਸ਼ੁਕਰ ਦੀ ਗੱਲ ਕਰਦੇ ਹੋ, ਸੱਚੇ ਪਾਤਸ਼ਾਹ ਸ਼ੁਕਰ ਹੈ ਦਾਤਿਆ ਅਤੇ ਰੱਬ, ਇਹ ਸ਼ਬਦ ਤੁਹਾਡੇ ਮੂੰਹ 'ਚੋਂ ਨਿਕਲਦੇ ਨੇ, ਫਤਿਹ ਬੁਲਾਉਂਦੇ ਹੋ ਅਤੇ ਕਿਸੇ ਨਾਲ ਗੱਲਾਂ ਕਰਦੇ ਹੋ, ਉਸ ਦੀ ਹੋਂਦ ਨੂੰ ਯਾਦ ਕਰਦੇ ਹੋ, ਤੁਸੀਂ ਉਹ ਲਾਈਨ 'ਤੇ ਹੋ। ਇਸ ਤਰ੍ਹਾਂ ਨਹੀਂ ਹੈ ਸੁਪੀਰੀਅਰ ਅਤੇ ਇਨਫੀਰੀਅਰਟੀ ਨਹੀਂ ਹੈ ਕੋਈ ਗੱਲ ਵੀ, ਨਹੀਂ ਜੀ ਪ੍ਰਚਾਰਕ ਨੇ ਜਿਹੜੇ ਇਹਨਾਂ ਦੇ ਜੀਵਨ ਸਾਤੋਂ ਬਹੁਤ ਚੰਗੇ ਨੇ, ਇਸ ਤਰ੍ਹਾਂ ਦੀ ਕਹਾਣੀ ਨਹੀਂ ਹੈ। ਸਾਡਾ ਤਾਂ ਪ੍ਰੈਕਟੀਕਲ ਹੀ ਹੈ, ਸਾਰੀ ਜ਼ਿੰਦਗੀ ਉਹ ਪ੍ਰੈਕਟੀਕਲ ਹੈ। ਕਈ ਵਾਰ ਅਸੀਂ ਦੇਹ ਰੂਪੀ ਸਰੀਰ ਵੱਲ ਨੂੰ ਭੱਜਣ ਲੱਗ ਜਾਂਦੇ, ਤੁਸੀਂ ਸਾਨੂੰ ਆਹ ਕਰਾ ਦਿਉ, ਤੁਸੀਂ ਇਸ ਤਰ੍ਹਾਂ ਨਹੀਂ ਹੈ, ਜ਼ਿਆਦਾਤਰ ਇਸੇ ਤਰ੍ਹਾਂ ਹੀ ਹੋ ਰਿਹਾ, ਇਹ ਨਹੀਂ ਕਹਾਣੀ ਹੈ। ਕਿਸੇ ਦਾ ਕੀਤਾ ਕਰਾਇਆ ਤਾਂ ਮਿਲ ਹੀ ਨਹੀਂ ਸਕਦਾ, ਇਹ ਚੀਜ਼ 'ਤੇ ਆਪਾਂ ਬਹੁਤ ਤੁਰੇ ਫਿਰਦੇ ਹਾਂ, ਖੁਦ ਹੀ ਕਰਨਾ ਪੈਣਾ। ਜਿਵੇਂ ਕੋਈ ਕਮਾਈ ਤੁਹਾਨੂੰ ਦਿੰਦਾ ਨਹੀਂ ਨਾ, ਬਈ ਕਿਸੇ ਨੇ ਘਰ ਬਣਾਇਆ ਅਤੇ $1,00,000 ਉਹਦਾ ਬਣਿਆ ਅਤੇ ਤੁਹਾਨੂੰ ਦੇ ਦੇਵੇ, ਇਸ ਤਰ੍ਹਾਂ ਹੀ ਆਪਣੇ ਨਾਮ ਬਾਣੀ ਦੀ ਕਮਾਈ ਵੀ ਕੋਈ ਨਹੀਂ ਦਿੰਦਾ ਹੁੰਦਾ। ਯੈਸ, ਤੁਹਾਡੇ ਲਈ ਜਿਹੜੇ ਉਸਦੀ ਘਰ ਦੇ ਵਿੱਚ ਕਬੂਲ ਕੋਈ ਲਿਸਟ ਨਹੀਂ ਬਣੀ ਹੋਈ, ਉਹਨੂੰ ਪਾਉਣ ਵਾਲੇ, ਉਹਨੂੰ ਸਾਂਭਣ ਵਾਲੇ, ਉਹਨੂੰ ਉਹਦਾ ਸਿਦਕ ਦੇ ਨਾਲ ਸਤਿਕਾਰ ਪਿਆਰ ਕਰਨ ਵਾਲੇ, ਉਹਨਾਂ ਦੀਆਂ ਅਰਦਾਸਾਂ ਫਲਦੀਆਂ ਨੇ, ਸੋਧੇ ਹੋਏ ਬੰਦਿਆਂ ਦੀਆਂ। ਅਤੇ ਇੱਥੇ ਇੱਕ ਨਾਲ ਜਿਹੜੀ ਦੂਜੀ ਤਰਜ ਹੈ ਕਿ ਨਾਮ ਬਾਣੀ ਠੀਕ ਹੈ, ਨਾਮ ਬਾਣੀ ਦੇ ਹੁੰਦਿਆਂ ਹੋਇਆਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਤਸ਼ਾਹ ਨੇ ਕਿਹਾ ਗੁਰੂ ਅਰਜਨ ਪਾਤਸ਼ਾਹ ਤੋਂ ਪ੍ਰਤੱਖ ਹਰ ਤੋਂ ਵੱਡਾ ਭਗਤ ਨਹੀਂ ਹੋ ਸਕਦਾ, 33 ਤਵੀ 'ਤੇ ਬਿਠਾ ਤਾ, ਹੁਣ ਮੈਨੂੰ ਵਕਤ ਦੇ ਹਿਸਾਬ ਦੀ ਚੀਜ਼ ਦੇ, ਬਾਬਾ ਬੁੱਢਾ ਜੀ ਨੂੰ ਕਿਹਾ।
ਹੁਣ ਮੈਨੂੰ ਸੇਲੀ ਅਤੇ ਟੋਪੀ ਦੀ ਨਹੀਂ ਲੋੜ, ਮੈਨੂੰ ਉਹ ਦੇ ਜਿਹਦੇ ਨਾਲ ਮੈਂ ਪ੍ਰੋਟੈਕਟ ਕਰ ਸਕਾਂ। ਉਹ ਵੀ ਚੀਜ਼ ਨਾਲ ਚੱਲਣੀ ਚਾਹੀਦੀ ਹੈ। ਇਹ ਆਈਸੋਲੇਟ ਅਸੀਂ ਕਰ ਦਿੱਤਾ ਵਿਨੇ ਨੇ, ਅਸੀਂ ਆਮ ਬਾਣੀ ਵਾਲੇ ਹਾਂ, ਤੁਸੀਂ ਸ਼ਸਤਰਾਂ ਵਾਲੇ ਹੋ। ਨਾ, ਇਸ ਤਰ੍ਹਾਂ ਨਹੀਂ ਹੈ ਕਹਾਣੀ, ਇਸ ਤਰ੍ਹਾਂ ਸਿੱਕੀ 'ਚ ਨਹੀਂ ਹੈ। ਭਗਤੀ ਉੱਤਮ ਹੈ, ਫਿਰ ਭਗਤੀ ਨੂੰ ਜਦ ਕੋਈ ਮੜੁੱਛਦਾ ਫਿਰ ਸ਼ਕਤੀ ਹੈ। ਇਹ ਚੀਜ਼ਾਂ ਸਮਤਲ ਹੋ ਕੇ ਚੱਲਣੀ ਪੈਂਦੀਆਂ। ਇਹ ਸ਼ਕਤੀ ਦਾ ਮਤਲਬ ਇਹ ਨਹੀਂ ਅਸੀਂ ਮਾਰ ਖੋ ਰਹੇ, ਨੋ, ਇਸ ਤਰ੍ਹਾਂ ਨਹੀਂ ਹੈ। ਚੀਜ਼ਾਂ ਅਸੀਂ ਲੱਗਣ ਐਂ ਲਾਤੀਆਂ, ਕਿਉਂਕਿ ਸਾਡੀ ਜਿਵੇਂ ਸੋਚ ਆ। ਖੁੱਲ੍ਹ ਕੇ ਫਿਰ ਕਰ ਲਾਂਗੇ ਗੱਲ ਇਸ 'ਤੇ ਕਿਸੇ ਦਿਨ। ਅਤੇ ਹੁਣ ਪੰਜਾਬ ਨੂੰ ਚੱਲਦੇ ਹਾਂ ਅਤੇ ਅਜਪਾਲ ਸਿੰਘ ਬਰਾੜ ਨੂੰ ਉਠਾਉਂਦੇ ਹਾਂ। ਜਦ ਵੀ ਕਦੇ ਵੀ ਸਮਾਂ ਮਿਲਦਾ ਸਰ ਅਜਪਾਲ ਸਿੰਘ ਬਰਾੜ ਉਹਨਾਂ ਨਾਲ ਗੱਲਬਾਤ ਹੁੰਦੀ ਆ, ਤੁਸੀਂ ਬਹੁਤ ਪਸੰਦ ਕਰਦੇ ਹੋ। ਕੁਦਰਤੀ ਉਹਨਾਂ ਦੇ ਰੁਝੇਵੇਂ, ਜਦ ਦਾ ਮਿਸਲ ਸਤਲੁਜ ਇੱਕ ਔਰਗੇਨਾਈਜੇਸ਼ਨ ਸ਼ੁਰੂ ਕੀਤੀ ਹੈ ਉਹਦੇ ਵਿੱਚ ਵੀ, ਅਤੇ ਸਮਾਂ ਨਹੀਂ ਬਣ ਸਕਿਆ। 5-7 ਮਹੀਨੇ ਹੋ ਗਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਉਂ ਹੀ ਬੰਗਲਾਦੇਸ਼ ਦੇ ਵਿੱਚ ਇੱਕ ਆਮ ਵਿਰੋਧ ਜਿਹੜਾ ਰਾਖਵਾਂ ਕਰਨ ਦੇ ਖਿਲਾਫ, ਉਹ ਕਿਵੇਂ ਦੇਸ਼ ਦੇ ਵਿੱਚ ਇੱਕ ਰਾਜ ਪਲਟਾ ਲੈ ਕੇ ਆਉਂਦਾ। ਸੇਂਟ ਮਾਰਟਿਨ ਆਈਲੈਂਡ ਕੀ ਹੈ, ਥਾਈ ਕੈਨਾਲ ਕੀ ਹੈ, ਸਟ੍ਰੇਟ ਆਫ ਮਲਾਕਾ ਕੀ ਹੈ, ਕਹਾਣੀ ਕਿੱਥੇ ਆ, ਕਿਹੜੇ ਬਲੋਕ ਦੇ ਵਿੱਚ ਬੰਗਲਾਦੇਸ਼ ਖੜ੍ਹਾ ਸੀ, ਹੁਣ ਕਿੱਥੇ ਖੜ੍ਹੇਗਾ, ਅਮਰੀਕਾ ਕੀ ਕਰੂਗਾ, ਅਮਰੀਕਾ ਇਹ ਜਿਹੜਾ ਰਾਜ ਪਲਟਾ ਹੈ ਇਹਦੇ ਪਿੱਛੇ ਕੌਣ ਹੈ, ਸਾਰੀਆਂ ਗੱਲਾਂ ਸਰਾਰ ਸਾਹਿਬ ਨਾਲ ਕਰਦੇ ਹਾਂ। 1 ਵਜਿਆ ਰਾਤ ਦਾ ਅਤੇ ਮੋਹਾਲੀ ਤੋਂ ਮੇਰੇ ਨਾਲ ਸ਼ਾਮਿਲ ਨੇ ਸਰ ਅਜਪਾਲ ਸਿੰਘ ਬਰਾੜ ਜੀ, ਧੰਨਵਾਦ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਾਹਿਬ ਧੰਨਵਾਦ ਬਹੁਤ ਬਹੁਤ, ਤੁਸੀਂ ਇੰਨੀ ਰਾਤ ਲੇਟ ਗੱਲਬਾਤ ਕਰ ਰਹੇ ਹੋ, ਨਹੀਂ ਪਹਿਲੀ ਸੈਗਮੈਂਟ 'ਚ ਪਹਿਲੇ ਘੰਟੇ 'ਚ ਅਕਸਰ ਆਪਾਂ ਗੱਲ ਕਰਦੇ ਹਾਂ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਜੀ ਫਿਰ ਇੱਕ ਵਾਰ। ਸਾਡੇ ਵਾਸਤੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਜੀ, ਤੁਹਾਡੇ ਨਾਲ ਗੱਲਬਾਤ ਕਨੈਕਟ ਹੋ ਜਾਂਦੇ ਹਾਂ ਇੱਥੇ ਬਣ ਗਏ। ਚਲੋ ਸਰਦਾਰ ਸਾਹਿਬ, ਇਹ ਕਿਸ ਤਰ੍ਹਾਂ ਇਹ ਚੀਜ਼ਾਂ ਹੋ ਜਾਂਦੀਆਂ, ਇਹ ਲੋਕਤੰਤਰ ਐਡਾ ਅਮਲਾ ਫੈਲਾ, ਮਨਿਸਟਰ, ਪ੍ਰਾਈਮ ਮਨਿਸਟਰ, ਮਿਲਟਰੀ, ਸਾਰੀ ਅਫਸਰਸ਼ਾਹੀ, ਇੱਕ ਵਿਦਿਆਰਥੀਆਂ ਦਾ ਸੰਘਰਸ਼ ਚੱਲਦਾ ਰਾਖਵਾਂ ਕਰਨ ਦੇ ਵਿਰੁੱਧ, ਅਤੇ ਜਿਉਂ ਹੀ ਰਾਖਵਾਂ ਕਰਨ ਦੇ ਵਿਰੁੱਧ ਦੇ ਵਿੱਚ ਗੱਲ ਚੱਲਦੀ 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 ਰਾਜ ਪਲਟਾ ਹੋ ਜਾਂਦਾ ਹੈ। ਇਹ ਬੰਗਲਾਦੇਸ਼ 'ਚ ਕੀ ਹੋਇਆ ਜੀ? ਇਹ ਵੈਸੇ ਤਾਂ ਜੀ ਬੰਗਲਾਦੇਸ਼ ਸ਼ੁਰੂ ਤੋਂ ਹੀ ਅਨਸਟੇਬਲ ਮੁਲਕ ਰਿਹਾ, ਇਹ ਕਹਿ ਲਓ ਜਿੰਨੇ ਵੀ ਮੁਲਕ ਦੱਖਣ ਏਸ਼ੀਆ ਦੇ ਵਿੱਚ ਹੈਗੇ ਛੋਟੇ ਮੁਲਕ ਆ ਜਿਹੜੇ, ਉਹ ਲਾਰਜਲੀ ਅਨਸਟੇਬਲ ਰਹਿੰਦੇ ਹੈਗੇ ਆ। ਬਹੁਤ ਉਹਨਾਂ ਦੇ ਵਿੱਚ ਕਦੀ ਰਾਜ ਪਲਟੇ, ਕਦੀ ਫੌਜ ਆਉਂਦੀ ਰਹੀ ਹੈਗੀ ਆ, ਕਦੀ ਆਰਥਿਕ ਕਾਰਨਾਂ ਕਰਕੇ, ਕਦੀ ਹੋਰ ਰੌਲੇ ਗੌਲੇ ਕਰਕੇ, ਚਾਹੇ ਪਾਕਿਸਤਾਨ ਵੇਖ ਲਓ, ਬੰਗਲਾਦੇਸ਼ ਵੇਖ ਲਓ, ਸ਼੍ਰੀਲੰਕਾ ਦੇ ਵਿੱਚ ਜਾਂ ਈਵਨ ਮਾਲਡਾਈਵ ਦੇ ਵਿੱਚ ਜਾਂ ਨੇਪਾਲ ਦੇ ਵਿੱਚ। ਪਰ ਬੰਗਲਾਦੇਸ਼ ਦਾ ਜਿਹੜਾ ਇਤਿਹਾਸ ਤੇ ਆ ਉਹ ਆਈ ਹੀ ਰਿਹਾ। ਉਹਨਾਂ ਨੇ 1975 'ਚ ਪੁਰਾਣੀ ਜਿਹੜੀ ਅਵਾਮੀ ਲੀਗ ਦੇ ਮੁਜੀਬੁਰ ਰਹਿਮਾਨ ਦੀ ਸਰਕਾਰ ਪਲਟ ਕੇ ਜ਼ਿਆਉਰ ਰਹਿਮਾਨ ਆ ਗਏ, ਅਤੇ ਫਿਰ ਕੁਛ ਦੇਰ ਫਿਰ ਫਿਰ ਉਹ ਤੋਂ ਬਾਅਦ ਫਿਰ ਜਨਰਲ ਇਰਸ਼ਾਦ ਆ ਗਏ ਸੀਗੇ, ਫਿਰ ਚਲੋ ਕੁਛ ਦੇਰ ਡੈਮੋਕ੍ਰੇਸੀ ਜਾਂ ਜਮਹੂਰੀਅਤ ਰਹੀ ਆ ਉੱਥੇ। ਪਰ ਹੁਣ ਇੱਕ ਤਾਂ ਵੈਸੇ ਉਹ ਕੋਰਟ ਦਾ ਫੈਸਲਾ ਕਹਿ ਲਓ ਜਾਂ ਇਹ ਕਹਿ ਲਓ ਕਚਹਿਰੀ ਦੇ ਫੈਸਲੇ ਦਾ ਜਿਹੜਾ ਅਸਰ ਆ ਉਹ ਪੋਲੀਟੀਕਲ ਪੈ ਗਿਆ ਜੀ, ਕਿਹਾ ਜਾਂਦਾ ਹੈ ਜਾਂ ਇਹ ਕਹਿ ਲਓ ਕਿ ਵੀ ਬਹੁਤ ਹੱਦ ਤੱਕ ਇਹ ਕਹਿ ਸਕਦੇ ਹਾਂ ਆਪਾਂ ਕਿ ਵੀ ਇਹ ਜਿਹੜਾ ਇਹਦੇ ਵਿੱਚ ਅੰਦਰੂਨੀ ਮਸਲੇ ਵੀ ਸਹੀ। ਸ਼ੇਖ ਹਸੀਨਾ ਨੇ ਜਿਸ ਤਰੀਕੇ ਨਾਲ ਪਿਛਲੇ ਕੁਛ ਸਮੇਂ ਤੋਂ ਰਾਜ ਕੀਤਾ, ਜਿਹਦੇ ਵਿੱਚ ਉਹਨਾਂ ਨੇ ਜਮਹੂਰੀਅਤ ਦਾ ਸਗਰੋਂ ਗਾਲ ਘੁੱਟਿਆ ਤੇ ਲੋਕਾਂ ਨੂੰ ਉੱਥੋਂ ਦੇ
ਵਿਦਵਾਨਾਂ ਨੂੰ ਉੱਥੋਂ ਦੇ ਪੋਲੀਟੀਕਲ ਕਲਾਸ ਨੂੰ ਦਬਾਇਆ, ਕੁਛਿਆ, ਗੈਰ ਕੀਤਾ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਉੱਥੇ, ਪਰ ਉਹ ਗੱਲ ਵੱਧਦੇ ਵੱਧਦੇ ਇਹ ਆ ਗਈ ਕਿ ਵੀ ਉਹਦੇ ਵਿੱਚ ਬਾਹਰੀ ਮੁਲਕਾਂ ਦਾ ਵੀ ਰੋਲ ਆਉਣਾ ਸ਼ੁਰੂ ਹੋ ਗਿਆ। ਛੋਟੀਆਂ ਇਕਾਨਮੀਜ਼ ਹੁੰਦੀਆਂ, ਛੋਟੇ ਮੁਲਕ ਹੁੰਦੇ ਵਿੱਚ ਬਾਹਰੀ ਮੁਲਕ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਅਸਰ ਕਰ ਸਕਦੇ ਹੁੰਦੇ ਆ ਜੀ। ਤੇ ਆਮ ਇਹ ਜੋ ਗੱਲ ਉੱਠ ਆ ਰਹੀ ਆ ਉਹ ਇਹ ਹੈਗੀ ਆ ਕਿ ਵੀ ਇਹਦੇ ਵਿੱਚ ਅਮਰੀਕਾ ਦਾ ਬਹੁਤ ਵੱਡਾ ਹੱਥ ਹੈਗਾ ਇਸ ਤਰ੍ਹਾਂ ਗੱਲ ਨੂੰ ਵਧਾਉਣ ਦੇ ਵਿੱਚ। ਅੱਛਾ ਬਰਾੜ ਸਾਹਿਬ, ਅਮਰੀਕਾ ਦਾ ਇੰਟਰਸਟ ਜਿਹੜਾ ਹੈ ਉਹ, ਸ਼ੇਖ ਹਸੀਨਾ ਨੇ ਵੀ ਇਹ ਗੱਲ ਦੱਸੀ ਕਿ ਵੀ ਮੈਨੂੰ ਇੱਕ ਵਾਈਟ ਜੈਂਟਲਮੈਨ ਨੇ ਆ ਕੇ ਸੇਂਟ ਮਾਰਟਿਨ ਆਈਲੈਂਡ ਦੀ ਗੱਲ ਕੀਤੀ। ਇਹ ਆਈਲੈਂਡ ਕਿਹੜੀ ਹੈ ਜੀ? ਇਹ ਕਿਉਂ ਅਮਰੀਕਾ ਚਾਹੁੰਦਾ ਇਸ ਨੂੰ? ਆਈਲੈਂਡ ਦਾ ਤਾਂ ਹੁਣ ਉਹ ਕਹਿਣ ਲੱਗ ਗਏ ਸ਼ੇਖ ਹਸੀਨਾ, ਪਰ ਫੰਡਾਮੈਂਟਲੀ ਦੇਖੋ ਬੇ ਆਫ ਬੰਗਾਲ ਚ ਆਈਲੈਂਡ ਸੀ, ਹੈ ਛੋਟੀ ਜਿਹੀ ਆਈਲੈਂਡ, 3 ਕਿਲੋਮੀਟਰ ਵੀ ਹੈ, ਛੋਟੀ ਜਿਹੀ ਆਬਾਦੀ ਹੈ ਉੱਥੇ। ਖੈਰ ਇਹ ਜੇ ਆਈਲੈਂਡ ਦੇ ਉੱਤੇ ਯੂਰਪ ਚ ਜਾਂ ਅਮਰੀਕਾ ਦੇ ਆਸੇ ਪਾਸੇ ਤਾਂ ਆਬਾਦੀ ਹੁੰਦੀ ਨਹੀਂ, ਪਰ ਕਿਉਂਕਿ ਦੱਖਣ ਏਸ਼ੀਆ ਤੇ ਖਾਸ ਕਰਕੇ ਬੰਗਲਾਦੇਸ਼ ਬੰਗਾਲ ਬਹੁਤ ਡੈਂਸ ਆ ਤੇ ਇਸ ਆਈਲੈਂਡ ਤੇ ਵੀ ਆਬਾਦੀ ਆ। ਪਰ ਇਹਦਾ ਆਈਲੈਂਡ ਵਾਲੀ ਕਹਾਣੀ ਤਾਂ ਹੁਣ ਸਾਹਮਣੇ ਉਹਨਾਂ ਨੇ ਲਿਆਉਣੀ ਸ਼ੁਰੂ ਕੀਤੀ ਆ, ਪਰ ਮੁੱਖ ਕਾਰਨ ਜਿਹੜਾ ਕਿ ਜਿਹੜੇ ਸ਼ੇਖ ਹਸੀਨਾ ਸੀ ਉਹਨਾਂ ਉਹ ਬਹੁਤ ਹੀ ਕਲੋਜ਼ ਸੀ ਭਾਰਤ ਦੇ, ਇੰਡੀਅਨ ਰਜੀਮ ਦੇ ਬਹੁਤ ਕਲੋਜ਼ ਸੀ, ਤੇ ਉਹਨਾਂ ਦੇ ਇੰਟਰਸਟ ਉਸ ਵੱਲ ਜ਼ਿਆਦਾ ਧਿਆਨ ਦਿੰਦੀ ਸੀਗੀ। ਤੇ ਕੁਛ ਟਾਈਮ ਪਹਿਲਾਂ ਉਹ ਚਾਈਨਾ ਦੇ ਵੀ ਕਲੋਜ਼ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਫਿਰ ਉਹ ਹੋਈ ਬਣਾ ਲਈ ਉਹਨੇ। ਬਟ ਇਹ ਜਿਹੜੀ ਭਾਰਤ ਦੀ ਨਜ਼ਦੀਕੀ ਸੀ ਕਹਿ ਲਓ ਜਾਂ ਚੀਨ ਵਿੱਚ ਵੜ ਸਕਦਾ ਸੀ ਕਹਿ ਲਓ, ਤਾਂ ਇਹ USA ਨੂੰ ਮਨਜ਼ੂਰ ਨਹੀਂ ਸੀਗੀ। ਠੀਕ ਹੈ, ਤਾਂ ਮੁੱਖ ਤੌਰ ਤੇ ਇਹ ਹੈ ਕਿ ਅਮਰੀਕਾ ਨੇ ਇਹ ਉਹਨੂੰ ਸ਼ੇਖ ਹਸੀਨਾ ਦੀ ਜਿਹੜੀ ਰਜੀਮ ਸੀ ਉਹ ਪਸੰਦ ਨਹੀਂ ਸੀ, ਕਿਉਂਕਿ ਸ਼ੇਖ ਹਸੀਨਾ ਤੇ ਉਹਨਾਂ ਦੇ ਫਾਦਰ ਲਗਾਤਾਰ ਸ਼ੁਰੂ ਤੋਂ ਹੀ ਜਿਹੜੇ ਹੈਗੇ ਆ ਉਹ ਭਾਰਤ ਪੱਖੀ ਰਹੇ ਆ। ਬਿਕੋਜ਼ ਮੁਜੀਬੁਰ ਰਹਿਮਾਨ 1971 ਚ ਜੋ ਬੰਗਲਾਦੇਸ਼ ਬਣਿਆ, ਤਾਂ ਮੁਜੀਬੁਰ ਰਹਿਮਾਨ ਜਿਹੜੇ ਸੀਗੇ ਉਹ ਉਹਨਾਂ ਨੇ ਭਾਰਤ ਤੋਂ ਮਦਦ ਵੀ ਲਈ ਸੀ, ਮੁਕਤੀ ਬਹਿਨੀ ਬਣੀ ਸੀ, ਪਾਕਿਸਤਾਨ ਦੇ ਜਿਹੜੇ ਦੋ ਹਿੱਸੇ ਹੋਏ ਸੀ ਕਹਿ ਲਓ ਬੰਗਲਾਦੇਸ਼ ਨਿਕਲਿਆ ਸੀ, ਤਾਂ ਉਹਦੇ ਵਿੱਚ ਇੰਡੀਅਨ ਆਰਮੀ ਦਾ ਇੰਡੀਅਨ ਪੋਲੀਟਿਕਸ ਦਾ ਬਹੁਤ ਵੱਡਾ ਇੰਦਰਾ ਗਾਂਧੀ ਦਾ ਰੋਲ ਰਿਹਾ ਸੀ ਜੀ। ਅੱਛਾ, ਇਹ ਹੁਣ ਅਮਰੀਕਾ ਇੱਥੇ ਸੈਟਲ ਹੋ ਕੇ ਬੇਸਿਕਲੀ ਕਰਨਾ ਕੀ ਚਾਹੁੰਦਾ? ਕਿਉਂਕਿ ਭਾਰਤ ਦਾ ਪਿਛਲੇ ਜਾਂ ਯੂਕਰੇਨ ਅਤੇ ਰੂਸ ਦੀ ਜੰਗ ਦੇ ਵਿੱਚੋਂ ਰਸ਼ੀਆ ਦੇ ਬਲੋਕ 'ਚ ਜਾਣਾ, ਕਰੂਡ ਆਇਲ ਖਰੀਦਣਾ, ਵੇਚਣਾ, ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਪੁਤਿਨ ਦਾ ਆਪਸ ਵਿੱਚ ਮਿਲਣਾ, ਅਤੇ ਕੁਛ ਇੱਧਰ ਵੀ ਇੱਕ ਇੱਧਰੋਂ ਵੀ ਆਪਾਂ ਉਹ ਡਿਟੇਲ ਦੇ ਵਿੱਚ ਗੱਲ ਹੋਈ ਸੀ ਕਿ ਜਿਹੜੀ ਟਰਾਂਸਨੈਸ਼ਨਲ ਡਿਪਰੈਸ਼ਨ ਆ ਜਿਸ ਦੇ ਬਾਰੇ ਅਮਰੀਕਾ ਮੁੜ ਮੁੜ ਕੇ ਭਾਰਤ ਨੂੰ ਕਹਿ ਰਿਹਾ, ਉਹ ਉਸ ਨੂੰ ਜਿਹੜੇ ਬੁੱਧੀਜੀਵੀ ਨੇ ਉਹ ਇਸ ਤਰ੍ਹਾਂ ਵੇਖਦੇ ਆ ਵੀ ਸਿੱਖਾਂ ਦੇ ਬਾਰੇ ਅਮਰੀਕਾ ਕਿੰਨਾ ਕੁ ਚਿੰਤਤ ਹੈ? ਇਹ ਗੱਲ ਨਹੀਂ ਹੈ, ਉਹ ਤਾਂ ਇੱਕ ਬਾਂਹ ਮਰੋੜਨ ਦੀ ਗੱਲ ਆ ਵੀ ਭਾਰਤ ਦੀ ਬਾਂਹ ਕਿਵੇਂ ਮਰੋੜੀ ਜਾਵੇ, ਕਿਉਂਕਿ ਉਹ ਰਸ਼ੀਆ ਬਲੋਕ ਦੇ ਵਿੱਚ ਹੈ। ਹੁਣ ਕੀ ਅਚੀਵ ਕਰੂਗਾ ਜੀ ਅਮਰੀਕਾ ਬੰਗਲਾਦੇਸ਼ 'ਚ ਬੈਠ ਕੇ? ਇਹਦੀ ਭੂ ਰਾਜਨੀਤੀ ਦੇ ਵਿੱਚ ਜਗ੍ਹਾ ਜਿਹੜੀ ਉੱਪਰ ਚਿਕਨ ਨੈੱਕ ਹੈ ਜਿਹੜੀ ਸਿਲੀਗੁੜੀ ਤੋਂ ਉੱਪਰਲੇ ਬੰਨੇ ਉਹ ਬਰਮਾ ਹੈ, ਨੇਪਾਲ ਹੈ, ਇੱਕ ਬੰਨੇ ਬੰਗਲਾਦੇਸ਼ ਹੈ ਅਤੇ ਉੱਪਰ ਚੀਨ ਹੈ, ਇਹਦੀ ਜੇ ਆਪਾਂ ਬੰਗਲਾਦੇਸ਼ ਦੀ ਹੋਂਦ ਦੀ ਗੱਲ ਕਰੀਏ, ਉਹਦੀ ਜਗ੍ਹਾ ਦੀ, ਉਹਦੀ ਧਰਾਤਲ ਦੀ ਗੱਲ ਕਰੀਏ, ਅਮਰੀਕਾ ਕੀ ਅਚੀਵ ਕਰੂਗਾ ਜੀ ਉਹਦੇ ਉੱਥੇ ਜੇ ਜ਼ੋਰ ਪਾ ਜਾਂਦਾ? ਦੇਖੋ ਜੀ, ਜਦੋਂ ਦੁਬਾਰਾ ਮੋਦੀ ਸਰਕਾਰ ਆਈ ਆ ਤਾਂ ਆਪਣਾ ਜਿਹੜੇ ਪ੍ਰਧਾਨ ਮੰਤਰੀ ਮੋਦੀ ਆ
ਉਹ ਪੁੱਤਰ ਨੂੰ ਮਿਲੇ ਆ ਉਦੋਂ ਬਾਅਦ ਤੇ ਪਰ ਜਿਹੜਾ ਉਹਨਾਂ ਦਾ ਬਿਜ਼ਨਸ ਦਾ ਟਾਈਮਿੰਗ ਆ ਉਧਰੋਂ 75ਵੀਂ ਜਿਹੜੀ ਨਾਟੋ ਦੀ ਸੀਗੀ ਐਨੀਵਰਸਰੀ ਉਹਦੇ ਨਾਲ ਉਹ ਮੈਚ ਕਰਦਾ ਸੀ ਠੀਕ ਹੈ ਜੀ ਮਤਲਬ ਉਹਨਾਂ ਇਹ ਬਹੁਤ ਵੱਡਾ ਸਿਗਨਲ ਆ ਤੇ ਬਹੁਤ ਇਸ ਨੂੰ US ਨੇ ਕੋਈ ਚੰਗੀ ਤਰ੍ਹਾਂ ਨੀ ਵੇਖਿਆ ਉਹ ਇਸ ਸਮਝ ਲਓ ਇੱਕ ਤਰ੍ਹਾਂ ਉਹਨੂੰ ਬਹੁਤ ਉਹਨਾਂ ਦੇ ਹਿਸਾਬ ਨਾਲ ਗਲਤ ਹੋਇਆ ਪਹਿਲੀ ਗੱਲ ਦੂਜੀ ਗੱਲ ਇਹ ਆ ਕਿ ਵੀ ਭਾਰਤ ਦਾ ਜਿਹੜਾ ਆਲਾ ਦੁਆਲਾ ਸੀਗਾ ਜਿਹੜਾ ਇੰਡੀਆ ਦਾ ਚਾਹੇ ਉਹ ਨੇਪਾਲ ਲੈ ਲਓ ਚਾਹੇ ਪਾਕਿਸਤਾਨ ਲੈ ਲਓ ਚਾਹੇ ਬੰਗਲਾਦੇਸ਼ ਲੈ ਲਓ ਤੇ ਵੱਡੀ ਗੱਲ ਆ ਜਿਹੜਾ ਮਾਲਡਾਈਵਸ ਤੇ ਸ਼੍ਰੀਲੰਕਾ ਸੀ ਇਹਦੇ ਚ ਸਾਰੇ ਚ ਹੀ ਚੀਨ ਇਹਦੇ ਵਿੱਚ ਬਹੁਤ ਸਟਰੋਂਗ ਬੰਦਾ ਜਾ ਰਿਹਾ ਸੀਗਾ ਇੱਕ ਜਗ੍ਹਾ ਪਾਕਿਸਤਾਨ ਜਦੋਂ ਉਹਨੇ ਟੀ ਪੈਕ ਬਣਾਈ ਸੀ ਸ਼੍ਰੀਲੰਕਾ ਚ ਉਹ ਇੱਕ ਪੂਰੀ ਬੰਦਰਗਾਹ ਹੀ ਉਹਨਾਂ ਦੇ ਕੋਲ ਸੀ ਇਸੇ ਤਰੀਕੇ ਨਾਲ ਨੇਪਾਲ ਚ ਉਹਨਾਂ ਨੇ ਆਪਦੇ ਤਰੀਕੇ ਦੀ ਸਰਕਾਰ ਆਲਮੋਸਟ ਲੈ ਜਾਂਦੀ ਸੀ ਟ੍ਰੇਨ ਰੇਲ ਲਾਈਨ ਵੀ ਵਿਛਾ ਰਹੇ ਸੀਗੇ ਉੱਥੇ ਨੇਪਾਲ ਤੱਕ ਗਾਂ ਵੀ ਲੈ ਕੇ ਆਉਣ ਦੀ ਇਹ ਜਿਹੜੀਆਂ ਹਾਲਾਤਾਂ ਦੇ ਵਿੱਚ ਅਮਰੀਕਾ ਨੇ ਇਹ ਕਹਿ ਲਓ ਕਿ ਉਹਨਾਂ ਨੂੰ ਇਹ ਸਮਝ ਲੱਗਦੀ ਸੀ ਕਿ ਭਾਰਤ ਦਾ ਇਹ ਟੋਟਲ ਜਿਹੜਾ ਹੈਗਾ ਡਿਪਲੋਮੈਟਿਕ ਫੇਲੀਅਰ ਹੈਗਾ ਆਪਦੇ ਆਂਢ ਗੁਆਂਢ ਤੇ ਚੀਨ ਦਾ ਬਹਿਣਾ ਉੱਥੇ ਆ ਕੇ US ਇੰਟਰਸਟ ਦੇ ਅਗੇਂਸਟ ਸੀ ਪਹਿਲੀ ਗੱਲ ਦੂਜੀ ਗੱਲ ਇਹ ਆ ਕਿ ਵੀ ਪਿਛਲੇ ਸਮੇਂ ਤੋਂ ਜਿਹੜਾ ਭਾਰਤ ਆ ਉਹ ਤਕਰੀਬਨ ਰੂਸ ਪੱਖੀ ਹੁੰਦਾ ਜਾ ਰਿਹਾ ਤੇ ਖਾਸ ਕਰਕੇ ਯੂਕਰੇਨ ਵਾਲੇ ਮਸਲੇ ਚ ਤੇ ਉਹ ਗੱਲ ਬਿਲਕੁਲ ਨੀ ਉਸ ਸਹਿੰਦੇ ਉਹਨਾਂ ਨੇ ਵੇਖੋ ਇਮਰਾਨ ਨੇ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਕਦਮ ਹੀ ਤਖਤਾ ਪਲਟਤਾ ਤੇ ਇਮਰਾਨ ਨੂੰ ਬਹੁਤ ਮਤਲਬ ਭਾਰੀ ਪਿਆ ਉਹ ਗੱਲ ਜਾਂ ਬਹੁਤ ਵੱਡੀ ਸਜ਼ਾ ਮਿਲੀ ਉਹਦੀ ਤੇ ਇੱਥੇ ਵੀ ਭਾਰਤ ਦੇ ਵਿੱਚ ਵੀ ਉਹ ਆਈ ਨੀ ਪਰ ਕਿਉਂਕਿ ਇੰਡੀਆ ਥੋੜਾ ਵੱਡਾ ਮੁਲਕ ਆ ਇਹਦੇ ਵਿੱਚ ਇਹਦਾ ਸੌਖਾ ਨੀ ਇਹ ਸਾਰਾ ਕੁਛ ਕਰਨਾ ਤੇ ਉਹ ਹੋਰ ਤਰ੍ਹਾਂ ਦਾ ਸ਼ਿਕੰਜਾ ਕਰਦੇ ਆ ਤੇ ਹੁਣ ਜਿਹੜਾ ਹੈਗਾ ਇਹ ਪਹਿਲੀ ਗੱਲ ਤਾਂ ਆਪਾਂ ਇਹ ਮੰਨਣਾ ਪਊਗਾ ਕਿ ਇਹ ਇੰਡੀਆ ਦਾ ਡਿਪਲੋਮੈਟਿਕ ਫੇਲੀਅਰ ਹੈਗਾ ਕ੍ਰਾਈਸਿਸ ਹੈਗਾ ਉਹ ਆਪਦੇ ਹੱਕ ਦੀ ਰਜੀਮ ਜਿਹੜੀ ਬੰਗਲਾਦੇਸ਼ ਚ ਨਹੀਂ ਰੱਖ ਸਕੇ ਉਹਨਾਂ ਦੇ ਨੁਕਸਾਨ ਕੀ ਹੋ ਸਕਦੇ ਆ ਕਿਸ ਤਰੀਕੇ ਨਾਲ ਇਹਨੂੰ ਓਪਰੇਟ ਕਰ ਸਕਦੇ ਪਹਿਲੀ ਗੱਲ ਤਾਂ ਇਹ ਆ ਕਿ ਵੀ ਤੁਹਾਡਾ ਜਿਹੜਾ ਨੌਰਥ ਈਸਟ ਹੈਗਾ ਸਪੈਸ਼ਲੀ ਨਾਗਾਲੈਂਡ ਮੀਜ਼ੋਰਾਮ ਤੇ ਮਨੀਪੁਰ ਇਹ ਪਹਿਲਾਂ ਹੀ ਡਿਸਟਰਬਡ ਏਰੀਆ ਦਾ ਮਨੀਪੁਰ ਤਾਂ ਹੁਣ ਲੇਟਲੀ ਬਹੁਤ ਜ਼ਿਆਦਾ ਡਿਸਟਰਬਡ ਰਿਹਾ ਤੇ ਉਸ ਦੇ ਉਹਨਾਂ ਹਾਲਾਤਾਂ ਦੇ ਵਿੱਚ ਇੱਥੇ US ਦਾ ਸਟਰੋਂਗ ਹੋਲਡ ਆਉਣਾ ਜਿਹੜਾ ਹੈਗਾ ਉਹ ਇੰਡੀਅਨ ਇੰਟਰਸਟ ਦੇ ਬਹੁਤ ਅਗੇਂਸਟ ਆ ਬਿਲਕੁਲ ਸੈਪਰੇਟ ਹੁੰਦਾ ਜਾਂ ਨਹੀਂ ਹੁੰਦਾ ਉਹ ਬਹੁਤ ਵੱਡੀਆਂ ਐਕਸਟ੍ਰੀਮ ਸਟੈਪਸ ਹੁੰਦੇ ਆ ਇਹ ਨਹੀਂ ਹੁੰਦਾ ਬਟ ਫਿਰ ਵੀ ਇੱਕ ਵਸੀਲਾ ਜ਼ਿਆਦਾ ਕਮਿਟ ਹੋਣਾ ਸ਼ੁਰੂ ਹੋ ਜਾਂਦਾ ਮਤਲਬ ਇੰਡੀਆ ਦੀਆਂ ਫੌਜਾਂ ਇੰਡੀਆ ਦਾ ਰਿਸੋਰਸਿਸ ਜ਼ਿਆਦਾ ਇੱਥੇ ਕਮਿਟ ਹੋਣਗੇ ਹੁਣ ਉਹ ਜ਼ਿਆਦਾ ਜ਼ਰੂਰਤ ਪਊਗੀ ਇਸ ਪੱਕੇ ਬਾਕੀ ਤੋਂ ਮਤਲਬ ਜ਼ੋਰ ਲੱਗਣ ਲੱਗ ਜਾਊਗਾ ਦੂਜੀ ਗੱਲ ਤੁਸੀਂ ਹੁਣ ਪਿਛਲੇ ਜਿਹੇ ਦਿਨਾਂ ਚ ਵੇਖਿਆ ਹੋਊਗਾ ਕਿ ਵੀ ਵੈਸਟਰਨ ਫਰੰਟ ਦੇ ਉੱਤੇ ਵੀ ਕਸ਼ਮੀਰ ਦੇ ਵਿੱਚ ਵੀ ਐਕਟੀਵਿਟੀ ਬਹੁਤ ਵਧੀ ਵੀ ਹੈਗੀ ਆ ਉਹਨੂੰ ਵੀ ਸੰਭਾਲਣਗਾ ਜਿਹੜਾ ਕਹਿ ਲਓ ਜੇ ਆਪਾਂ ਵੇਖਿਆ ਜਾਵੇ ਤਾਂ ਇੰਡੀਅਨ ਰਿਸੋਰਸਿਸ ਜਿਹੜੇ ਹੈਗੇ ਆ ਫੌਜੀ ਰਿਸੋਰਸਿਸ ਹੈਗੇ ਆ ਉਹ ਨੌਰਥ ਈਸਟ ਦੇ ਵਿੱਚ ਵੀ ਕਮਿਟ ਹੋਣਗੇ ਤੇ ਉਧਰੋਂ ਅਰੁਣਾਚਲ ਚ ਚੀਨ ਦੇ ਅਗੇਂਸਟ ਵੀ ਕਮਿਟ ਹੋਣਗੇ ਤੇ ਉਧਰੋਂ ਕਸ਼ਮੀਰ ਚ ਵੀ ਵੱਧਦੀ ਜਾਂਦੀ ਹੈ ਕਮਿਟਮੈਂਟ ਸੋ ਇਹ ਜਿਹੜਾ ਹੁੰਦਾ ਹੈ ਵੱਡੇ ਵੱਡੇ ਜਿਹੜੇ ਮੁਲਕ ਆ ਉਹਨਾਂ ਵਾਸਤੇ ਬਹੁਤ ਨੁਕਸਾਨਦੇਹ ਹੋ ਜਾਂਦਾ ਕਈ ਵਾਰੀ ਮਤਲਬ ਚਾਹੇ ਉਹ ਨਾਜ਼ੀ ਜਰਮਨੀ ਸੀ ਚਾਹੇ ਰੋਮਨ ਐਮਪਾਇਰ ਸੀ ਜਦੋਂ ਨੰਬਰ ਆਫ ਫਰੰਟ ਤੇ ਲੜਨ ਲੱਗ ਗਿਆ ਜ਼ਿਆਦਾ ਫਰੰਟਾਂ ਦੇ ਉਹਦੇ ਤੇ ਪ੍ਰੈਸ਼ਰ ਪੈਣ ਲੱਗ ਗਏ ਤੇ ਉਹਦੇ ਵਸੀਲਿਆਂ ਤੇ ਖਿੱਚ ਪੈਣ ਲੱਗ ਜਾਂਦੀ ਆ ਤੇ ਉਹ ਅਸਰ ਪੈਣ ਲੱਗ ਜਾਂਦਾ ਖਰਚਾ ਵੱਧ ਜਾਂਦਾ ਫੌਜਾਂ ਤੇ ਹੋਰ ਚੀਜ਼ਾਂ ਹੋ ਜਾਂਦੀਆਂ ਹੈਗੀਆਂ ਜੀ ਤੇ ਇਹਦਾ ਮਹਿੰਗਾ ਪਊਗਾ ਇੰਡੀਆ ਨੂੰ ਬਹੁਤ ਐਕਸਪੈਂਸ
ਮਹਿੰਗਾ ਪਊਗਾ ਕਹਿ ਲਓ, ਕੋਸਟ ਇਹਦੀ ਵਧੂਗੀ ਇਨ ਟਰਮਸ ਆਫ ਵਸੀਲਿਆਂ ਦੇ ਵਿੱਚ ਵੀ, ਰਿਸੋਰਸਿਸ ਵੀ ਵੱਧ ਲੱਗਣਗੇ, ਮੈਨ ਪਾਵਰ ਵੀ ਲੱਗ ਸਕਦੀ ਆ, ਤੇ ਕੋਈ ਐਕਸਟ੍ਰੀਮ ਐਕਸ਼ਨ ਵੀ ਹੋ ਸਕਦਾ, ਮਤਲਬ ਜਿਹੜਾ ਕਿ ਕਿਉਂਕਿ ਬਹੁਤ ਦੇਰ ਦੀ ਇੰਸਰਜੈਂਸੀ ਚੱਲ ਰਹੀ ਆ ਨਾਗਾਲੈਂਡ ਦੇ ਵਿੱਚ, ਬਹੁਤ ਦੇਰ ਦੀ ਮਣੀਪੁਰ ਚੱਲ ਰਹੀ ਆ, ਤਾਂ ਕੋਈ ਇਹ ਹੋਰ ਰੰਗ ਰੂਪ ਵੀ ਲੈ ਸਕਦਾ। ਇਹ ਖਾਸ ਕਰਕੇ ਯੂਐਸਏ ਦੇ ਆਉਣ ਨਾਲ ਹੋਰ ਜ਼ਿਆਦਾ ਹੋ ਸਕਦਾ, ਕਿਉਂਕਿ ਨਾਗਾਲੈਂਡ ਜਿਹੜਾ ਹੈਗਾ ਉਹ ਲੜ ਤਾਂ ਰਿਹਾ ਸੀ, ਪਰ ਉਹਦੇ ਲਈ ਇੱਕ ਵੱਡੀ ਗੱਲ ਸੀ ਕਿ ਉਹਨੂੰ ਡਰ ਹੁੰਦਾ ਸੀ ਵੀ ਚਾਈਨਾ ਮੈਨੂੰ ਖਾ ਜੇ ਇੰਡੀਆ ਤੋਂ ਬਾਅਦ, ਬਿਲਕੁਲ ਸੈਪਰੇਟਿਜ਼ਮ ਵੱਲ ਨਹੀਂ ਉਹ ਜਾਂਦੇ ਸੀਗੇ ਜ਼ਿਆਦਾ। ਹੁਣ ਦੂਜਾ ਉੱਥੇ ਵਾਈਟ ਮੈਨ ਓਨ ਕਰਕੇ ਉਹਨਾਂ ਦਾ ਜਿਹੜਾ ਕਹਿ ਲਓ ਕਿ ਫੈਸਲੇ ਹੋਰ ਹੋ ਸਕਦੇ ਆ, ਤੇ ਉੱਥੇ ਭਾਰਤ ਨੂੰ ਮੁਸ਼ਕਲਾਂ ਆ ਸਕਦੀਆਂ, ਕਿਉਂਕਿ ਇੱਕ ਪਾਸੇ ਬਰਮਾ ਹੈ, ਇੱਕ ਪਾਸੇ ਬੰਗਲਾਦੇਸ਼ ਆ, ਵਿਚਾਲੇ ਇੰਸਰਜੈਂਸੀ ਆ, ਸਿਚੁਏਸ਼ਨ ਟਫ ਆ। ਦੂਜੀ ਜਿਹੜੀ ਸਿਚੁਏਸ਼ਨ ਉਹਨਾਂ ਵਾਸਤੇ ਵਿਗੜ ਸਕਦੀ ਆ ਉਹ ਹੈਗੀ ਆ ਕਿ ਬੰਗਾਲ ਦੇ ਵਿੱਚ ਤੇ ਉੜੀਸਾ ਦੇ ਵਿੱਚ ਬਹੁਤ ਲਾਰਜ ਸਕੇਲ ਇਮੀਗ੍ਰੇਸ਼ਨ ਆ ਸਕਦੀਆਂ, ਜਿਹੜਾ ਜਿਹਨੂੰ ਕਹਿੰਦੇ ਆਪਾਂ ਰਿਫਿਊਜੀ ਆਉਣੇ ਸ਼ੁਰੂ ਹੋ ਸਕਦੇ, ਜਿਹੜੇ ਪਹਿਲਾਂ ਵੀ ਆ ਰਹੇ ਸੀ ਤੇ ਹੁਣ ਵੱਧ ਸਕਦਾ ਜਦੋਂ ਬੰਗਲਾਦੇਸ਼ ਦੇ ਹਾਲਾਤ ਵਿਗੜਦੇ, ਉਹਦਾ ਦਬਾਅ ਵੀ ਭਾਰਤ ਤੇ ਬਹੁਤ ਵੱਡਾ ਪਊਗਾ। ਤੇ ਜੇ ਹਿੰਦੂ ਰਿਫਿਊਜੀ ਵੀ ਜੇ 7-8 ਕਰੋੜ ਹੈਗੇ ਜੀ ਹਿੰਦੂ, ਉਹ ਵੀ ਆਉਣੇ ਸ਼ੁਰੂ ਹੋਣ ਤੋਂ ਵੀ ਇਹ ਦੋਨਾਂ ਖਾਸ ਕਰਕੇ ਬੰਗਾਲ ਤੇ ਉਹਦਾ ਉਹਦੇ ਰਿਸੋਰਸਿਸ ਤੇ ਉਹਦੇ ਤੇ ਲੂੰਘਾ ਅਸਰ ਪੈਣਾ ਸ਼ੁਰੂ। ਅੱਛਾ ਬਰਾੜ ਸਾਹਿਬ, ਜਿਹੜਾ ਬੰਗਲਾਦੇਸ਼ ਨੂੰ ਜੇ ਆਪਾਂ ਦੇਖਦੇ ਹਾਂ ਅਤੇ ਉੱਧਰੋਂ ਭਾਰਤ ਨੂੰ ਦੇਖਦੇ ਹਾਂ, ਪੈਰਲਲ ਕਲਕੱਤਾ ਦੇ ਨਾਲ ਨਾਲ ਸੜਕ ਜੇ ਸਿਲੀਗੁੜੀ ਜਾਂਦੀ ਹੈ, ਕਿਸ਼ਨਗੰਜ ਰਾਏਗੰਜ ਦੇ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਫ਼ਰ ਕੀਤਾ ਮੈਂ, ਉੱਪਰੋਂ ਸਿਲੀਗੁੜੀ ਤੋਂ ਫਿਰ ਗੁਹਾਟੀ ਨੂੰ ਸੜਕ ਜਾਂਦੀ ਹੈ, ਅੱਪਰ ਅਸਾਮ ਜਿਹੜੀਆਂ ਸਟੇਟਸ ਨੇ ਜਿਹੜੀਆਂ ਤੁਸੀਂ ਦੱਸਿਆ ਉਹਨਾਂ ਦੇ ਸੰਨ 'ਚ ਬੰਗਲਾਦੇਸ਼ ਹੈ, ਕਲਕੱਤੇ ਤੋਂ ਬੰਗਲਾਦੇਸ਼ ਟੱਪ ਕੇ ਤ੍ਰਿਪੁਰਾ ਦਿਖਦਾ, ਮਨੀਪੁਰ ਨਾਗਾਲੈਂਡ ਅਸਾਮ ਅਤੇ ਉੱਪਰ ਮਿਆਂਮਾਰ ਹੈ। ਅੱਛਾ, ਅਰੁਣਾਚਲ ਦੇ ਵਿੱਚ ਕੱਲ੍ਹ ਨਿਊਯਾਰਕ ਟਾਈਮਸ ਦੀ ਐਤਵਾਰ ਨੂੰ ਜਿਹੜੀ ਆਈ ਆ ਰਿਪੋਰਟ ਦ ਗ੍ਰੇਟ ਵਾਲ ਆਫ ਵਿਲੇਜਸ, ਅਰੁਣਾਚਲ ਦੇ ਵਿੱਚ ਅਤੇ ਬਾਰਡਰ ਦੇ ਨਾਲ ਨਾਲ ਚੀਨ ਨੇ ਬਹੁਤ ਪਿੰਡ ਵਸਾਤੇ ਜੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਜਿਹੜੀ ਪੋਲਿਸੀ ਆ ਨਾ ਜੀ ਚੀਨ ਦੀ, ਉਹ ਐਕਚੁਲੀ ਨਾ ਕੀ ਆ ਕਿ ਕਲਚਰਲ ਇਨਵੇਜਨ ਪਹਿਲਾਂ ਕਰਦੇ ਆ। ਤੁਸੀਂ ਇਹ ਦੇਖਿਆ ਹੋਊਗਾ ਫਰਾਂਸ ਨੇ ਜਦੋਂ ਰਸ਼ੀਆ ਨੂੰ ਇਨਵੇਡ ਕੀਤਾ ਨੈਪੋਲੀਅਨ ਵੇਲੇ, ਤਾਂ ਉਹਨਾਂ ਨੇ ਪਹਿਲਾਂ ਆਪਦਾ ਕਲਚਰ ਉੱਥੇ ਫੈਲਾਉਣਾ ਸ਼ੁਰੂ ਕੀਤਾ, ਮਤਲਬ ਜਿਹੜੀ ਰਸ਼ੀਅਨ ਕੋਰਟ ਦੀ ਭਾਸ਼ਾ ਸੀ ਉਹ ਫ੍ਰੈਂਚ ਹੋ ਚੁੱਕੀ। ਇਸੇ ਤਰੀਕੇ ਨਾਲ ਜਿਹੜਾ ਜਦੋਂ ਹੁਣ ਉਹ ਚਾਈਨੀਜ਼ ਨੇ ਕੀ ਕੀਤਾ ਕਿ ਅਰੁਣਾਚਲ ਦੇ ਉੱਥੇ ਪਿੰਡ ਬਹੁਤ ਵਸਾਤੇ ਆ ਨਾਲ ਨਾਲ, ਉਹ ਇੱਥੋਂ ਆਪਣੇ ਅਰੁਣਾਚਲ ਚੋਂ ਅਰੁਣਾਚਲ ਨੂੰ ਲੋਅਰ ਤਿੱਬਤ ਕਹਿੰਦੇ ਆ, ਤਿੱਬਤ ਦਾ ਹਿੱਸਾ ਮੰਨਦੇ ਆ, ਤੇ ਉਹ ਇੱਥੋਂ ਬਹੁਤ ਜ਼ਿਆਦਾ ਸਿਟੀਜ਼ਨਸ ਨੂੰ ਉੱਥੇ ਲੈ ਜਾਂਦੇ ਹੈਗੇ ਆ, ਉੱਥੇ ਲਿਜਾ ਕੇ ਉਹਨਾਂ ਨੂੰ ਮਹੀਨਾ ਮਹੀਨਾ ਦੋ ਦੋ ਤਿੰਨ ਤਿੰਨ ਮਹੀਨੇ ਰੱਖਦੇ ਆ, ਤੇ ਉਹਨਾਂ ਨੂੰ ਚਾਈਨੀਜ਼ ਵੇ ਆਫ ਲਾਈਫ ਵਿਖਾਉਂਦੇ ਕਿ ਤੁਹਾਡੀ ਇੱਥੇ ਕਿਸ ਤਰੀਕੇ ਦੀ ਜ਼ਿੰਦਗੀ ਹੋਊਗੀ ਜੇ ਤੁਸੀਂ ਚੀਨ ਦਾ ਹਿੱਸਾ ਹੋਵੋ। ਇਹਦੇ ਵਿੱਚ ਵੱਡੀ ਗੱਲ ਇਹ ਆ ਕਿ ਇੱਕ ਉਹਨਾਂ ਦਾ ਨਾ ਫਿਲੋਸਫੀ ਹੈਗੀ ਆ ਜਿਹੜੀ, ਉਹ ਕਹਿੰਦੇ ਵੀ ਕਿ ਸਭ ਤੋਂ ਇਨਸਾਨ ਸੌਖਾ ਕਦੋਂ ਰਹਿੰਦਾ ਜਾਂ ਖੁਸ਼ ਕਦੋਂ ਰਹਿੰਦਾ, ਨਾ ਤਾਂ ਬੜਾ ਅਮੀਰ ਹੋਵੇ ਤੇ ਜਾਂ ਨਾ ਹੀ ਬਿਲਕੁਲ ਨੰਗ ਹੋਵੇ, ਹੈ ਨਾ। ਮੋਡਰੇਸ਼ਨ ਜਿਵੇਂ ਆਪਾਂ ਨੂੰ ਗੁਰਬਾਣੀ 'ਚ ਵੀ ਲਾਈਫ ਦੀ ਮੋਡਰੇਸ਼ਨ ਸਿਖਾਇਆ ਜਾਂਦਾ, ਉਸ ਤਰੀਕੇ ਦੇ ਕੋਨਸੈਪਟ ਦੇ ਉਹ ਪਿੰਡ ਵਸਾਏ ਆ ਉਹਨਾਂ ਨੇ, ਕਿ ਉੱਥੇ ਹੈਪੀਨੈਸ ਇੰਡੈਕਸ ਬਹੁਤ ਹਾਈ ਉਹ ਫੀਲ ਕਰਦੇ ਕਿ ਜਿਹੜਾ ਉਹਦੇ ਨਾਲ ਕੀ ਹੁੰਦਾ ਨਾ ਇਨਫਲੂਐਂਸ ਫੈਲਣਾ ਸ਼ੁਰੂ ਹੋ ਜਾਂਦਾ, ਆਮ ਪਾਪੂਲੇਸ਼ਨ ਨੇ ਫੀਲ ਕਰਨ ਲੱਗ ਜਾਂਦੀ ਆ ਕਿ ਉਹ ਸਾਡਾ ਦਿੱਖ ਵੀ ਆਉਂਦੀ ਆ, ਸਾਡੀ ਭਾਸ਼ਾ ਵੀ ਆਉਂਦੀ ਆ, ਤਾਂ ਵੀ ਜੀਵਨ ਵੀ ਉਹਨਾਂ ਦਾ ਬਿਹਤਰ ਆ, ਤਾਂ ਵੀ ਕਿਉਂ ਨਾ ਉਹਨਾਂ ਦੇ ਸਾਈਡ ਕੀਤਾ ਜਾਵੇ। ਸੋ ਕੋਈ ਵੀ ਫੌਜੀ ਇਨਵੇਜਨ ਤੋਂ ਪਹਿਲਾਂ ਗਰਾਊਂਡ ਦੇ ਉੱਤੇ ਜੇ ਸਿਵਲੀਅਨ ਪਾਪੂਲੇਸ਼ਨ ਤੁਹਾਡੇ ਹੱਕ ਦੀ ਹੋ ਜਾਂਦੀ ਆ, ਤਾਂ ਫੌਜ ਦਾ ਕੰਮ ਸਮਝੋ ਚੌਥਾ ਹਿੱਸਾ ਹੀ 25% ਹੀ ਰਹਿ ਜਾਂਦਾ।
ਸੋ ਇਸ ਗੱਲ ਤੇ ਉਹ ਲੱਗੇ ਹੋਏ ਹੈਗੇ ਆ। ਉਹ ਚਾਈਨਾ ਜਿਹੜਾ ਹੈਗਾ ਆ ਕਹਿ ਲਓ ਵੀ ਚੀਨੀ ਸਭਿਅਤਾ ਕੈਸੀ ਆ ਕਿ ਉਹ ਬਹੁਤ ਜਲਦੀ ਨੀ, ਉਹ ਬਹੁਤ ਹੌਲੀ 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 ਤੇ ਬੜਾ ਮਤਲਬ ਪੱਕਾ ਕਦਮ ਰੱਖ ਕੇ ਗਾਂ ਚੱਲਦੇ ਪਏ ਆ। ਤੇ ਇਹ ਜਿਹੜਾ ਆ ਜਿਹੜੇ ਪਿੰਡ ਬਣਾ ਵਸਾ ਰਹੇ ਆ ਵੀ ਬਹੁਤ ਚਿਰ ਦੇ ਉਹ ਲੱਗੇ ਹੋਏ ਆ ਤੇ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਇੱਧਰ ਕਹਿ ਲਓ ਕਿ ਇੰਡੀਆ ਵਾਲੇ ਪਾਸੇ ਜਿਹੜਾ ਹੈਗਾ ਉਹਨਾਂ ਨੇ ਕਾਫੀ ਇਸ ਗੱਲ ਦਾ ਅਰੁਣਾਚਲ ਦੇ ਵਿੱਚ ਅਸਰ ਪੈਣਾ ਸ਼ੁਰੂ ਹੋ ਗਿਆ। ਇਹ ਵੀ ਅਮਰੀਕਾ ਵਾਸਤੇ ਬਹੁਤ ਖਤਰੇ ਦਾ ਕਾਰਨ ਸੀ ਵੀ ਕੱਲ੍ਹ ਨੂੰ ਉੱਥੇ ਟੁੱਟ ਜਾਂਦਾ ਅਰੁਣਾਚਲ ਚਲਾ ਜਾਂਦਾ ਉਸ ਪਾਸੇ ਉਹ ਵੱਧ ਜਾਂਦੇ ਆ, ਜਾਂ ਕੱਲ੍ਹ ਨੂੰ ਕੋਈ ਇੰਡੀਅਨ ਰਜੀਮ ਹੀ ਇੰਝ ਹੀ ਗੱਲ ਕਰ ਜਾਂਦੀ ਹੈ ਕਿ ਵੀ ਠੀਕ ਆ ਵੀ ਇੱਥੇ ਸਾਡੀ ਸੈਟਲਮੈਂਟ ਤੁਹਾਡੇ ਨਾਲ ਬਣਦੀ ਆ, ਫਿਰ ਸਿਚੁਏਸ਼ਨ ਕਿੰਝ ਹੀ ਬਣੂਗੀ। ਤੋ ਉਹਨਾਂ ਨੇ ਉਹ ਕੋਈ ਨਵੇਂ ਉਹ ਐਕਸਟ੍ਰੀਮ ਇਹ ਸੋਚ ਸਕਦੇ ਆ ਕਿ ਵੀ ਪੂਰਾ ਨੌਰਥ ਈਸਟ ਹੀ ਨਵੇਂ ਤਰੀਕੇ ਨਾਲ ਕਿਸੇ ਤਰੀਕੇ ਨਾਲ ਹੋ ਜੇ ਰੀਡਰੈਕਟ, ਮਤਲਬ ਰੀਕਨਫਿਗਰ ਹੋ ਜੇ ਸਾਰਾ, ਜਾਂ ਚਲੋ ਘੱਟੋ ਘੱਟ ਅਸੀਂ ਇੱਥੇ ਬੈਠੇ ਹੋਵਾਂਗੇ ਸਾਡੀ ਬੇਸ ਹੋਊਗੀ ਤਾਂ ਅਸੀਂ ਸੰਭਾਲ ਸਕਾਂਗੇ। ਇੱਕ ਗੱਲ ਆਪਾਂ ਨੂੰ ਨੋਟ ਕਰਨੀ ਚਾਹੀਦੀ ਹੈ ਕਿ ਨਾਗਾਲੈਂਡ ਤੇ ਮੀਜ਼ੋਰਾਮ ਤੇ ਮਨੀਪੁਰ ਦੇ ਵਿੱਚ ਕ੍ਰਿਸਚਨ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ, ਜਿਹੜੀ ਕਿ ਆਪਣਾ ਅਮੈਰੀਕਨ ਚਰਚਸ ਨਾਲ ਰਿਲੇਟਡ ਹੈਗੀ, ਉਹਨੂੰ ਕੈਥੋਲਿਕਸ ਨਹੀਂ ਹੈ, ਉਹ ਅਮਰੀਕਨ ਚਰਚਾਂ ਨਾਲ ਰਿਲੇਟਡ ਕ੍ਰਿਸਚਨ ਹੈ। ਆਪਣੇ ਬਰਾੜ ਸਾਹਿਬ, ਇੱਕ ਚੀਨ ਨੇ ਜਿਹੜਾ ਸਿਲਕ ਰੂਟ ਉਹਦਾ ਬਣਾਇਆ, ਜਿਹੜਾ ਉਹਨੇ ਕੋਰੀਡੋਰ ਬਣਾਇਆ ਗਵਾਦਰ ਤੱਕ, ਉਹ ਪੈਸੇ ਬਹੁਤ ਲਾ ਤੇ, ਪਰ ਉਹਨੂੰ ਡਰ ਹੈ ਵੀ ਇਹ ਅਨਸਟੇਬਲ ਹੈ, ਅਫਗਾਨਿਸਤਾਨ ਦੇ ਵਿੱਚ ਦੀ ਕੋਲ ਦੀ ਲੰਘਦਾ ਹੈ ਅਤੇ ਪਾਕਿਸਤਾਨ ਦੇ ਹਿਲ ਜੁਲਾ ਜੇ ਕਿਤੇ ਹੋ ਗਿਆ ਤਾਂ ਉਹਦਾ ਰੂਟ ਬੰਦ ਹੁੰਦਾ। ਸਟੇਟ ਆਫ ਮਲਾਕਾ ਉਹਦੇ ਅਗੇਂਸਟ ਅਮਰੀਕਾ ਘੇਰ ਲੈਂਦਾ ਹੈ, ਤਾਂ ਸਾਊਥ ਚਾਈਨਾ ਸੀ ਦੇ ਵਿੱਚ ਵੀ ਤਾਂ ਹੀ ਉਹ ਜ਼ੋਰ ਰੱਖਦਾ ਵੀ ਸਾਊਥ ਚਾਈਨਾ ਸੀ ਮੈਂ ਹਿੱਲਣ ਨਹੀਂ ਦੇਣਾ ਨਾਲ ਦੇ ਗੁਆਂਢੀ ਦੇਸ਼ਾਂ ਨੂੰ। ਸਟੇਟ ਆਫ ਮਲਾਕਾ 800 ਕਿਲੋਮੀਟਰ ਦੇ ਵਿੱਚ ਦੀ ਉਹ ਲੰਘ ਕੇ ਫਿਰ ਉਹ ਦੁਨੀਆ ਨੂੰ ਹਿੱਟ ਕਰਦਾ, ਅਫਰੀਕਾ ਨੂੰ ਜਾਂ ਜਿਹੜੀ ਸਵੇਜ ਦੇ ਰਾਹੀਂ ਲੰਘਣਾ। ਇੱਕ ਮੈਨੂੰ ਐਂ ਦੱਸਿਓ ਵੀ ਥਾਈ ਕਨਾਲ ਦੀ ਗੱਲ ਬਹੁਤ ਹੋ ਰਹੀ ਹੈ, ਇਹ ਥਾਈ ਕਨਾਲ ਕੀ ਹੈ ਜੀ? ਜਿਹੜਾ ਉਹ ਏਰੀਆ ਉੱਥੇ ਆ ਕੇ ਪਤਲਾ ਹੋ ਜਾਂਦਾ ਥਾਈਲੈਂਡ, ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਵੀ ਉਹ ਸੋਚਦੇ ਵੀ ਇਹਦੇ ਵਿੱਚ ਵੀ ਅਸੀਂ ਇੱਕ ਜਿਵੇਂ ਸਵੇਜ ਕਨਾਲ ਨਿਕਲੀ ਵੀ ਹੈਗੀ ਆ, ਜਾਂ ਕਹਿ ਲਓ ਕਿ ਆ ਆਪਣਾ ਪਨਾਮਾ ਕੋਲੇ ਨਿਕਲੀ, ਉਵੇਂ ਅਸੀਂ ਇੱਥੋਂ ਇੱਕ ਵਾਟਰਵੇ ਬਣਾ ਲਈਏ। ਉਹਨਾਂ ਸੌਖਾ ਨਹੀਂ ਗਾ, ਡੈਫੀਨੇਟਲੀ ਉਹਦੇ ਨਾਲ ਡਿਫੀਕਲਟ ਆ, ਪਰ ਇਹਦੇ ਵਿੱਚ ਇਹ ਆ ਕਿ ਇਹਦੇ ਆਪਦੇ ਪ੍ਰੋਜ਼ ਐਂਡ ਕੌਨਸ ਆ। ਪਹਿਲੀ ਗੱਲ ਤਾਂ ਥਾਈਲੈਂਡ ਵਰਗਾ ਮੁਲਕ ਇਸ ਗੱਲ ਨੂੰ ਮੰਨਦਾ ਕਿ ਨਹੀਂ ਮੰਨਦਾ, ਜੇ ਮੰਨਦਾ ਤਾਂ ਉਹਨੂੰ ਰੈਵਨਿਊ ਕਿੰਨਾ ਚਾਂਸ ਹੈਗੇ ਆ ਹੋਰ ਵਧਣ ਦੇ, ਠੀਕ ਹੈ ਨਾ, ਤੇ ਕਿਉਂਕਿ ਬਹੁਤ ਵੱਡੀ ਅਰਨਿੰਗ ਦਾ ਸੋਰਸ ਹੈ ਈਜੀਪਟ ਤੇ ਸਵੇਜ਼ ਕਨਾਲ, ਬਹੁਤ ਵੱਡੀ ਅਰਨਿੰਗ ਦਾ ਸੋਰਸ ਆ। ਤੇ ਉੱਥੇ ਵੀ ਕਈ ਵਾਰੀ ਇਹ ਕਿਹਾ ਜਾਂਦਾ ਵੀ ਗਾਜ਼ਾ ਵਾਲੀ ਲੜਾਈ ਇਸ ਕਰਕੇ ਆ ਵੀ ਦੂਜੇ ਪਾਸਿਓ ਕੱਢਣਾ ਚਾਹੁੰਦੇ ਲੰਬੀ, ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀ ਅਵੇਲੇਬਲ ਹੋ ਗਈ ਆ, ਬਹੁਤ ਪੋਸੀਬਲ ਵੀ ਹੈਗੀ ਆ। ਤੇ ਦੂਜੇ ਪੱਖੋਂ ਇੱਕ ਇਹ ਵੀ ਆ ਕਿ ਵੀ ਤੁਹਾਡਾ ਦੇਸ਼ ਜਿਹੜਾ ਹੈਗਾ ਉਹ ਲੈਂਡ ਬਾਰਡਰ ਦੀ ਜਾਂ ਸਮੁੰਦਰ ਮਤਲਬ ਦੋ ਹਿੱਸੇ ਹੱਟ ਵੀ ਜਾਂਦਾ ਹੈਗਾ। ਸੋ ਇਹ ਕੋਨਸੈਪਟ ਨਾ ਜਿਲਸਰ ਚੱਲਦੇ ਰਹਿੰਦੇ ਵਰਲਡ ਦੇ ਵਿੱਚ, ਨਵੇਂ ਨਵੇਂ ਤਰੀਕਿਆਂ ਨਾਲ ਨਵੇਂ ਨਵੇਂ ਰਾਹ ਲੱਭਦੇ ਆ। ਮੋਟੇ ਤੌਰ ਤੇ ਗੱਲ ਇਹ ਹੈ ਕਿ ਅਮਰੀਕਾ ਜਿਹੜਾ ਹੈਗਾ ਉਹ ਚੀਨ ਦੀ ਘੇਰਾਬੰਦੀ ਕਰ ਰਿਹਾ, ਉਹਨੂੰ ਆਸੇ ਪਾਸੇ ਘੇਰ ਰਿਹਾ ਤਾਂ ਕਿ ਇਹਨੂੰ ਕੰਟਰੋਲ ਕੀਤਾ ਜਾ ਸਕੇ, ਤੇ ਚੀਨ ਉਸ ਘੇਰਾਬੰਦੀ ਚੋਂ ਨਿਕਲਣਾ ਚਾਹੁੰਦਾ, ਉਹ ਅੱਡ ਅੱਡ ਰਾਹ ਲੱਭ ਰਿਹਾ। ਜਿਵੇਂ ਬੰਗਲਾਦੇਸ਼ ਵਾਲਾ ਰਾਹ ਕੱਲ ਨੂੰ ਬਣ ਸਕਦਾ ਸੀ ਜੇ ਅਰੁਣਾਚਲ ਜਾਂ ਉੱਪਰ ਉੱਤੇ ਜਿਹੜੀ ਸਿਲੀਗੁੜੀ ਵਾਲਾ ਕੋਰੀਡੋਰ ਆ ਬਹੁਤ ਪਤਲਾ ਹੈਗਾ, ਇਸੇ ਤਰੀਕੇ ਮਲੱਕਾ ਕਿਉਂਕਿ ਸਪੇਸ ਨੀ, ਤੇ ਮਲੱਕਾ ਜਿੱਥੇ ਆਈਲੈਂਡਸ ਖਤਮ ਹੁੰਦੇ ਤੇ ਅੱਗੇ ਭਾਰਤੀ ਚੇਨ ਸ਼ੁਰੂ ਹੋ ਜਾਂਦੀ ਹੈ ਇੰਡੀਆ ਦੀ ਜਿਹੜੀ ਅੰਡਾਮਨ ਵਾਲੀ ਹੈਗੀ ਆ। ਬਿਲਕੁਲ ਸਾਹਮਣੇ ਆ, ਬਿਲਕੁਲ ਸਾਹਮਣੇ ਆ, ਯੈਸ।
ਯੈਸ ਹਾਂ ਵੈਸੇ ਇੱਕ ਇੰਟਰਸਟਿੰਗ ਗੱਲ ਇਹ ਹੈ ਜੀ ਕਿ ਜਿਹੜੇ ਬ੍ਰਿਟਿਸ਼ ਜਦੋਂ ਜਾ ਰਹੇ ਸੀ 1947 ਚ ਤਾਂ ਉਦੋਂ ਉਹ ਅੰਡਾਮਨ ਦੇ ਉਹ ਆਈਲੈਂਡ ਦੇਣ ਨੂੰ ਰਾਜੀ ਨਹੀਂ ਸੀਗੇ ਉਹ ਬਹੁਤ ਮਤਲਬ ਉਹਦੇ ਅਗੇਂਸਟ ਸੀਗੇ ਕਿਉਂਕਿ ਉਹਨੂੰ ਬੜਾ ਕੀ ਨੋਡ ਗਿਣਿਆ ਜਾਂਦਾ ਕਿ ਵੀ ਇਹਨੂੰ ਰੱਖਿਆ ਜਾਵੇ ਇਹਨੂੰ ਅਮੈਰੀਕਨ ਜਾਂ ਇੰਗਲਿਸ਼ ਕੰਟਰੋਲ ਚ ਰੱਖਣਾ ਉਹ ਚਾਹੁੰਦੇ ਸੀਗੇ ਉਹ ਫਿਰ ਵੀ ਕੁਛ ਰੀਜ਼ਨ ਸੀਗੀਆਂ ਜਿਹਦੇ ਕਰਕੇ ਉਸ ਟਾਈਮ ਕਮਜ਼ੋਰ ਇੰਨੇ ਹੋ ਚੁੱਕੇ ਸੀ ਦੂਜੀ ਜੰਗ ਲੜ ਕੇ ਕਿ ਉਹਨਾਂ ਵਾਸਤੇ ਬੜੀਆਂ ਮੁਸ਼ਕਲਾਂ ਸੀਗੀਆਂ ਹੋਰ ਤਰ੍ਹਾਂ ਦੀਆਂ ਇਕਨੋਮਿਕ ਰੱਖਣਾ ਪਿਆ ਬ੍ਰਾਂਡ ਸਾਹਿਬ ਜਿੱਥੋਂ ਇਹ ਥਾਈ ਕਨਾਲ ਦਾ ਸੁਪਨਾ ਪਾਰ ਰਹੇ ਨੇ ਉਹਦੇ ਬਿਲਕੁਲ ਅੰਡੇਮਾਨ ਨਿਕੋਬਾਰ ਸਾਹਮਣੇ ਆ ਤੇ ਅੱਛਾ ਇੱਕ ਸਰਾਰ ਸਾਹਿਬ ਇਹ ਦੱਸਿਓ ਵੀ ਇਹ ਲੋਕਤੰਤਰ ਵਾਲੇ ਦੇਸ਼ ਨੇ ਸਟੈਚੂ ਆਫ ਲਿਬਰਟੀ ਕੱਢਾ ਤੇ ਈਗਲ ਉੱਡਦੀ ਆ ਫਰੀਡਮ ਪਰ ਅਮਰੀਕਾ ਕਿਉਂ ਚਾਹੁੰਦਾ ਵੀ ਭਾਰਤ ਜਾਂ ਬਾਕੀ ਦੇਸ਼ ਉਹਦੇ ਗਲਬੇ 'ਚ ਰਹਿਣ ਕਿਉਂ ਆਜ਼ਾਦ ਦੇਸ਼ ਆਪਣੇ ਤਰੀਕੇ ਨਾਲ ਕਿਉਂ ਨਾ ਵਿਚਰਨ ਇਹ ਰੌਲਾ ਕੀ ਆ ਜੀ ਇਹ ਫਿਰ ਬਹੁਤ ਵੱਡਾ ਸਵਾਲ ਆ ਜਾਂਦਾ ਜੀ ਵੇਖੋ ਪਹਿਲੀ ਗੱਲ ਤਾਂ ਫਿਤਰਤ ਆ ਜਾਂ ਦੇਸ਼ਾਂ ਦੀ ਫਿਤਰਤ ਆ ਕਿ ਵੀ ਉਹ ਆਪਦਾ ਗਲਬਾ ਪਾ ਕੇ ਰੱਖਦੇ ਆ ਦੂਜੀ ਗੱਲ ਆ ਕਿ 1885 ਤੋਂ ਬਾਅਦ ਜਿਹੜਾ US ਆ ਉਹ ਨਿਕਲਣਾ ਸ਼ੁਰੂ ਹੋਇਆ ਉਹਨੇ ਮਤਲਬ ਵਰਲਡ ਦੇ ਅਫੇਅਰ ਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਦੂਜੀ ਜੰਗ ਵੇਲੇ ਤਾਂ ਉਹ ਪੂਰੀ ਤਰ੍ਹਾਂ ਪਹਿਲੀ ਤੇ ਦੂਜੀ ਜੰਗ ਵੇਲੇ ਤਾਂ ਉਹ ਪੂਰੀ ਤਰ੍ਹਾਂ ਹੀ ਆ ਗਿਆ ਤਾਂ ਜਿੰਨਾ ਉਹ ਮਜ਼ਬੂਤ ਰਹੂਗਾ ਦੁਨੀਆਂ ਦੇ ਵਿੱਚ ਉਵੇਂ ਕੋਈ ਨਵੀਂ ਤਾਕਤ ਨਹੀਂ ਉੱਠੂਗੀ ਜਿਹੜੀ ਉਹਨੂੰ ਲੱਭ ਸਕੂ ਹਨਾ ਵੱਡੀ ਗੱਲ ਤੇ ਇਹ ਹੈ ਦੂਜੀ ਗੱਲ ਉਹਦੇ ਕੋਲ ਰਿਸੋਰਸਿਸ ਉਹ ਫੈਲ ਸਕਦਾ ਹੁਣ ਤਾਕਤ ਆਪਦੀ ਹੈਜੀਮਨੀ ਰੱਖ ਸਕਦਾ ਪਰ ਹੁਣ ਉਦੋਂ ਗਾਂਹ ਵਾਲੇ ਉਹਦੇ ਇੰਟਰਸਟ ਆ ਜਾਂਦੇ ਆ ਕਿਉਂਕਿ ਜਿਹੜੀ ਪ੍ਰੋਸਪੈਰਿਟੀ ਆ ਜਿਹੜੀ ਅਫਿਊਂਸ ਆ ਤੁਸੀਂ ਵੇਖਦੇ ਹੋ ਚਾਹੇ USA ਚ ਆ ਜਾਂ ਕੈਨੇਡਾ ਚ ਆ ਜਾਂ ਈਵਨ ਬ੍ਰਿਟੇਨ ਚ ਹੈਗਾ ਜਾਂ ਹੋਰ ਕਈ ਮੁਲਕਾਂ ਚ ਉਹਦਾ ਬਹੁਤ ਵੱਡਾ ਰੋਲ ਜਿਹੜਾ ਹੈਗਾ ਵੈਸਟਰਨ ਮੁਲਕਾਂ ਦੇ ਵਿੱਚ ਉਹ ਇੱਕ ਤਾਂ ਜਿਹੜੀ ਉਹਨੇ ਟੈਕਨੋਲੋਜੀ ਨਾਲ ਉਸ ਤਰੱਕੀ ਕੀਤੀ ਹੈ ਬਟ ਉਸ ਤੋਂ ਵੀ ਵੱਡੀ ਗੱਲ ਹੈ ਜਿਹੜੀ ਉਹਨਾਂ ਦੀ ਮਿਲਟਰੀ ਪਾਵਰ ਆ ਉਹਦੇ ਕਰਕੇ ਜਿਹਦੇ ਕਰਕੇ ਉਹ ਸੀ ਲੇਨਜ਼ ਨੂੰ ਕੰਟਰੋਲ ਕਰਦੇ ਆ ਵਪਾਰ ਨੂੰ ਕੰਟਰੋਲ ਕਰਦੇ ਆ ਬ੍ਰੈਟਨ ਵੁਡਸ ਤੋਂ ਬਾਅਦ ਤੇ ਵੱਡੀ ਗੱਲ ਆ ਕਿ ਕਰੰਸੀ ਦੁਨੀਆਂ ਦੀ ਕੀ ਆ ਹਨਾ ਕਰੰਸੀ ਨੂੰ ਤੇ ਬੈਂਕਿੰਗ ਨੂੰ ਕੰਟਰੋਲ ਕਰਦੇ ਆ ਅੱਜ ਅਸੀਂ ਇੱਥੇ ਲੋਕੀ ਆਪਾਂ ਖੁਸ਼ ਹੋ ਜਾਂਦੇ ਕਿ ਲਓ ਜੀ ਡਾਲਰ ਹੁਣ 85 ਦਾ 80 ਦਾ ਹੋ ਗਿਆ 82 ਦਾ ਹੋ ਗਿਆ 83 ਦਾ ਹੋ ਗਿਆ ਵੀ ਜ਼ਿਆਦਾ ਬਾਏ ਕਰ ਸਕਣਗੇ ਜਾਂ ਇੱਥੇ ਭਾਰਤ ਵਰਗੇ ਜਾਂ ਇੰਡੀਆ ਵਰਗੇ ਐਕਸਪੋਰਟਰਸ ਕਹਿੰਦੇ ਆ ਜ਼ਿਆਦਾ ਐਕਸਪੋਰਟ ਕਰਨਗੇ ਅਸਲ ਗੱਲ ਤਾਂ ਇਹ ਆ ਨਾ ਕਿ ਵੀ ਹੌਲੀ 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 ਜਿਹੜੇ ਇਹ ਮੁਲਕ ਜਿਹਨਾਂ ਨੂੰ ਆਪਾਂ ਡਿਵੈਲਪਿੰਗ ਮੁਲਕ ਕਹਿੰਦੇ ਹਾਂ ਕਮਜ਼ੋਰ ਹੁੰਦੇ ਜਾਂਦੇ ਆ ਉੱਥੋਂ ਘੱਟ ਪੈਸੇ ਲੱਗਦੇ ਆ ਤੇ ਸਮਾਨ ਲੈ ਲਿਆ ਜਾਂਦਾ ਹੋਰ ਲੁੱਟ ਕਿਵੇਂ ਕਹਿੰਦੇ ਆਪਾਂ ਨੂੰ ਕੱਲ ਨੂੰ ਕੋਈ ਬੰਦਾ ਵੀ ਦੋ ਤਰੀਕੇ ਆ ਨਾ ਇੱਕ ਤਾਂ ਸਾਡੇ ਪੈਸੇ ਦੀ ਵੈਲਿਊ ਆ ਜੇ ਜਾਂ ਚੀਜ਼ ਅਗਲਾ ਸਸਤੀ ਦੇ ਦੇ ਉਹਨੂੰ ਚੀਜ਼ ਸਸਤੀ ਨਹੀਂ ਲੈਂਦੇ ਪੈਸੇ ਦੀ ਉਹਨਾਂ ਦੀ ਵੈਲਿਊ ਵੱਧ ਕੀਤਾ ਉਹ ਆਪਣਾ ਸਮਾਨ ਆਪਣੇ ਰਿਸੋਰਸਿਸ ਨੂੰ ਸੱਕ ਕਰ ਰਹੇ ਆ ਪਿਛਲੇ 30-40 ਸਾਲਾਂ ਚ ਵੀ ਜੇ ਤੁਸੀਂ ਵੇਖਿਆ ਹੋਵੇ ਜਿਹੜਾ ਗੈਪ ਆ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਠੀਕ ਹੈ ਨਾ ਹੁਣ ਇੰਡੀਆ ਚ ਅਸੀਂ ਬਹੁਤ ਕਹਿ ਦਿੰਦੇ ਹਾਂ ਸਾਡੀ ਤਰੱਕੀ ਹੋ ਗਈ ਸਾਡੀਆਂ ਸੜਕਾਂ ਬਣ ਗਈਆਂ ਸਾਡੇ ਸ਼ਹਿਰ ਬਣ ਗਏ ਅਸੀਂ ਬਹੁਤ ਸੌਖੇ ਹਾਂ ਪਰ ਨਹੀਂ ਐਕਚੁਲੀ ਕੀ ਆ ਜਿਹੜਾ ਦੂਜਾ ਪਾਸਾ ਵੈਸਟ ਆ ਜਿਹੜਾ ਉਹ ਬਹੁਤ ਜ਼ਿਆਦਾ ਅੱਗੇ ਨਿਕਲਦਾ ਪਿਆ ਦਿਨੋ ਦਿਨ ਕਈ ਚੀਜ਼ਾਂ ਚ ਕਿਸੇ ਸਮੇਂ ਉਹਨੂੰ ਕੋਈ 50 ਰੁਪਏ 40 ਰੁਪਏ ਕਿਲੋ ਵਾਲਾ ਲੋਹਾ ਲੈ ਕੇ 500 ਰੁਪਏ ਕਿਲੋ ਦੀ ਕਾਰ ਬਣਾ ਕੇ ਵੇਚਣੀ ਪੈਂਦੀ ਸੀ 700 ਰੁਪਏ ਕਿਲੋ ਕਾਰ ਵੇਚਣੀ ਪੈਂਦੀ ਸੀ ਫਿਰ ਉਹਨੇ ਕੁਛ ਜੀ ਡਾਕਟਰ ਸਾਹਿਬ ਹੈਲੋ ਬਰਾੜ ਸਾਹਿਬ ਨਾਲ ਕੰਟੈਕਟ ਹੋ ਗਿਆ ਅੱਛਾ ਬਰਾੜ ਸਾਹਿਬ ਅਖੀਰ ਦੇ ਵਿੱਚ ਆਪਣੇ ਕੋਲ 3 ਕੁ ਮਿੰਟ ਨੇ ਬ੍ਰਿਕਸ ਦਾ ਜ਼ੋਰ ਫੜਨਾ
ਕਰੰਸੀ ਦੀ ਉਹ ਗੱਲ ਆਪਾਂ ਜੇ ਕਰ ਲਈਏ, ਬ੍ਰਿਕਸ ਦਾ ਸ਼ੁਰੂ ਕਰਨਾ ਰਸ਼ੀਆ, ਚਾਈਨਾ, ਇੰਡੀਆ ਅਤੇ ਬ੍ਰਾਜ਼ੀਲ ਤੋਂ, ਹੁਣ ਇਜਿਪਟ ਆ ਗਿਆ, ਇਥੀਓਪੀਆ ਆ ਗਿਆ, UAE ਆ ਗਈ, ਚਾਈਨਾ, ਸਾਊਥ ਅਫਰੀਕਾ, ਇੰਡੀਆ, ਰਸ਼ੀਆ, ਬ੍ਰਾਜ਼ੀਲ, ਕੀ ਅਮਰੀਕਾ ਇਸ ਨੂੰ ਐਕਸੈਪਟ ਕਰ ਲੇਗਾ, ਬ੍ਰਿਕਸ ਕਾਮਯਾਬ ਹੋ ਜਾਏਗਾ ਜੀ? ਨਹੀਂ, ਮੇਰਾ ਖਿਆਲ ਅਮਰੀਕਾ, ਦੇਖੋ ਇਹ ਦੋ ਗੱਲਾਂ, ਇੱਕ ਤਾਂ ਅਸੈਪਟ ਤਾਂ ਨਹੀਂ ਅਮਰੀਕਾ ਕਰੂਗਾ ਕਦੀ, ਕਿਉਂਕਿ ਉਹ ਕਿਸੇ ਹਾਲਤ 'ਚ ਵੀ ਆਪਦਾ ਡਾਲਰ ਕਮਜ਼ੋਰ ਨਹੀਂ ਹੋਣ ਦਊਗਾ ਜਾਂ ਉਹਨੂੰ ਕਰੰਸੀ ਤੋਂ ਹਟਣ ਨਹੀਂ ਦਊਗਾ, ਉਹ ਨਹੀਂ ਅਸੈਪਟ ਕਰੂਗਾ। ਹੁਣ ਗੱਲ ਆ ਕਿ ਇਹ ਲੋਕ ਇੰਨੇ ਸਟਰੋਂਗ ਹੋ ਸਕਦੇ ਕਿ ਨਹੀਂ, ਇਹ ਬਹੁਤ ਐਕਸਪੈਰੀਮੈਂਟਸ ਗਿੱਲ ਸਾਹਿਬ ਹੋ ਚੁੱਕੇ ਆ, ਪਹਿਲਾਂ ਵੀ ਬੜੇ ਤਰੀਕੇ ਕੀਤੇ ਗਏ, ਨਹਿਰੂ ਵੇਲੇ ਵੀ ਬੜੀਆਂ ਪਲਾਨਾਂ ਬਣੀਆਂ, ਹੁਣ ਵੀ ਬਣੀਆਂ, ਇਹ ਜ਼ਿਆਦਾ ਹਲੇ ਤੱਕ ਨਹੀਂ ਹੋਈਆਂ, ਅਤੇ ਮੈਨੂੰ ਇਹ ਇੱਕ ਪ੍ਰੈਸ਼ਰ ਗਰੁੱਪ ਤੋਂ ਵੱਧ ਨਹੀਂ ਲੱਗਦਾ, ਮੈਨੂੰ ਨਹੀਂ ਲੱਗਦਾ ਕਿ ਬ੍ਰਿਕਸ ਬਿਲਕੁਲ ਨਿਕਲ ਸਕੂਗਾ। ਦੂਜਾ ਮੈਂ ਇਹ ਸਮਝਦਾ ਕਿ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਕਰੰਸੀ ਤੋਂ ਨਿਕਲ ਕੇ, ਜਿਵੇਂ ਅਮਰੀਕਾ ਨਾ ਇਨੋਵੇਟ ਕਰਦਾ ਰਹਿੰਦਾ, ਵੈਸਟਰਨ ਵਰਲਡ ਹਲੇ ਲਗਾਤਾਰ ਨਵੀਆਂ ਤਰੀਕੇ ਕੱਢਦਾ ਰਹਿੰਦਾ, ਤੇ ਉਹ ਇਹਨਾਂ ਤਰੀਕਿਆਂ ਚੋਂ ਨਿਕਲ ਜੂ, ਸ਼ਾਇਦ ਜਦੋਂ ਤੱਕ ਇਹ ਕੈਚ ਕਰਨੀ ਉਦੋਂ ਤੱਕ ਉਹਦੇ ਕੋਲ ਰਾਹ ਬਿਹਤਰ ਨਿਕਲੇ ਹੋਣਗੇ ਕਰੰਸੀ ਤੋਂ ਆਪਦੀ ਹੈਜਮਨੀ ਮੇਨਟੇਨ ਕਰਨ। ਇੱਕ ਮੈਨੂੰ ਇਹ ਦੱਸਿਓ ਜੀ, ਅਖੀਰ 'ਚ ਮੂਹਰਲੇ ਦੇਸ਼ਾਂ ਦੇ ਵਿੱਚ ਗੱਲਬਾਤ ਪਾਈ ਜਾਂਦਾ, ਪਿਛਲੇ ਖਿੰਡੀ ਜਾਂਦੇ ਨੇ, ਕਦੇ ਸਾਹ ਨਹੀਂ ਸੀ ਲੈਂਦਾ ਸਾਊਦੀ ਅਰੇਬੀਆ, ਅਤੇ ਉਹ ਅਰਬ ਦੇਸ਼ ਹੱਥੋਂ ਹੀ ਨਿਕਲ ਗਏ, ਜਿਉਂ MBZ ਅਤੇ MBS ਇਕੱਠੇ ਹੋਏ ਨੇ, ਉਹਨਾਂ ਨੇ ਆਪਣਾ ਹੀ ਸੈੱਟ ਕਰ ਲਿਆ, ਤਰੱਕੀ ਖੈਰ ਹੋਣੀ ਹੋ ਸੀ, ਪੈਸਾ ਉਹਨਾਂ ਕੋਲ ਬਹੁਤ ਹੈ, ਪਰ ਇਹਦੇ ਗਲਬੇ 'ਚੋਂ ਨਿਕਲ ਕੇ ਚਾਈਨਾ ਅਤੇ ਭਾਰਤ ਨਾਲ ਸਾਊਦੀ ਅਰਬ ਦੀ ਅਤੇ UAE ਦੀ ਯਾਰੀ ਬਹੁਤ ਵੱਧ ਗਈ, ਅਤੇ ਬ੍ਰਿਕਸ ਵਾਲੇ ਪਾਸੇ ਨੂੰ ਆ ਰਿਹਾ, ਜਿਹੜੇ ਉਹਦੇ ਤੋਂ ਪਰਾਂ ਹੋ ਗਏ ਉਹ ਨਵੇਂ ਯਾਰਾਂ 'ਤੇ ਕੌਨਸਨਟਰੇਟ ਕਰੇਗਾ, ਜਾਂ ਜਿਹੜੇ ਪੁਰਾਣੇ ਉਹਦੀ ਝੋਲੀ 'ਚੋਂ ਪਰਾਂ ਡਿੱਗ ਗਏ ਉਹਨਾਂ ਨੂੰ ਵੀ ਪੀਨਲਾਈਜ਼ ਕਰ ਦੇਗਾ ਕਦੇ, ਕਿਉਂਕਿ ਕੂਹ ਵਗੈਰਾ ਕਰਾਉਣੇ ਤਾਂ ਖੱਬੇ ਹੱਥ ਦੀ ਗੱਲ ਹੈ, ਆਪਾਂ ਵੇਖ ਕੇ ਹਟਿਆ ਹੁਣ ਬੰਗਲਾਦੇਸ਼ 'ਚ ਪੀਨਲਾਈਜ਼ ਵੀ ਕਰੂਗਾ ਨਾਲੇ ਜੀ, ਇਹ ਆ ਕਿ ਵੀ ਅਗਲੇ ਫੋਰਸੀਏਬਲ ਫਿਊਚਰ 'ਚ ਜਿਹੜੀ ਸਾਊਦੀ ਅਰੇਬੀਆ ਦੀ ਇੰਪੋਰਟੈਂਸ ਸਾਊਦੀ ਨਿਗਾਹ ਦੇ ਵਿੱਚ ਉਹ ਵੀ ਘੱਟਦੀ ਜਾਂਦੀ ਹੈ ਜੀ। ਜਿਹੜੀ ਅਰਬ ਵਰਲਡ ਦੀ ਇੰਪੋਰਟੈਂਸ ਸੀ, ਉਹ ਇੱਕ ਤਾਂ ਸਭ ਤੋਂ ਇੰਪੋਰਟੈਂਟ ਇਹ ਗੱਲ ਸੀ ਕਿ ਉੱਥੇ ਪੈਟਰੋਲੀਅਮ ਰਿਸੋਰਸਿਸ ਸੀਗੇ, ਠੀਕ ਹੈ ਨਾ, ਉਹ ਆਪਾਂ ਵੀ ਅੰਦਾਜ਼ਾ ਲਾ ਸਕਦੇ ਹਾਂ ਕਿ ਅਗਲੇ 20-30 ਸਾਲਾਂ 'ਚ ਉਹਦੇ 'ਤੇ ਜਿਹੜੀ ਡਿਪੈਂਡੈਂਸ ਉਹ ਬਹੁਤ ਘੱਟ ਜੂਗੀ ਵਰਲਡ ਦੀ, ਠੀਕ ਹੈ। ਦੂਜੀ ਗੱਲ ਇਹ ਆ ਕਿ ਉਹ ਇੱਕ ਬਹੁਤ ਵੱਡਾ ਬੁਲਵਰਕ ਸੀਗਾ ਕਿ ਉਹਨੇ ਰਸ਼ੀਆ ਨੂੰ ਰੋਕਣ ਵਾਸਤੇ ਵੀ, ਤੇ ਜਿਸ ਤਰੀਕੇ ਨਾਲ ਯੂਕਰੇਨ ਵਾਰ ਦੇ ਵਿੱਚ ਉਹ ਅਗਾਂਹ ਧੱਕ ਰਿਹਾ ਰਸ਼ੀਆ ਦੇ ਅੰਦਰ, ਤਾਂ ਉਹਨੂੰ ਵੀ ਉਹ ਕਮਜ਼ੋਰ ਕਰਨ ਦੀ ਸੋਚਦਾ, ਸੋ ਇੰਪੋਰਟੈਂਸ ਵੀ ਉਹਦੀ ਘੱਟਦੀ ਜਾਂਦੀ ਹੈ ਉਸ ਏਰੀਆ ਦੀ। ਡੈਫੀਨੇਟਲੀ ਇਹ ਗੱਲ ਵੀ ਆ ਕਿ ਚਾਈਨਾ ਅਤੇ ਰਸ਼ੀਆ ਅੱਗੇ ਸਟਰੋਂਗ ਹੋਣ ਕਰਕੇ ਉਹ ਫਰਕ ਵੀ ਪੈਂਦੇ ਆ, ਪਰ ਇਹ ਪਿਛਲੇ 100 ਸਾਲਾਂ 'ਚ ਜੀ ਡਿਲਿੰਗ ਡੈਲਿੰਗ ਬਹੁਤ ਵਾਰੀ ਆਈ ਆ, ਮਤਲਬ ਇਹ ਕੋਈ ਇੱਕ ਵਾਰੀ ਨਹੀਂ, ਇਹ ਹਲੇ ਉਸ ਲੈਵਲ ਦੀ ਮਜ਼ਬੂਤੀ ਨਾਲ ਰਿਲੇਸ਼ਨਸ਼ਿਪਸ ਨਹੀਂ ਬਣੇ ਕਿ ਵੀ ਬਿਲਕੁਲ ਹੀ ਉਹਦੇ ਹੱਥ 'ਚੋਂ, ਜਿਵੇਂ ਕਿਸੇ ਟਾਈਮ ਇਹ ਆਇਆ ਸੀ ਵੀ ਪਾਕਿਸਤਾਨ ਬਿਲਕੁਲ ਹੀ ਅਮਰੀਕਾ ਦੇ ਹੱਥ 'ਚੋਂ ਨਿਕਲ ਗਿਆ, ਹੁਣ ਜੀ ਚਾਈਨਾ ਦਾ ਗਲਬਾ ਪੈ ਗਿਆ, ਉਹ ਵੇਖੋ ਵਾਪਸ ਘੁੰਮ ਕੇ ਉੱਥੇ ਹੀ ਆ ਗਈ ਗੱਲ। ਸੋ ਇਸੇ ਤਰੀਕੇ ਨਾਲ ਇਹ ਨਾ ਮਤਲਬ ਆਪਾਂ ਕੁਛ ਇਵੈਂਟਸ ਨੂੰ 1-2 ਸਾਲ ਦਿਆਂ ਨੂੰ ਵੇਖ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਲੰਬੇ ਸਮੇਂ ਵਾਸਤੇ ਇਹ ਚੀਜ਼ਾਂ, ਕਈ ਵਾਰੀ ਉਹ ਸਿਰਫ ਰੁੱਸ ਕੇ ਵਿਖਾਉਂਦੇ ਹੁੰਦੇ ਆ ਕਿ ਵੀ ਠੀਕ ਆ ਵੀ ਉਧਰੋਂ ਕੋਈ ਫਾਇਦੇ ਬਾਰਗੇਨਿੰਗ ਕਰਾਉਣ ਦਾ, ਕੈਂਡੀ ਲੈਣ ਲਈ ਰੁੱਸਦੇ ਨੇ। ਅੱਛਾ ਸਰਾਜ ਸਾਹਿਬ ਧੰਨਵਾਦ ਬਹੁਤ ਬਹੁਤ, ਆਉਣ ਵਾਲੇ ਹਫ਼ਤੇ ਤੁਹਾਡੇ ਪ੍ਰੋਗਰਾਮ ਮੈਂ ਬਣਾ ਕੇ ਮੌਜੂਦਾ ਸਥਿਤੀ ਅਤੇ ਸਿੱਖਾਂ ਦਾ ਜਿਹੜਾ, ਜਿਵੇਂ ਹੁਣ ਤੁਸੀਂ ਮਿਸਲ ਸਤਲੁਜ ਸ਼ੁਰੂ ਕੀਤੀ ਹੋਈ ਹੈ, ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਪੰਜਾਬ ਦੇ ਵਿੱਚ ਸਰੋਕਾਰ ਮਨਿਓਰਟੀ 'ਚ ਕੌਮ ਜਾ ਰਹੀ ਹੈ, ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜਾ ਚੈਨਲਾਈਜ਼ ਨਾ ਹੋਣਾ,
ਇੱਧਰ ਨੂੰ ਜਿਹੜੀ ਗੱਲ ਜਾ ਰਹੀ ਹੈ ਇਹਦੇ 'ਤੇ ਇੱਕ ਦਿਨ ਮੈਂ ਤੁਹਾਡੇ ਨਾਲ ਜਿਹੜੀ ਵਿਚਾਰ ਕਰਨੀ ਹੈ, ਅਤੇ ਧੰਨਵਾਦ ਤੁਹਾਡੇ ਸਮੇਂ ਲਈ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਆਨੰਦ ਆਉਂਦਾ ਜਦ ਵੀ ਅਜੇਪਾਲ ਸਿੰਘ ਬਰਾੜ ਉਹਨਾਂ ਨਾਲ ਗੱਲ ਹੁੰਦੀ ਹੈ ਸਾਰਥਿਕ ਅਤੇ ਰੀਅਲਿਸਟਿਕਲੀ, ਵੀ ਅਸਲ ਤੱਤ ਕੀ ਨੇ ਉਹਦੇ 'ਤੇ ਖੜ ਕੇ ਸਰਦਾਰ ਸਾਹਿਬ ਗੱਲ ਕਰਦੇ। ਵੱਡੀ ਗੱਲ ਹੈ ਰਾਤ ਇੱਕ ਡੇਢ ਵਜੇ ਤੱਕ ਉੱਠ ਕੇ ਨਾਲ ਸ਼ਾਮਿਲ ਹੋਣਾ, ਆਪਣਾ ਬਿਜ਼ਨਸ ਕਰਦੇ ਨੇ ਉਹ, ਅਤੇ ਪਰ ਇਹ ਚਿੰਤਤ ਜਿਹੜੇ ਚਿੰਤਕ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ, ਜੇ ਤੁਹਾਡੇ ਕੋਲ ਹੈ ਤਾਂ ਉਹਨੂੰ ਵੰਡੋ ਅੱਗੇ। ਬਹੁਤ ਧੰਨਵਾਦ ਹੈ ਸਰਦਾਰ ਸਾਹਿਬ ਦਾ। ਫਿਰ ਲਓ ਜੀ, ਬਾਕੀ ਗੱਲਾਂ ਬਾਤਾਂ ਕੱਲ੍ਹ ਨੂੰ, ਰੱਬ ਰਾਖਾ।